ਸਤਿ ਸ਼੍ਰੀ ਅਕਾਲ ਜੀ। ਆਪ ਸਭ ਜੀ ਦਾ ਸਵਾਗਤ ਹੈ ਤੁਹਾਡੇ ਆਪਣੇ YouTube ਚੈਨਲ ਪੋਜ਼ਿਟਿਵ ਵਾਈ ਪੰਜਾਬ ਦੇ ਉੱਤੇ। ਜਿਵੇਂ ਕਿ ਆਪਾਂ ਇਸ ਚੈਨਲ ਦੇ ਉੱਪਰ ਰਾਜੇ ਪੜ੍ਹ ਰਹੇ ਹਾਂ ਪੰਜਾਬੀ ਸਾਹਿਤ ਦਾ ਵਡਮੁੱਲਾ ਇਤਿਹਾਸ। ਇਸ ਤੋਂ ਪਹਿਲਾਂ ਆਪਾਂ ਭਾਈ ਗੁਰਦਾਸ ਜੀ ਦੇ ਜੀਵਨ ਦੇ ਉੱਪਰ ਇੱਕ ਝਾਤ ਪਾਈ ਸੀਗੀ ਤੇ ਜਿਹਦੇ ਵਿੱਚੋਂ ਆਪਾਂ ਬਹੁਤ ਚੀਜ਼ਾਂ ਸਿੱਖਣ ਨੂੰ ਮਿਲੀਆਂ। ਤੇ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਕਰਾਂਗੇ ਭਾਈ ਵੀਰ ਸਿੰਘ ਜੀ ਦੇ ਜੀਵਨ ਦੇ ਉੱਪਰ ਆਧਾਰਿਤ ਸਾਰੀ ਗੱਲਬਾਤ। ਕੌਣ ਉਹਨਾਂ ਨੂੰ ਕੁਦਰਤ ਦਾ ਕਵੀ ਕਹਿੰਦਾ ਹੈ, ਕੌਣ ਉਹਨਾਂ ਨੂੰ ਸ਼ੇਕਸਪੀਅਰ ਕਹਿੰਦਾ ਹੈ, ਕੌਣ ਉਹਨਾਂ ਨੂੰ ਪੰਜਾਬੀ ਸਾਹਿਤ ਦਾ ਪੰਜਾਬੀ ਮਾਡਰਨ ਸਾਹਿਤ ਦਾ ਪਿਤਾਮਾ ਕਹਿੰਦਾ ਹੈ। ਵੈਸੇ ਤਾਂ ਦੇਖੋ ਜਿਹੜਾ ਇਹ ਸਿਲੇਬਸ ਹੈਗਾ ਈਡੀਟੀ 6994 ਦੇ ਵਿੱਚ ਮੈਂਸ਼ਨ ਕੀਤਾ ਗਿਆ, ਪਰ ਫਿਰ ਵੀ ਪੰਜਾਬ ਦਾ ਤੁਸੀਂ ਕੋਈ ਪੇਪਰ ਦੇਣ ਜਾ ਰਹੇ ਹੋ, ਚਾਹੇ ਪੰਜਾਬ ਪੁਲਿਸ ਦਾ ਪੇਪਰ ਹੈਗਾ, ਚਾਹੇ PSS ਬੋਰਡ ਦਾ ਕੋਈ ਪੇਪਰ ਹੈ, ਜਾਂ ਫਿਰ PPSC ਦਾ ਕੋਈ ਪੇਪਰ ਹੈ, ਉਹਦੇ ਵਿੱਚ ਜਿਹੜਾ ਮਾਡਰਨ ਲਿਟਰੇਚਰ ਹੁੰਦਾ ਹੈ ਉਹ ਇੱਕ ਮਹੱਤਵਪੂਰਨ ਸਥਾਨ ਰੱਖਦਾ ਹੈ। ਤੁਹਾਨੂੰ ਇੱਥੋਂ ਇੱਕ ਨਾ ਇੱਕ ਕੁਐਸਚਨ ਦੇਖਣ ਨੂੰ ਜ਼ਰੂਰ ਮਿਲੂਗਾ। ਤਾਂ ਕਿਰਪਾ ਕਰਕੇ ਸਾਰੀ ਕਲਾਸ ਲਗਾ ਲਿਓ। ਬਾਕੀ ਜੇ ਕਲਾਸ ਵਧੀਆ ਲੱਗੂਗੀ ਤਾਂ ਲਾਈਕ ਸ਼ੇਅਰ ਕਰਦਿਆ ਕਰੋ, ਚੈਨਲ ਨੂੰ ਕਰ ਲਓ ਸਬਸਕ੍ਰਾਈਬ ਜਿਹੜੇ ਚੈਨਲ ਤੇ ਨਵੇਂ ਆਏ ਨੇ। ਤਾਂ ਸ਼ੁਰੂ ਕਰਦੇ ਹਾਂ ਅੱਜ ਭਾਈ ਵੀਰ ਸਿੰਘ ਜੀ ਦੇ ਬਾਰੇ। ਸਭ ਤੋਂ ਪਹਿਲਾਂ ਆਪਾਂ ਗੱਲ ਕਰਦੇ ਉਹਨਾਂ ਦੀ ਜਨਮ ਦੀ। ਭਾਈ ਵੀਰ ਸਿੰਘ ਦਾ ਜਿਹੜਾ ਜਨਮ ਹੋਇਆ ਰਾਜੇ, ਉਹ 5 ਦਸੰਬਰ 1872 ਨੂੰ ਹੋਇਆ। ਹੋਇਆ ਕਿੱਥੇ ਆ? ਅੰਮ੍ਰਿਤਸਰ ਸਾਹਿਬ ਦੇ ਵਿੱਚ। ਠੀਕ ਆ ਜੀ। ਪਿੰਡ ਕਿਹੜਾ? ਪਿੰਡ ਹੈਗਾ ਜੀ ਕਟੜਾ ਗਰਭਾ ਸਿੰਘ ਪਿੰਡ ਹੈ, ਜਿਹਦੇ ਵਿੱਚ ਇਹ ਇਹਨਾਂ ਦਾ ਜੱਦੀ ਪਿੰਡ ਹੈ। ਠੀਕ ਹੈ ਜੀ। ਇਹ ਜਨਮ ਕਦੋਂ ਹੋਇਆ? ਜਿਸ ਟਾਈਮ ਤੇ ਆਪਣਾ ਪੰਜਾਬ ਸਾਂਝਾ ਸੀਗਾ। ਠੀਕ ਹੈ ਜੀ। ਚੜ੍ਹਦਾ ਪੰਜਾਬ ਤੇ ਲਹਿੰਦਾ ਪੰਜਾਬ ਕੀ ਸੀਗਾ? ਸਾਂਝਾ ਸੀਗਾ। ਉਸ ਟਾਈਮ ਦੀ ਆਪਾਂ ਗੱਲ ਕਰ ਰਹੇ ਹਾਂ। ਤੇ ਅੰਮ੍ਰਿਤਸਰ ਦੇ ਵਿੱਚ ਇਹਨਾਂ ਦਾ ਜਨਮ ਹੋਇਆ। ਤੇ ਇਹਨਾਂ ਦੇ ਪਿਤਾ ਜੀ ਕੌਣ ਸੀਗੇ? ਇਹਨਾਂ ਦੇ ਪਿਤਾ ਜੀ ਸੀਗੇ ਡਾਕਟਰ ਚਰਨ ਸਿੰਘ। ਡਾਕਟਰ ਚਰਨ ਸਿੰਘ ਵੀ ਬਹੁਤ ਉੱਗੇ ਵਿਦਵਾਨ ਹੋਏ ਆ। ਉਹ ਵਿਦਵਾਨ ਹੋਏ ਆ ਸੰਸਕ੍ਰਿਤ ਦੇ, ਬ੍ਰਜ ਭਾਸ਼ਾ ਦੇ ਹੋਏ ਆ ਤੇ ਹਿੰਦੀ ਦੇ। ਠੀਕ ਹੈ ਜੀ। ਤਾਂ ਇਹ ਡਾਕਟਰ ਚਰਨ ਸਿੰਘ ਜੀ ਦੇ ਸਭ ਤੋਂ ਵੱਡੇ ਪੁੱਤਰ ਸੀਗੇ। ਕੌਣ? ਭਾਈ ਵੀਰ ਸਿੰਘ ਜੀ। ਹੁਣ ਡਾਕਟਰ ਚਰਨ ਸਿੰਘ ਦੀ ਗੱਲ ਕਰੀਏ, ਤੁਹਾਨੂੰ ਨਾਮ ਤੋਂ ਕਲੀਅਰ ਹੋ ਗਿਆ ਹੋਊਗਾ ਵੀ ਜਿਹੜਾ ਭਾਈ ਵੀਰ ਸਿੰਘ ਜੀ ਨੂੰ ਆਪਣੇ ਲਿਟਰੇਚਰ ਲਿਖਣ ਦੀ, ਸਾਹਿਤ ਦੀ ਜਿਹੜੀ ਦਾਤ ਹੈਗੀ ਆ ਇਹਨਾਂ ਦੇ ਬਚਪਨ ਤੋਂ ਹੀ ਮਿਲੀ, ਕਿਉਂਕਿ ਜਿਹੜੇ ਇਹਨਾਂ ਦੇ ਦਾਦਾ ਜੀ ਸੀਗੇ ਉਹ ਵੀ ਬਹੁਤ ਉੱਗੇ ਵਿਦਵਾਨ ਸੀਗੇ। ਇਹਨਾਂ ਦੇ ਨਾਨਾ ਜੀ ਗਿਆਨੀ ਹਜ਼ਾਰਾ ਸਿੰਘ ਜੀ ਜਾਂ ਫਿਰ ਇਹਨਾਂ ਦੇ ਪਿਤਾ ਜੀ ਡਾਕਟਰ ਚਰਨ ਸਿੰਘ ਜੀ, ਇਹ ਸਾਰੇ ਹੀ ਬਹੁਤ ਵੱਡੇ ਵਿਦਵਾਨ ਸੀਗੇ ਆਪਣੇ ਸਮੇਂ ਦੇ। ਹੁਣ ਇਹਨਾਂ ਦੇ ਪਿਤਾ ਜੀ ਦੀ ਗੱਲ ਕਰੀਏ, ਕਹਿੰਦੇ ਜੀ ਆਪ ਜੀ ਦੇ ਪਿਤਾ ਜੀ ਹਿੰਦੀ। ਠੀਕ ਹੈ ਜੀ। ਕੁਐਸਚਨ ਆਉਂਦਾ ਹੁੰਦਾ ਵੀ ਇਹਨਾਂ ਦੇ ਪਿਤਾ ਜੀ ਕਿਹੜੇ ਭਾਸ਼ਾ ਦੇ ਵਿੱਚ ਵਿਦਵਾਨ ਸੀਗੇ? ਹਿੰਦੀ ਦੇ ਵਿੱਚ ਹੋ ਗਿਆ, ਸੰਸਕ੍ਰਿਤ ਹੋ ਗਿਆ ਤੇ ਬ੍ਰਜ ਭਾਸ਼ਾ, ਇਹਦੇ ਉੱਗੇ ਵਿਦਵਾਨ ਸੀਗੇ ਉਸ ਟਾਈਮ ਤੇ। ਜਿਹੜੇ ਵਿਦਵਾਨ ਸੀ ਉਹਨਾਂ ਵਿੱਚੋਂ ਇੱਕ ਸੀਗੇ। ਕੌਣ? ਡਾਕਟਰ ਚਰਨ ਸਿੰਘ ਜੀ। ਹੁਣ ਆਪਾਂ ਅਗਰ ਇਤਿਹਾਸ ਦੇ ਇੱਕ ਝਾਤ ਮਾਰੀਏ, ਜਿਹੜਾ ਭਾਈ ਵੀਰ ਸਿੰਘ ਜੀ ਦਾ ਘਰਾਣਾ ਹੈਗਾ, ਜਿਹੜਾ ਭਾਈ ਵੀਰ ਸਿੰਘ ਜੀ ਦਾ ਟੱਬਰ ਹੈਗਾ, ਉਹ ਕਿਹਦੇ ਨਾਲ ਸੰਬੰਧ ਰੱਖਦਾ? ਸਿੱਖ ਇਤਿਹਾਸ ਦੇ ਦੀਵਾਨ ਕੌੜਾ ਮੱਲ। ਜੇ ਤੁਸੀਂ ਪੰਜਾਬ GK ਨੂੰ ਬਹੁਤ ਚੰਗੀ ਤਰ੍ਹਾਂ ਪੜ੍ਹੇ ਆਪਣੇ ਚੈਨਲ ਤੋਂ, ਤਾਂ ਮੈਂ ਉੱਥੇ ਕਰਵਾਇਆ ਸੀਗਾ ਜਦੋਂ 18ਵੀਂ ਸਦੀ ਦੇ ਵਿੱਚ ਜਿਹੜੇ ਸਿੱਖ ਸੀਗੇ, ਠੀਕ ਹੈ, ਸਿੱਖਾਂ ਦੇ ਸਿਰਾਂ ਦੇ ਮੁੱਲ ਪਏ ਸੀਗੇ, ਤਾਂ ਉਸ ਟਾਈਮ ਤੇ ਸਿੱਖ ਕਿੱਥੇ ਰਹਿੰਦੇ ਸੀ? ਜੰਗਲਾਂ ਦੇ ਵਿੱਚ। ਤੇ ਕਈ ਕਈ ਦਿਨ ਉਹਨਾਂ ਨੂੰ ਰੋਟੀ ਨਹੀਂ ਮਿਲਦੀ ਸੀ, ਉਹ ਦਰਖਤਾਂ ਦੇ ਪੱਤੇ ਖਾ ਕੇ ਗੁਜ਼ਾਰਾ ਕਰਦੇ ਸੀ। ਉਸ ਟਾਈਮ ਤੇ ਉਹਨਾਂ ਨੂੰ ਰਸਦ ਪਾਣੀ ਕਿਹਨੇ ਪਹੁੰਚਾਇਆ ਸੀਗਾ? ਦੀਵਾਨ ਕੌੜਾ ਮੱਲ ਜੀ ਨੇ। ਤਾਂ ਇਸੇ ਕਰਕੇ ਇਤਿਹਾਸ ਦੇ ਵਿੱਚ ਦੀਵਾਨ ਕੌੜਾ ਮੱਲ ਨੂੰ ਪਿਆਰ ਨਾਲ ਕੀ ਕਿਹਾ ਜਾਂਦਾ? ਮਿੱਠਾ ਮੱਲ ਕਿਹਾ ਜਾਂਦਾ। ਤਾਂ ਕਹਿਣ ਦਾ ਭਾਵ ਕੀ ਹੈਗਾ? ਭਾਈ ਵੀਰ ਸਿੰਘ ਦੇ ਜਿਹੜਾ ਘਰਾਣਾ ਹੈਗਾ ਰਾਜੀ, ਉਹ ਸਿੱਖ ਇਤਿਹਾਸ ਦੇ ਬਹੁਤ ਹੀ ਮਹਾਨ ਸ਼ਖਸੀਅਤ ਦੀਵਾਨ ਕੌੜਾ ਮੱਲ ਜੀ ਨਾਲ ਕੀ ਰੱਖਦਾ? ਸੰਬੰਧ ਰੱਖਦਾ ਹੈ। ਹੁਣ ਇਸ ਤੋਂ ਬਾਅਦ ਮੈਂ ਇਹਨਾਂ ਦੇ ਦਾਦਾ ਜੀ ਦੀ ਗੱਲ ਕਰਾਂ। ਜਿਹੜੇ ਇਹਨਾਂ ਦੇ ਦਾਦਾ ਜੀ ਕਾਹਨ ਸਿੰਘ ਜੀ ਸੀਗੇ, ਇਹ ਆਪਣੇ ਜਵਾਨੀ ਦੇ ਟਾਈਮ ਤੇ ਕਹਿ ਲਓ, ਇਹਨਾਂ ਨੇ ਆਪਣੇ ਜਵਾਨੀ ਦੇ ਟਾਈਮ ਤੇ ਸਿੱਖ ਇਤਿਹਾਸ, ਠੀਕ ਹੈ, ਸਿੱਖ ਇਤਿਹਾਸ ਸਿੱਖਣ ਦੇ ਵਿੱਚ ਬਹੁਤ ਜ਼ਿਆਦਾ ਲੰਮਾ ਸਮਾਂ ਬਿਤਾਇਆ। ਠੀਕ ਹੈ, ਸਿੱਖ ਸਬਕ ਨੂੰ ਕਹਿ ਲਓ ਜਾਂ ਸਿੱਖ ਇਤਿਹਾਸ ਨੂੰ ਕਹਿ ਲਓ, ਸਿੱਖਣ ਦੇ ਵਿੱਚ ਬਹੁਤ ਲੰਮਾ ਸਮਾਂ ਬਿਤਾਇਆ। ਇਸੇ ਕਰਕੇ ਤੁਸੀਂ ਜਦੋਂ ਅੱਗੇ ਜਾ ਕੇ ਭਾਈ ਵੀਰ ਸਿੰਘ ਜੀ ਦਾ ਜੀਵਨ ਪੜ੍ਹੋਗੇ ਨਾ, ਤਾਂ ਇਹਨਾਂ ਦੇ ਜੀਵਨ ਦੇ ਉੱਪਰ ਸਿੱਖ ਇਤਿਹਾਸ ਦਾ ਬਹੁਤ ਵੱਡਾ ਪ੍ਰਭਾਵ ਤੁਹਾਨੂੰ ਦੇਖਣ ਨੂੰ ਮਿਲੂਗਾ। ਚਲੋ ਜੀ, ਅੱਗੇ ਗੱਲ ਕਰਦੇ ਹਾਂ ਆਪਾਂ। ਇਸ ਤੋਂ ਬਾਅਦ ਅਗਰ ਆਪਾਂ ਗੱਲ ਕਰੀਏ, ਜਿਹੜੇ ਇਹਨਾਂ ਦੇ ਦਾਦਾ ਜੀ ਸੀਗੇ, ਕਹਿੰਦੇ ਸੰਸਕ੍ਰਿਤ ਅਤੇ ਬ੍ਰਜ ਦੇ ਨਾਲ ਨਾਲ ਇਹਨਾਂ ਨੇ ਚਿਕਿਤਸਾ ਦੀਆਂ ਪੂਰਬੀ ਪ੍ਰਣਾਲੀਆਂ ਜਿਵੇਂ ਆਯੁਰਵੇਦ, ਸਿੱਧ ਅਤੇ ਯੂਨਾਨੀ ਵਿੱਚ ਕਾਹਨ ਸਿੰਘ ਨੇ ਆਪਣੇ ਇਕਲੌਤੇ ਪੁੱਤਰ ਡਾਕਟਰ ਚਰਨ ਸਿੰਘ ਨੂੰ ਪ੍ਰਭਾਵਿਤ ਕੀਤਾ। ਕਹਿਣ ਦਾ ਮਤਲਬ ਕੀ ਹੈ ਜੀ, ਜਿਹੜੇ ਇਹਨਾਂ ਦੇ ਦਾਦਾ ਜੀ ਹੈਗੇ ਕਾਹਨ ਸਿੰਘ, ਉਹਨਾਂ ਤੋਂ ਪ੍ਰਭਾਵਿਤ ਕੌਣ ਹੋਏ ਆ? ਡਾਕਟਰ ਚਰਨ ਸਿੰਘ, ਜਿਹੜੇ ਇਹਨਾਂ ਦੇ ਪਿਤਾ ਜੀ ਆ ਭਾਈ ਵੀਰ ਸਿੰਘ ਜੀ ਦੇ।
ਜਿਹੜੇ ਇਹਨਾਂ ਦੇ ਦਾਦਾ ਜੀ ਸੀਗੇ ਉਹ ਲਿਟਰੇਚਰ ਦੇ ਨਾਲ ਨਾਲ ਕੀ ਸੀਗੇ, ਜਿਹੜੀਆਂ ਆਪਣੇ ਡਾਕਟਰੀ ਜਿਵੇਂ ਆਪਾਂ ਵੈਦ ਕਹਿ ਦਿੰਦੇ ਹਾਂ ਉਸ ਟਾਈਮ ਤੇ, ਜਿਵੇਂ ਆਯੁਰਵੇਦ ਸੀਗਾ, ਸਿੰਧ ਸੀਗਾ, ਯੂਨਾਨੀ ਸੀਗਾ, ਇਹ ਜਿਹੜੇ ਗ੍ਰੰਥ ਸੀਗੇ ਬਹੁਤ ਮਸ਼ਹੂਰ ਸੀਗੇ। ਠੀਕ ਹੈ ਜੀ, ਤਾਂ ਕਹਿਣ ਦਾ ਭਾਵ ਕੀ ਹੈਗਾ, ਪੀੜ੍ਹੀ ਦਰ ਪੀੜ੍ਹੀ ਤੁਹਾਨੂੰ ਪ੍ਰਭਾਵ ਦੇਖਣ ਨੂੰ ਮਿਲੂਗਾ। ਇਹਨਾਂ ਦੇ ਦਾਦਾ ਜੀ ਤੋਂ ਪ੍ਰਭਾਵਿਤ ਕੌਣ ਹੋਏ ਨੇ? ਡਾਕਟਰ ਚਰਨ ਸਿੰਘ, ਤੇ ਡਾਕਟਰ ਚਰਨ ਸਿੰਘ ਜੀ ਤੋਂ ਕੌਣ ਪ੍ਰਭਾਵਿਤ ਹੋਇਆ? ਭਾਈ ਵੀਰ ਸਿੰਘ ਜੀ। ਤਾਂ ਹੁਣ ਤੁਹਾਨੂੰ ਪੇਪਰ ਦੇ ਵਿੱਚ ਪੱਕਾ ਪੁੱਛਦੇ ਹੁੰਦੇ ਆ ਵੀ ਜਿਹੜੇ ਭਾਈ ਵੀਰ ਸਿੰਘ ਜੀ ਦੇ ਪਿਤਾ ਜੀ ਹੈਗੇ ਡਾਕਟਰ ਚਰਨ ਸਿੰਘ ਜੀ, ਉਹਨਾਂ ਨੇ ਸੰਸਕ੍ਰਿਤ ਦੇ ਇੱਕ ਗ੍ਰੰਥ ਦੀ ਰਚਨਾ ਪੰਜਾਬੀ ਦੇ ਵਿੱਚ ਕੀਤੀ, ਜਾਂ ਐ ਕਹਿ ਲਓ ਵੀ ਸੰਸਕ੍ਰਿਤ ਦੇ ਇੱਕ ਗ੍ਰੰਥ ਦਾ ਅਨੁਵਾਦ ਪੰਜਾਬੀ ਦੇ ਵਿੱਚ ਕੀਤਾ? ਤਾਂ ਇਹ ਕੁਐਸਚਨ ਬਹੁਤ ਪੁੱਛਦੇ ਹੁੰਦੇ ਆ। ਤਾਂ ਡਾਕਟਰ ਚਰਨ ਸਿੰਘ ਨੇ ਕਹਿੰਦੇ ਜੀ ਸੰਸਕ੍ਰਿਤ ਦਾ ਇੱਕ ਗ੍ਰੰਥ ਹੈਗਾ ਸ਼ਕੁੰਤਲਾ, ਠੀਕ ਹੈ ਜੀ, ਸ਼ਕੁੰਤਲਾ ਦੀ ਜਿਹੜੀ ਰਚਨਾ ਹੈਗੀ ਆ ਜਾਂ ਉਹਦਾ ਪੰਜਾਬੀ ਦੇ ਵਿੱਚ ਕੀ ਕੀਤਾ? ਅਨੁਵਾਦ ਕੀਤਾ ਸੀਗਾ। ਕਿਹਨੇ ਕੀਤਾ? ਡਾਕਟਰ ਚਰਨ ਸਿੰਘ ਜੀ ਨੇ। ਠੀਕ ਹੈ ਜੀ, ਤਾਂ ਆ ਹੈਗੇ ਨੇ ਡਾਕਟਰ ਚਰਨ ਸਿੰਘ ਜੀ, ਭਾਈ ਵੀਰ ਸਿੰਘ ਜੀ ਦੇ ਪਿਤਾ ਜੀ ਹੈਗੇ ਨੇ। ਇਹ ਭਾਈ ਵੀਰ ਸਿੰਘ ਜੀ ਦੀ ਜਵਾਨੀ ਦੇ ਟਾਈਮ ਦੀ ਪਿਕਚਰ ਹੈ, ਤੇ ਇਹਨਾਂ ਦੇ ਨਾਨਾ ਜੀ ਹੈਗੇ ਨੇ ਗਿਆਨੀ ਹਜ਼ਾਰਾ ਸਿੰਘ। ਤਾਂ ਇਹਨਾਂ ਦੋ ਮਹਾਨ ਸ਼ਖਸੀਅਤਾਂ ਦਾ ਭਾਈ ਵੀਰ ਸਿੰਘ ਜੀ ਦੇ ਜੀਵਨ ਦੇ ਉੱਪਰ ਬਹੁਤ ਵੱਡਾ ਪ੍ਰਭਾਵ ਸੀਗਾ। ਤਾਂ ਲਿਖਿਆ ਹੋਇਆ ਦੇਖੋ, ਪਿਤਾ ਜੀ ਦੀ ਸ਼ਖਸੀਅਤ ਦਾ ਭਾਈ ਵੀਰ ਸਿੰਘ ਜੀ ਤੇ ਬਹੁਤ ਡੂੰਘਾ ਪ੍ਰਭਾਵ ਪਿਆ। ਤਾਂ ਯਾਦ ਰੱਖਣਾ, ਤੁਹਾਨੂੰ ਇਹ ਕੁਐਸਚਨ ਡੈਫੀਨੇਟਲੀ ਦੇਖਣ ਨੂੰ ਮਿਲੂਗਾ, ਕਿਹੜੀਆਂ ਦੋ ਮਹਾਨ ਸ਼ਖਸੀਅਤਾਂ ਦਾ ਪ੍ਰਭਾਵ ਭਾਈ ਵੀਰ ਸਿੰਘ ਜੀ ਤੇ ਸਭ ਤੋਂ ਵੱਧ ਪਿਆ? ਤਾਂ ਇਹਨਾਂ ਦੇ ਨਾਨਾ ਜੀ ਗਿਆਨੀ ਹਜ਼ਾਰਾ ਸਿੰਘ ਤੇ ਇਹਨਾਂ ਦੇ ਪਿਤਾ ਜੀ ਡਾਕਟਰ ਚਰਨ ਸਿੰਘ। ਅੱਗੇ ਗੱਲ ਕਰੀਏ ਜੀ ਆਪਾਂ, ਭਾਈ ਵੀਰ ਸਿੰਘ ਜੀ ਦੇ ਜਿਹੜੇ ਨਾਨਾ ਜੀ ਨੇ ਰਾਜੇ ਗਿਆਨੀ ਹਜ਼ਾਰਾ ਸਿੰਘ ਜੀ, ਕਹਿੰਦੇ ਜੀ ਅੰਮ੍ਰਿਤਸਰ ਦੇ ਗਿਆਨੀ ਬੁੰਗੇ ਦੇ ਇੱਕ ਪ੍ਰਮੁੱਖ ਵਿਦਵਾਨ ਸੀਗੇ। ਤਾਂ ਆਪਣੇ ਟਾਈਮ ਦੇ ਉਹ ਵੀ ਕੀ ਸੀਗੇ? ਇੱਕ ਮੁੱਖ ਵਿਦਵਾਨ ਸੀਗੇ। ਉਹਨਾਂ ਨੇ ਵੀ ਕਹਿੰਦੇ ਫਾਰਸੀ ਤੇ ਸੰਸਕ੍ਰਿਤ ਦੇ ਵਿਦਵਾਨ ਗਿਆਨੀ ਹਜ਼ਾਰਾ ਸਿੰਘ ਨੇ ਪੰਜਾਬੀ ਵਿੱਚ ਸਾਦੀ, ਠੀਕ ਹੈ, ਫਾਰਸੀ ਤਾਂ ਹੈਗੇ ਸੀਗੇ, ਸੰਸਕ੍ਰਿਤ ਵੀ ਸੀਗੇ, ਪਰ ਨਾਲ ਨਾਲ ਪੰਜਾਬੀ ਦੇ ਵਿੱਚ ਉਸ ਟਾਈਮ ਤੇ ਜਿਹੜੀਆਂ ਚੱਲਦੀਆਂ ਸੀਗੀਆਂ ਸਾਦੀ, ਗੁਲਿਸਤਾਨ, ਬੋਸਟਨ ਵਰਗੀਆਂ ਫਾਰਸੀ ਕਲਾਸਿਕਾਂ ਲਿਖੀਆਂ, ਠੀਕ ਹੈ ਜੀ, ਕਿਹਨਾਂ ਨੇ? ਗਿਆਨੀ ਹਜ਼ਾਰਾ ਸਿੰਘ, ਜਿਹੜੇ ਇਹਨਾਂ ਦੇ ਨਾਨਾ ਜੀ ਸੀਗੇ। ਤਾਂ ਕਹਿਣ ਦਾ ਭਾਵ ਕੀ ਹੈਗਾ, ਜਿਹੜੀਆਂ ਪਿਛਲੀਆਂ ਦੋ ਸਲਾਈਡ ਮੈਂ ਪੜ੍ਹਾਈਆਂ ਨੇ ਤੁਹਾਨੂੰ, ਇੱਕ ਤਾਂ ਉਹਨਾਂ ਦੇ ਮੈਂ ਜੱਦੀ ਪਿੰਡ ਬਾਰੇ ਗੱਲ ਕੀਤੀ ਹੈ, ਫਿਰ ਉਹਨਾਂ ਦੇ ਪਿਤਾ ਜੀ ਦੀ ਗੱਲ ਕੀਤੀ ਵੀ ਉਹ ਕਿਵੇਂ ਕਿੱਡੇ ਵੱਡੇ ਵਿਦਵਾਨ ਸੀਗੇ, ਫਿਰ ਮੈਂ ਉਹਨਾਂ ਦੇ ਦਾਦਾ ਜੀ ਦੀ ਗੱਲ ਕੀਤੀ ਹੈ, ਫਿਰ ਮੈਂ ਉਹਨਾਂ ਦੇ ਘਰਾਣੇ ਦੀ ਗੱਲ ਕੀਤੀ ਹੈ, ਤੇ ਫਿਰ ਮੈਂ ਉਹਨਾਂ ਦੇ ਨਾਨਾ ਜੀ ਦੀ ਗੱਲ ਕੀਤੀ ਹੈ। ਇਹ ਸਾਰਾ ਪੜ੍ਹਾਉਣ ਦਾ ਮੇਰਾ ਮਕਸਦ ਇਹੀ ਸੀਗਾ ਵੀ ਇਹਨਾਂ ਦਾ ਭਾਈ ਵੀਰ ਸਿੰਘ ਜੀ ਦੇ ਜੀਵਨ ਤੇ ਬਹੁਤ ਵੱਡਾ ਪ੍ਰਭਾਵ ਸੀਗਾ। ਤਾਂ ਇਸੇ ਪ੍ਰਭਾਵ ਦੇ ਚੱਲਦਿਆਂ ਹੀ ਇਹਨਾਂ ਨੇ ਐਡੀ ਵੱਡੀ ਸ਼ੋਹਰਤ ਹਾਸਲ ਕੀਤੀ ਹੈ। ਹੁਣ ਗੱਲ ਕਰਦੇ ਹਾਂ ਉਸ ਟਾਈਮ ਤੇ 1891 ਵਿੱਚ, ਇਹ ਕੁਐਸਚਨ ਬਹੁਤ ਆਉਂਦਾ ਹੁੰਦਾ, 1891 ਵਿੱਚ ਅੰਮ੍ਰਿਤਸਰ ਦੇ ਚਰਚ ਮਿਸ਼ਨ ਸਕੂਲ, ਸਕੂਲ ਦਾ ਨਾਮ ਵੀ ਯਾਦ ਰੱਖਣਾ ਤੇ ਡੇਟ ਵੀ ਯਾਦ ਰੱਖਣੀ, 1891 ਵਿੱਚ ਚਰਚ ਮਿਸ਼ਨ ਸਕੂਲ ਤੋਂ 10ਵੀਂ ਦਾ ਇਮਤਿਹਾਨ ਜ਼ਿਲ੍ਹੇ ਭਰ ਦੇ ਵਿੱਚੋਂ ਅਵੱਲ ਰਹਿ ਕੇ ਪਾਸ ਕੀਤਾ। ਜਾਣੀ ਕਿ ਉਸ ਟਾਈਮ ਤੇ ਤੁਸੀਂ ਅੰਦਾਜ਼ਾ ਲਗਾ ਲਓ, ਜੇ ਕੋਈ ਬੰਦਾ 10ਵੀਂ ਕਰਦਾ, ਪਹਿਲੀ ਗੱਲ ਤਾਂ ਕੋਈ ਟਾਵਾਂ ਟਾਵਾਂ ਬੰਦਾ 10ਵੀਂ ਕਰਦਾ, ਠੀਕ ਹੈ, ਜੇ ਕੋਈ 10ਵੀਂ ਕਰ ਲੈਂਦਾ ਤਾਂ ਉਹਨੂੰ ਈਜ਼ਲੀ ਨੌਕਰੀ ਮਿਲ ਜਾਂਦੀ ਸੀ, ਘਰੋਂ ਆ ਕੇ ਲੈ ਕੇ ਜਾਂਦੇ ਸੀ ਭਾਈ ਨੌਕਰੀ ਕਰ। ਪਰ ਆਪ ਜੀ ਕੀ ਆ ਜੀ, 10ਵੀਂ ਦੇ ਵਿੱਚੋਂ ਫਸਟ ਆਏ ਸੀ ਪੂਰੇ ਜ਼ਿਲ੍ਹੇ ਦੇ ਵਿੱਚੋਂ। ਕੁਐਸਚਨ ਇੱਥੇ ਹੁਣ ਕੀ ਆਉਂਦਾ ਹੁੰਦਾ, ਕੁਐਸਚਨ ਆਉਂਦਾ ਹੁੰਦਾ ਵੀ ਕਿਹੜੇ ਸਾਲ ਦੀ 10ਵੀਂ ਕੀਤੀ, ਕਿੱਥੋਂ ਕੀਤੀ, ਕਿਹੜੇ ਸਕੂਲ ਤੋਂ ਕੀਤੀ, ਤਾਂ ਸਾਰਾ ਚੀਜ਼ਾਂ ਪੁੱਛੀਆਂ ਜਾਣਗੀਆਂ। ਮੈਂ ਜਿਹੜੀਆਂ ਚੀਜ਼ਾਂ ਹਾਈਲਾਈਟ ਕੀਤੀਆਂ ਨੇ ਉਹ ਦਿਮਾਗ ਦੇ ਵਿੱਚ ਜ਼ਿਹਨ 'ਚ ਰੱਖਣੀਆਂ ਨੇ ਤੁਸੀਂ। ਹੁਣ ਅੱਗੇ ਗੱਲ ਕਰਦੇ ਹਾਂ ਜੀ, ਕਹਿੰਦੇ ਉਹਨਾਂ ਨੂੰ, ਕਹਿੰਦੇ ਉਹਨਾਂ ਨੇ ਸਰਕਾਰੀ ਨੌਕਰੀ ਦੇ ਪਿੱਛੇ ਨਾ ਦੌੜ ਕੇ ਆਪਣੀ ਰੁਚੀ, ਕਹਿੰਦਾ ਇੱਕ ਲੇਖਕ ਦੇ ਤੌਰ ਤੇ ਕੰਮ ਕਰਨ ਵਿੱਚ ਸ਼ੁਰੂ ਕੀਤੀ। ਕਹਿਣ ਦਾ ਮਤਲਬ ਉਸ ਟਾਈਮ ਤੇ ਇਹਨਾਂ ਨੂੰ 3 ਨੌਕਰੀਆਂ ਮਿਲਦੀਆਂ ਸੀਗੀਆਂ ਬਹੁਤ ਵਧੀਆ ਲੈਵਲ ਦੀਆਂ, ਪਰ ਇਹਨਾਂ ਨੇ ਸਰਕਾਰੀ ਨੌਕਰੀ ਦੇ ਪਿੱਛੇ ਦੌੜੇ ਨਹੀਂ। ਇਹਨਾਂ ਦਾ ਜਿਹੜਾ ਆਪਣੀ ਰੁਚੀ ਕਿਹਦੇ ਵਿੱਚ ਸੀਗੀ? ਲਿਖਣ ਦੇ ਵਿੱਚ ਸੀਗੀ, ਲੇਖਕ ਦੇ ਤੌਰ ਤੇ ਸੀਗੀ, ਤਾਂ ਇਹਨਾਂ ਨੇ ਆਪਣਾ ਕੰਮ ਸ਼ੁਰੂ ਕਰਤਾ। ਹਾਲਾਂਕਿ ਅੱਗੇ ਜਾ ਕੇ ਆਪਾਂ ਪੜ੍ਹਾਂਗੇ ਜਿਹੜਾ ਇਹ ਲਿਖਣ ਦਾ ਕੰਮ ਇਹਨਾਂ ਨੇ ਸਕੂਲ ਦੇ ਵਿੱਚ ਹੀ ਸ਼ੁਰੂ ਕਰਤਾ ਸੀਗਾ 10ਵੀਂ ਪਾਸ ਕਰਨ ਤੋਂ ਪਹਿਲਾਂ, ਪਰ ਜਿਹੜਾ ਅਸਲ ਜਿਹੜਾ ਕੰਮ ਸ਼ੁਰੂ ਕੀਤਾ ਇਹਨਾਂ ਨੇ 10ਵੀਂ ਪਾਸ ਕਰਨ ਤੋਂ ਬਾਅਦ ਕੀਤਾ, ਜਾਣੀ ਕਿ ਜਿਹੜਾ ਛਪਾਈ ਸ਼ੁਰੂ ਹੋਈ ਹੈ ਇਹਨਾਂ ਦੀ ਪੁਸਤਕਾਂ ਦੀ ਉਹ ਬਾਅਦ 'ਚ ਹੋਈ ਹੈ। ਤਾਂ ਕਹਿੰਦਾ ਜੀ ਲੇਖਕ ਦੇ ਤੌਰ ਤੇ ਕੰਮ ਕਰਨਾ ਸ਼ੁਰੂ ਕਰਤਾ, ਤੇ ਕਹਿੰਦੇ ਸਕੂਲਾਂ ਦੇ ਲਈ ਕੀ ਕੀਤਾ ਇਹਨਾਂ ਨੇ, ਸਭ ਤੋਂ ਪਹਿਲਾਂ ਪਾਠ ਪੁਸਤਕਾਂ ਲਿਖੀਆਂ।
ਸਭ ਤੋਂ ਪਹਿਲਾਂ ਕੰਮ ਕੀ ਕੀਤਾ ਇਹਨਾਂ ਨੇ, ਸਕੂਲਾਂ ਦੇ ਵਾਸਤੇ ਜਿਹੜੀਆਂ ਜਿਹੜੀਆਂ ਟੈਕਸਟ ਬੁੱਕਸ ਹੁੰਦੀਆਂ ਨੇ ਉਹਨਾਂ ਨੂੰ ਲਿਖਣ ਦਾ ਕੰਮ ਸ਼ੁਰੂ ਕਰਤਾ। ਹੁਣ ਇਸੇ ਦੌਰਾਨ ਅਗਲਾ ਕੁਐਸਚਨ ਵੀ ਬਹੁਤ ਮੋਸਟ ਇੰਪੋਰਟੈਂਟ ਹੈ, ਇਸੇ ਦੌਰਾਨ ਭਾਈ ਵੀਰ ਸਿੰਘ ਜੀ ਨੇ ਸੰਸਕ੍ਰਿਤ ਤੇ ਸਿੱਖ ਸਾਹਿਤ ਦੀ ਸਿੱਖਿਆ, ਠੀਕ ਹੈ ਜਿਹਨੂੰ ਆਪਾਂ ਗਿਆਨੀ ਕਹਿੰਦੇ ਨੇ, ਉਸ ਟਾਈਮ ਤੇ ਗਿਆਨੀ ਕਹਿੰਦੇ ਸੀਗੇ, ਤਾਂ ਇਹਨਾਂ ਨੇ ਸੰਸਕ੍ਰਿਤ ਹੋ ਗਈ ਤੇ ਸਿੱਖ ਸਾਹਿਤ ਦੀ ਸਿੱਖਿਆ ਕਿਤੋਂ ਪ੍ਰਾਪਤ ਕੀਤੀ ਹੈ ਉਸ ਟਾਈਮ ਤੇ? ਗਿਆਨੀ ਹਰਭਜਨ ਸਿੰਘ ਜੀ ਤੋਂ ਪ੍ਰਾਪਤ ਕੀਤੀ, ਠੀਕ ਹੈ ਜੀ। ਕਿਹਨਾਂ ਨੇ ਪ੍ਰਾਪਤ ਕੀਤੀ? ਭਾਈ ਵੀਰ ਸਿੰਘ ਜੀ ਨੇ। ਇਹ ਕੁਐਸਚਨ ਬਹੁਤ ਆਉਂਦਾ ਹੁੰਦਾ ਹੈ ਵੀ ਗਿਆਨੀ ਹਰਭਜਨ ਸਿੰਘ ਜੀ ਤੋਂ ਕੀ ਪ੍ਰਾਪਤ ਕੀਤਾ ਭਾਈ ਵੀਰ ਸਿੰਘ ਜੀ ਨੇ? ਸੰਸਕ੍ਰਿਤ ਤੇ ਸਿੱਖ ਸਾਹਿਤ ਦੀ ਸਿੱਖਿਆ, ਠੀਕ ਹੈ ਜੀ, ਇਹ ਨੋਟ ਕਰ ਲਿਓ। ਅੱਗੇ ਗੱਲ ਕਰਦੇ ਹਾਂ ਜੀ ਆਪਾਂ, ਇਸ ਤੋਂ ਬਾਅਦ ਹੁਣ ਆਪਾਂ ਗੱਲ ਕਰਦੇ ਹਾਂ, ਇਹਨਾਂ ਨੇ ਹੁਣ ਨੌਕਰੀ ਤਾਂ ਕੀਤੀ ਨਹੀਂ, ਤੁਹਾਨੂੰ ਮੈਂ ਦੱਸਤਾ, ਹੁਣ ਮੈਟ੍ਰਿਕ 1891 'ਚ ਪਾਸ ਕਰ ਲਈ, ਨੌਕਰੀ ਪਾਸ ਕਰਨ ਮੈਟ੍ਰਿਕ ਪਾਸ ਕਰਨ ਤੋਂ ਬਾਅਦ ਇਹਨਾਂ ਨੇ ਕਿਸੇ ਨੌਕਰੀ ਦਾ ਪਿੱਛਾ ਨਹੀਂ ਕੀਤਾ। ਫਿਰ ਉਸ ਟਾਈਮ ਇਹਨਾਂ ਨੇ ਇੱਕ ਬੰਦਾ ਸੀਗਾ, ਇਹਨਾਂ ਦਾ ਦੋਸਤ ਸੀਗਾ ਸਰਦਾਰ ਵਜੀਰ ਸਿੰਘ, ਇਹਨਾਂ ਦੇ ਨਾਲ ਮਿਲ ਕੇ ਇਹਨਾਂ ਨੇ 1892 ਦੇ ਵਿੱਚ ਵਜੀਰ ਹਿੰਦ ਪ੍ਰੈਸ ਦੀ ਸਥਾਪਨਾ ਕੀਤੀ। ਹੁਣ ਤੁਹਾਡੇ ਦਿਮਾਗ ਦੇ ਵਿੱਚ ਆਇਆ ਹੋਊਗਾ ਵੀ ਇਹਨਾਂ ਨੇ ਪ੍ਰੈਸ ਦੀ ਸਥਾਪਨਾ ਕਿਉਂ ਕੀਤੀ, ਕਿਉਂਕਿ ਉਸ ਟਾਈਮ ਤੇ ਜਿਹੜੇ ਅੰਗਰੇਜ਼ ਸੀਗੇ ਪੰਜਾਬ ਜਾਂ ਕਹਿ ਲਓ ਆਪਣੇ ਹਿੰਦੁਸਤਾਨ ਦੇ ਉੱਪਰ ਅੰਗਰੇਜ਼ਾਂ ਦਾ ਰਾਜ ਸੀਗਾ, ਤੇ ਅੰਗਰੇਜ਼ ਉਸ ਟਾਈਮ ਤੇ ਕ੍ਰਿਸਚੀਅਨ ਯਾਨੀ ਕਿ ਈਸਾਈ ਧਰਮ ਨੂੰ ਬਹੁਤ ਪ੍ਰਚਲਿਤ ਕਰ ਰਹੇ ਸੀਗੇ, ਬਹੁਤ ਵਾਹ ਲਾ ਰਹੇ ਸੀਗੇ, ਠੀਕ ਹੈ ਜੀ। ਤਾਂ ਉਸ ਟਾਈਮ ਤੇ ਅੰਗਰੇਜ਼ ਕੀ ਕਰਦੇ ਸੀਗੇ, ਨਿੱਕੇ ਨਿੱਕੇ ਟ੍ਰੈਕਟ ਛਪਾਉਂਦੇ ਸੀਗੇ ਜਿਹਨੂੰ ਆਪਾਂ ਕਹਿੰਦੇ ਨੇ ਰਸਾਲੇ, ਰਸਾਲੇ ਛਪਾ ਕੇ ਲੋਕਾਂ ਨੂੰ ਜਾਗਰੂਕ ਕਰਦੇ ਸੀਗੇ। ਤਾਂ ਭਾਈ ਵੀਰ ਸਿੰਘ ਜੀ ਨੇ ਕਿਹਾ ਕਿਉਂ ਵੀ ਕਿਉਂ ਆਪਾਂ ਵੀ ਆਪਣੇ ਇਤਿਹਾਸ ਨੂੰ ਅੱਗੇ ਲੈ ਕੇ ਆਈਏ, ਸਿੱਖ ਇਤਿਹਾਸ ਨੂੰ ਅੱਗੇ ਲੈ ਕੇ ਆਈਏ। ਤਾਂ ਇਸ ਵਾਸਤੇ ਇਹਨਾਂ ਨੇ ਕੀ ਕੀਤਾ, ਕਿਸੇ ਨਾਲ ਮਿਲ ਕੇ ਪਾਰਟਨਰਸ਼ਿਪ ਕੀਤੀ। ਕਿਹਦੇ ਨਾਲ ਕੀਤੀ? ਸਰਦਾਰ ਵਜੀਰ ਸਿੰਘ ਜੀ ਨਾਲ ਮਿਲ ਕੇ 1892 ਦੇ ਵਿੱਚ। ਨੋਟ ਕਰ ਲਿਓ, ਕਈ ਵਾਰੀ ਨਾ ਆਪਸ਼ਨ ਕੀ ਆ ਜਾਂਦਾ, 1898 ਆ ਜਾਂਦਾ। 1898 ਦੇ ਵਿੱਚ ਕੀ ਕੀਤਾ ਸੀਗਾ ਉਹ ਵੀ ਮੈਂ ਦੱਸ ਦੂੰਗਾ, ਪਰ ਜਿਹੜੀ ਪ੍ਰੈਸ ਲਗਾਈ ਸੀਗੀ ਉਹ 1892 ਆ, ਯਾਦ ਰੱਖਣਾ। 1892 ਵਿੱਚ ਕਿਹੜੀ ਪ੍ਰੈਸ ਕੀਤੀ ਹੈ? ਇਹਨਾਂ ਦੇ ਨਾਮ ਤੇ ਹੀ ਸ਼ੁਰੂ ਕੀਤੀ ਸੀਗੀ, ਵਜੀਰ ਹਿੰਦ ਪ੍ਰੈਸ, ਠੀਕ ਹੈ ਜੀ। ਹਿੰਦ ਮਤਲਬ ਹਿੰਦੁਸਤਾਨ, ਠੀਕ ਹੈ ਜੀ। ਹੁਣ ਅੱਗੇ ਗੱਲ ਕਰਦੇ ਹਾਂ ਜੀ, 1898 ਦੀ ਜਿਹੜੀ ਗੱਲ ਆਉਂਦੀ ਆ ਉਹ ਤਾਂ ਆਉਂਦੀ ਆ 1898 ਦੇ ਵਿੱਚ ਜਿਹੜਾ ਇਹਦਾ ਪ੍ਰੈਸ ਦਾ ਪੂਰਾ ਕੰਟਰੋਲ ਕਿਹਦੇ ਕੋਲੇ ਆ ਜਾਂਦਾ? ਭਾਈ ਵੀਰ ਸਿੰਘ ਜੀ ਕੋਲੇ। ਇਸ ਚੀਜ਼ ਨੂੰ ਨੈਗੇਟਿਵ ਨਹੀਂ ਲੈਣਾ ਵੀ ਭਾਈ ਵੀਰ ਸਿੰਘ ਜੀ ਕੋਲੇ ਕੰਟਰੋਲ ਪਹਿਲਾਂ ਨਹੀਂ ਸੀਗਾ। ਕਹਿਣ ਦਾ ਭਾਵ ਕੀ ਹੈਗਾ, ਪਹਿਲਾਂ ਰਲ ਮਿਲ ਕੇ ਕੰਮ ਚੱਲਦਾ ਸੀ, ਪਰ ਉਸ ਤੋਂ ਬਾਅਦ ਸਾਰਾ ਕੰਮ ਕਿਹਨੇ ਸੰਭਾਲ ਲਿਆ? ਭਾਈ ਵੀਰ ਸਿੰਘ ਜੀ ਨੇ ਸੰਭਾਲ ਲਿਆ। ਕਦੋਂ ਸੰਭਾਲ ਲਿਆ? 1898 ਦੇ ਵਿੱਚ। ਤਾਂ ਇਹ ਲਗਾਈ ਕਿਉਂ ਸੀਗੀ? ਕਿਉਂਕਿ ਉਸ ਟਾਈਮ ਤੇ ਆਗਰਾ ਦੇ ਵਿੱਚ ਇੱਕ ਪ੍ਰੈਸ ਚੱਲਦੀ ਸੀਗੀ, ਕ੍ਰਿਸਚੀਅਨ ਐਂਡ ਕੁਛ ਨਾਮ ਸੀਗਾ, ਸ਼ਾਇਦ ਮੈਂ ਲਿਖਿਆ ਵੀ ਹੋਵੇ ਅੱਗੇ ਜੇ ਮੇਰੇ ਦਿਮਾਗ 'ਚ ਹੋਗਾ। ਤਾਂ ਮੈਂ ਉਸ ਟਾਈਮ ਤੇ ਇੱਕ ਨਾ ਪ੍ਰੈਸ ਚੱਲਦੀ ਸੀ ਅੰਗਰੇਜ਼ਾਂ ਦੀ ਆਗਰਾ ਦੇ ਵਿੱਚ, ਤਾਂ ਉਹ ਸੀਗੀ ਪ੍ਰੈਸ ਸੀਗੀ ਜਿਹਦੇ ਵਿੱਚ ਕ੍ਰਿਸਚੀਅਨ ਯਾਨੀ ਕਿ ਈਸਾਈ ਧਰਮ ਦੇ ਉੱਪਰ ਕੀ ਕੀਤੇ ਜਾਂਦੇ ਸੀਗੇ? ਰਸਾਲੇ ਛਾਪੇ ਜਾਂਦੇ ਸੀਗੇ, ਠੀਕ ਹੈ ਜੀ। ਉਸੇ ਕਰਕੇ ਇਹਨਾਂ ਨੇ ਕੀ ਕੀਤਾ ਸੀਗਾ, ਵਜ਼ੀਰ ਹਿੰਦ ਪ੍ਰੈਸ ਦੀ ਸਥਾਪਨਾ ਕੀਤੀ ਸੀਗੀ, ਤਾਂ ਜੋ ਸਿੱਖ ਇਤਿਹਾਸ ਨੂੰ ਆਪਾਂ ਅੱਗੇ ਲੈ ਕੇ ਆ ਸਕੀਏ। ਇਹ ਨੋਟ ਕਰ ਲਿਓ, 1898 ਵਿੱਚ ਇਹਨਾਂ ਕੋਲੇ ਪੂਰਾ ਕੰਟਰੋਲ ਆ ਜਾਂਦਾ ਪ੍ਰੈਸ ਦਾ। ਅੱਗੇ ਗੱਲ ਕਰਦੇ ਹਾਂ ਜੀ, ਇਸ ਤੋਂ ਬਾਅਦ ਇਹਨਾਂ ਨੇ ਕੀ ਕੀਤਾ, ਕਹਿੰਦੇ ਜੀ ਸਿੱਖ ਧਰਮ ਦੇ ਵਿੱਚ ਧਾਰਮਿਕ ਹੋ ਗਈਆਂ, ਵਿਦਿਅਕ ਹੋ ਗਈਆਂ, ਸੱਭਿਆਚਾਰਕ ਹੋ ਗਈਆਂ, ਜਿੰਨੀ ਵੀ ਜਾਗਰੂਕਤੀ ਲਿਆਉਣ ਵਾਸਤੇ ਇਹਨਾਂ ਨੇ ਅਗਲਾ ਕੰਮ ਕੀ ਕੀਤਾ, 1893 ਦੇ ਵਿੱਚ, 92 ਵਿੱਚ ਪ੍ਰੈਸ ਲਗਾਈ ਤੇ 93 ਵਿੱਚ ਕੀ ਕੀਤਾ, ਇਹਨਾਂ ਨੇ ਇੱਕ ਸੁਸਾਇਟੀ ਖੜੀ ਕੀਤੀ। ਉਹ ਸੁਸਾਇਟੀ ਦਾ ਨਾਮ ਕੀ ਸੀਗਾ? ਖਾਲਸਾ ਟ੍ਰੈਕਟ ਸੁਸਾਇਟੀ। ਟ੍ਰੈਕਟ ਦਾ ਮਤਲਬ ਹੁੰਦਾ ਰਸਾਲਾ। ਤਾਂ ਇਹਨਾਂ ਨੇ ਇਸ ਸੁਸਾਇਟੀ ਦੇ ਅਧੀਨ ਕੀ ਕੀਤਾ, ਛੋਟੇ ਛੋਟੇ ਟ੍ਰੈਕਟਾਂ ਰਾਹੀਂ ਪ੍ਰਚਾਰ ਦਾ ਕੰਮ ਸ਼ੁਰੂ ਕੀਤਾ। ਜਿਵੇਂ ਅੱਜ ਕੱਲ੍ਹ ਵੀ ਤੁਸੀਂ ਦੇਖਦੇ ਹੋਵੋਗੇ ਛੋਟੇ ਛੋਟੇ ਰਸਾਲੇ ਆਉਂਦੇ ਸਿੱਖ ਇਤਿਹਾਸ ਦੇ, ਤਾਂ ਉਸ ਟਾਈਮ ਤੇ ਵੀ ਇਹਨਾਂ ਨੇ ਛੋਟੇ ਛੋਟੇ ਰਸਾਲੇ ਛਾਪਣੇ ਸ਼ੁਰੂ ਕਰਤੇ। ਅੱਗੇ ਗੱਲ ਕਰੀਏ ਜੀ, ਕਹਿੰਦੇ ਨੋਟ, ਕਹਿੰਦੇ ਜੀ ਜਿਹੜੀ ਇਹ ਖਾਲਸਾ ਟ੍ਰੈਕਟ ਸੁਸਾਇਟੀ ਹੈਗੀ ਹੈ, ਇਹਦੀ ਸਥਾਪਨਾ ਵੀ ਇਹਨਾਂ ਨੇ ਆਪਣੇ ਇੱਕ ਦੋਸਤ ਕੌੜ ਸਿੰਘ ਦੇ ਨਾਲ ਮਿਲ ਕੇ ਸ਼ੁਰੂ ਕੀਤੀ ਸੀ। ਹਾਲਾਂਕਿ ਪੇਪਰ ਚ ਅੱਜ ਤੱਕ ਪੁੱਛਿਆ ਨਹੀਂ ਗਿਆ, ਪਰ ਹੋ ਸਕਦਾ ਵੀ ਆਉਣ ਵਾਲੇ ਪੇਪਰ ਦਾ ਲੈਵਲ ਥੋੜ੍ਹਾ ਟਫ ਹੋ ਜਾਵੇ, ਤੁਹਾਨੂੰ ਪੁੱਛ ਵੀ ਲਿਆ ਜਾਵੇ ਵੀ ਜਿਹੜੀ ਖਾਲਸਾ ਟ੍ਰੈਕਟ ਸੁਸਾਇਟੀ ਹੈ ਇਹ ਕਿਹਦੇ ਨਾਲ ਮਿਲ ਕੇ ਸ਼ੁਰੂ ਕੀਤੀ ਸੀਗੀ? ਆਪਣੇ ਇੱਕ ਦੋਸਤ ਕੌੜ ਸਿੰਘ ਨਾਲ। ਤੇ ਪਿੱਛੇ
ਜਿਹੜੀ ਵਜ਼ੀਰ ਹਿੰਦ ਪ੍ਰੈਸ ਸੀਗੀ ਉਹ ਤਾਂ ਚਲੋ ਵਜ਼ੀਰ ਸਿੰਘ ਜੀ ਨਾਲ ਹੀ ਸ਼ੁਰੂ ਕੀਤੀ ਸੀਗੀ। ਅੱਗੇ ਗੱਲ ਕਰੀਏ ਜੀ ਆਪਾਂ, ਕਹਿੰਦੇ ਜੀ ਇਸ ਸੁਸਾਇਟੀ ਨੂੰ ਖੜਾ ਕਰਨ ਦਾ ਮਕਸਦ ਕੀ ਸੀਗਾ? ਹੁਣ ਇਸ ਸੁਸਾਇਟੀ ਨੂੰ ਕਹਿ ਲਓ, ਪਿਛਲੀ ਪ੍ਰੈਸ ਨੂੰ ਕਹਿ ਲਓ, ਇਹਨੂੰ ਖੜਾ ਕਰਨ ਦਾ ਇੱਕੋ ਇੱਕ ਮਕਸਦ ਸੀਗਾ ਕਿ ਉਸ ਸਮੇਂ ਤੇ ਜਿਹੜੀ ਅੰਗਰੇਜ਼ੀ ਹਕੂਮਤ ਸੀਗੀ ਨਾ, ਈਸਾਈ ਮਤ ਦਾ ਪ੍ਰਚਾਰ ਕਰਨ ਵਾਸਤੇ ਆਗਰਾ ਦੇ ਵਿੱਚ ਇਹਨਾਂ ਨੇ ਇੱਕ ਪ੍ਰੈਸ ਲਗਾਈ ਸੀਗੀ, ਉਸ ਇੱਕ ਸੁਸਾਇਟੀ ਬਣਾਈ ਸੀਗੀ। ਉਸ ਸੁਸਾਇਟੀ ਦਾ ਨਾਮ ਕੀ ਸੀਗਾ? ਕ੍ਰਿਸਚੀਅਨ ਟ੍ਰੈਕਟ ਅਤੇ ਬੁੱਕ ਸੁਸਾਇਟੀ। ਠੀਕ ਹੈ ਜੀ। ਕਹਿਣ ਦਾ ਭਾਵ ਕੀ ਸੀਗਾ? ਅੰਗਰੇਜ਼ ਉਸ ਟਾਈਮ ਤੇ ਆਪਣੇ ਧਰਮ ਵੱਲ ਜ਼ਿਆਦਾ ਜ਼ੋਰ ਲਗਾ ਰਹੇ ਸੀਗੇ ਵੀ ਵੱਧ ਤੋਂ ਵੱਧ ਲੋਕਾਂ ਦਾ ਧਰਮ ਤਬਦੀਲ ਕੀਤਾ ਜਾਵੇ ਤਾਂ ਜੋ ਸਾਡੀਆਂ ਜਿਹੜੀਆਂ ਜੜ੍ਹਾਂ ਹੈਗੀਆਂ ਨੇ ਹਿੰਦੁਸਤਾਨ ਦੇ ਵਿੱਚ ਲੰਮੇ ਸਮੇਂ ਤੱਕ ਬਰਕਰਾਰ ਰਹਿ ਸਕਣ। ਤਾਂ ਇਸੇ ਕਰਕੇ ਫਿਰ ਇਹਨਾਂ ਨੇ ਆਪਣੀ ਸਮਝ ਦੇ ਮੁਤਾਬਕ ਪਹਿਲਾਂ ਪ੍ਰੈਸ ਲਗਾਈ, ਪ੍ਰੈਸ ਤੋਂ ਬਾਅਦ ਇੱਕ ਸੁਸਾਇਟੀ ਖੜੀ ਕੀਤੀ, ਸੁਸਾਇਟੀ ਦੇ ਅਧੀਨ ਕੀ ਸ਼ੁਰੂ ਕੀਤਾ? ਟ੍ਰੈਕਟ ਸ਼ੁਰੂ ਕੀਤੇ। ਠੀਕ ਹੈ ਜੀ। ਅੱਗੇ ਗੱਲ ਕਰਦੇ ਹਾਂ ਜੀ ਆਪਾਂ। ਹੁਣ ਅਗਲਾ ਕੁਐਸਚਨ ਇਹ ਪੁੱਛਦਾ ਹੁੰਦਾ ਹੈ ਵੀ ਜਿਹੜੀ ਖਾਲਸਾ ਟ੍ਰੈਕਟ ਸੁਸਾਇਟੀ ਹੈਗੀ ਹੈ, ਇਹਦੇ ਅਧੀਨ ਜਿਹੜੇ ਛਪਦੇ ਸੀ ਟ੍ਰੈਕਟ, ਉਸਦੇ ਵਿੱਚ ਜਿਹੜਾ ਪਹਿਲਾ ਟ੍ਰੈਕਟ ਛਾਪਿਆ ਗਿਆ, ਪਹਿਲਾ ਰਸਾਲਾ ਛਾਪਿਆ ਗਿਆ, ਉਹਦਾ ਸਿਰਲੇਖ ਕੀ ਹੈ? ਤਾਂ ਉਹਦਾ ਸਿਰਲੇਖ ਹੈਗਾ ਰਾਜੇ ਪ੍ਰਾਰਥਨਾ। ਤਾਂ ਸਿੱਖ ਇਤਿਹਾਸ ਦੇ ਵਿੱਚ ਅਰਦਾਸ ਦਾ, ਪ੍ਰਾਰਥਨਾ ਦਾ ਬਹੁਤ ਜ਼ਿਆਦਾ ਮਹੱਤਵ ਹੈ। ਇਹ ਜਿਹੜੀ ਪ੍ਰਾਰਥਨਾ ਹੈਗੀ ਹੈ ਇਹ ਕਿੱਥੋਂ ਲਈ ਗਈ ਸੀਗੀ? ਮਹਾਰਾਜਾ ਰਣਜੀਤ ਸਿੰਘ ਜੀ ਦੇ ਜੀਵਨ ਤੋਂ ਹੀ ਲਈ ਗਈ ਹੈ। ਠੀਕ ਹੈ ਜੀ। ਤਾਂ ਕੁਐਸਚਨ ਤੁਹਾਨੂੰ ਕਿਵੇਂ ਫਰੇਮ ਹੋਊਗਾ? ਵੈਸੇ ਅੱਜ ਰਾਤ ਵਾਲੀ ਕਲਾਸ ਦੇ ਵਿੱਚ ਮੈਂ ਭਾਈ ਵੀਰ ਸਿੰਘ ਜੀ ਦੇ ਜੀਵਨ ਦੇ ਉੱਪਰ ਆਧਾਰਿਤ ਹੀ ਕੁਐਸਚਨ ਲੈ ਕੇ ਆਊਂਗਾ, ਤਾਂ ਤੁਸੀਂ ਧਿਆਨ ਦੇ ਨਾਲ ਕਲਾਸ ਦੇਖ ਲਿਓ। ਕਹਿੰਦੇ ਜੀ ਇਹ ਜਿਹੜੀ ਪ੍ਰਾਰਥਨਾ ਹੈਗੀ ਆ, ਇਹ ਮਹਾਰਾਜਾ ਰਣਜੀਤ ਸਿੰਘ ਜੀ ਦੇ ਜ਼ਿੰਦਗੀ ਤੇ ਆਧਾਰਿਤ ਸੀਗੀ। ਠੀਕ ਹੈ ਜੀ। ਇਹ ਪਹਿਲਾ ਰਸਾਲਾ ਛਾਪਿਆ ਗਿਆ, ਉਹਦਾ ਸਿਰਲੇਖ ਸੀਗਾ ਪ੍ਰਾਰਥਨਾ। ਇਸ ਤੋਂ ਇਲਾਵਾ ਅਗਰ ਆਪਾਂ ਗੱਲ ਕਰੀਏ ਟਾਈਟਲ, ਜਿਹੜੀ ਖਾਲਸਾ ਟ੍ਰੈਕਟ ਸੁਸਾਇਟੀ ਸੀਗੀ ਇਹ ਕਿਹੜੇ ਟਾਈਟਲ ਦੇ ਅਧੀਨ ਕੰਮ ਕਰਦੀ ਸੀ? ਇਹ ਕਰਦੀ ਸੀ ਨਿਰਗੁਣ ਆਰਾ। ਠੀਕ ਹੈ ਜੀ। ਨਿਰਗੁਣ ਆਰਾ ਟਾਈਟਲ ਇੱਕ ਦਿੱਤਾ ਗਿਆ ਸੁਸਾਇਟੀ ਨੂੰ, ਉਹਦੇ ਅਧੀਨ ਸੁਸਾਇਟੀ ਇਹ ਕੰਮ ਕਰਦੀ ਸੀ। ਉਹਦੇ ਵਿੱਚ ਜਿਹੜਾ ਪਹਿਲਾ ਰਸਾਲਾ ਛਪਦਾ ਹੈ ਰਾਜੇ, ਉਹਦਾ ਸਿਰਲੇਖ ਕੀ ਹੈ? ਪ੍ਰਾਰਥਨਾ। ਉਹ ਕਿੱਥੋਂ ਲਿਆ ਗਿਆ? ਮਹਾਰਾਜਾ ਰਣਜੀਤ ਸਿੰਘ ਜੀ ਦੀ ਜ਼ਿੰਦਗੀ ਤੋਂ ਲਿਆ ਗਿਆ। ਆਈ ਹੋਪ ਤੁਹਾਨੂੰ ਸਾਰੀਆਂ ਗੱਲਾਂ ਕਲੀਅਰ ਹੋ ਗਈਆਂ ਹੋਣਗੀਆਂ। ਸਭ ਤੋਂ ਪਹਿਲਾਂ ਆਪਾਂ ਗੱਲ ਕਰਦੇ ਹਾਂ ਵੀ ਇਹਨਾਂ ਨੇ ਖਾਲਸਾ ਟ੍ਰੈਕਟ ਸੁਸਾਇਟੀ ਸ਼ੁਰੂ ਕੀਤੀ ਆਪਣੇ ਦੋਸਤ ਕੌਰ ਸਿੰਘ ਜੀ ਨਾਲ ਮਿਲ ਕੇ। ਫਿਰ ਇਹਨਾਂ ਨੇ ਇਹਦੇ ਵਿੱਚ ਪਹਿਲਾ ਰਸਾਲਾ ਛਾਪਿਆ, ਰਸਾਲੇ ਦਾ ਸਿਰਲੇਖ ਕੀ ਸੀਗਾ? ਪ੍ਰਾਰਥਨਾ। ਇਹ ਲਿਆ ਗਿਆ ਮਹਾਰਾਜਾ ਰਣਜੀਤ ਸਿੰਘ ਜੀ ਦੀ ਜ਼ਿੰਦਗੀ ਤੋਂ। ਤੇ ਇਸੇ ਸੁਸਾਇਟੀ ਦਾ ਟਾਈਟਲ ਕੀ ਹੈ? ਨਿਰਗੁਣ ਆਰਾ। ਠੀਕ ਹੈ ਜੀ। ਇਹਦੇ ਤਹਿਤ ਕੰਮ ਕਰਦੀ ਸੀਗੀ ਇਹ ਸਾਰੀ ਸੁਸਾਇਟੀ। ਇਸ ਤੋਂ ਬਾਅਦ ਅਗਰ ਆਪਾਂ ਗੱਲ ਕਰੀਏ ਸਭ ਤੋਂ ਮਹੱਤਵਪੂਰਨ ਗੱਲ, ਜੇ ਤੁਹਾਨੂੰ ਕੁਐਸਚਨ ਆਉਂਦਾ ਹੈ ਪੰਜਾਬੀ ਦਾ ਸਭ ਤੋਂ ਪਹਿਲਾ ਨਾਵਲ ਕਿਹੜਾ ਹੈ, ਜਾਂ ਫਿਰ ਭਾਈ ਵੀਰ ਸਿੰਘ ਜੀ ਦਾ ਸਭ ਤੋਂ ਪਹਿਲਾ ਨਾਵਲ ਕਿਹੜਾ ਹੈ? ਜਸਟ ਇੱਕ ਸੈਕਿੰਡ, ਮੈਂ ਪਾਣੀ ਪੀ ਲਾਂ ਜਾਂਦਾ, ਇੱਕ ਸੈਕਿੰਡ ਰੁਕ ਜਾਓ ਬਸ। ਹਾਂਜੀ। ਜੇ ਕਹਿ ਦੇਣ ਵੀ ਭਾਈ ਵੀਰ ਸਿੰਘ ਜੀ ਦਾ ਪਹਿਲਾ ਨਾਵਲ, ਜਾਂ ਫਿਰ ਕਹਿ ਦੇਣ ਪੰਜਾਬੀ ਦਾ ਪਹਿਲਾ ਨਾਵਲ ਕਿਹੜਾ? ਰਾਜੇ ਸੁੰਦਰੀ। ਠੀਕ ਹੈ ਜੀ। 1898 ਦੇ ਵਿੱਚ ਇਹ ਛਪਿਆ, ਬਹੁਤ ਇੰਪੋਰਟੈਂਟ ਡੇਟ ਹੈ ਇਹ। ਮੋਸਟ ਪ੍ਰੋਬਲੀ ਮਾਸਟਰ ਕੇਡਰ ETT ਦੇ ਵਿੱਚ ਤੇ ਟੈਟ ਦੇ ਪੇਪਰ 'ਚ ਬਹੁਤ ਪੁੱਛਿਆ ਜਾਂਦਾ ਹੈ। ਠੀਕ ਹੈ। ਤੁਹਾਨੂੰ ਹੋ ਸਕਦਾ ਵੀ ਆਉਣ ਵਾਲੇ PTET+ ਬੋਰਡ ਦੇ ਜਾਂ ਪੰਜਾਬ ਪੁਲਿਸ ਦੇ ਪੇਪਰ ਦੇ ਵਿੱਚ ਪੁੱਛਿਆ ਜਾਵੇ। ਤਾਂ 1898 ਦੇ ਵਿੱਚ ਕਹਿੰਦੇ ਜੀ ਆਪ ਜੀ ਦੇ ਸਾਹਿਤ ਰਚਨਾ ਦਾ ਯੁੱਗ ਦਾ ਆਰੰਭ ਹੁੰਦਾ ਜਦੋਂ ਆਪ ਜੀ ਨੇ ਸੁੰਦਰੀ ਨਾਵਲ ਪ੍ਰਕਾਸ਼ਿਤ ਕੀਤਾ। ਹੁਣ ਜਿਹੜਾ ਸੁੰਦਰੀ ਨਾਵਲ ਸੀਗਾ ਨਾ, ਇਹ ਵੀ ਇੱਕ ਸਿੱਖ ਇਤਿਹਾਸ ਦੇ ਨਾਲ ਸੰਬੰਧਿਤ ਨਾਵਲ ਹੈ। ਜਦੋਂ ਅਬਦਾਲੀ ਉਸ ਟਾਈਮ ਤੇ ਜਿਹੜੀਆਂ ਜੰਗਾਂ ਲੜ ਰਿਹਾ ਸੀ ਪੰਜਾਬ ਦੇ ਨਾਲ, ਕਹਿਣ ਦਾ ਭਾਵ ਕੀ ਹੈਗਾ, ਉਹਦੇ ਵਿੱਚ ਇੱਕ ਲੇਡੀ ਕਿੰਨੀ ਬਹਾਦਰੀ ਨਾਲ ਲੜਦੀ ਹੈ, ਉਹਦੇ ਜੀਵਨ ਦੇ ਉੱਪਰ ਆਧਾਰਿਤ ਸੀਗਾ। ਠੀਕ ਹੈ ਜੀ। ਇਹ ਸੁੰਦਰੀ ਨਾਵਲ, ਠੀਕ ਹੈ, ਇਹ ਯਾਦ ਰੱਖਣਾ ਤੁਸੀਂ। ਇਸ ਤੋਂ ਇਲਾਵਾ ਕਹਿੰਦੇ ਜੀ ਸੁੰਦਰੀ ਨਾਵਲ ਨੂੰ ਪੰਜਾਬੀ ਭਾਸ਼ਾ ਦਾ ਪਹਿਲਾ ਨਾਵਲ ਅਤੇ ਭਾਈ ਵੀਰ ਸਿੰਘ ਜੀ ਦੇ ਪਹਿਲੇ ਨਾਵਲ ਵਜੋਂ ਜਾਣਿਆ ਜਾਂਦਾ। ਇਹ ਮੋਸਟ ਮੋਸਟ ਇੰਪੋਰਟੈਂਟ ਲਾਈਨ ਹੈ ਤੁਹਾਡੇ ਵਾਸਤੇ, ਚਾਹੇ ਪੰਜਾਬੀ ਭਾਸ਼ਾ ਦਾ ਕਹਿ ਦੇਣ ਪਹਿਲਾ ਜਾਂ ਫਿਰ ਭਾਈ ਵੀਰ ਸਿੰਘ ਜੀ ਦਾ ਪਹਿਲਾ ਕਹਿ ਦੇਣ। ਠੀਕ ਹੈ ਜੀ। ਅੱਗੇ ਗੱਲ ਕਰਦੇ ਹਾਂ ਜੀ ਆਪਾਂ। ਇਸ ਤੋਂ ਇਲਾਵਾ ਕਹਿੰਦਾ ਜਿਹੜਾ ਇਹ ਸੁੰਦਰੀ ਨਾਵਲ ਹੈਗਾ ਇਹ ਕਿਹਦੇ ਉੱਪਰ ਆਧਾਰਿਤ ਹੈ? ਮੌਲਿਕਤਾ ਦੇ ਉੱਪਰ ਆਧਾਰਿਤ ਹੈ। ਠੀਕ ਹੈ ਜੀ। ਜਿਸ ਵਿੱਚ ਨਾਵਲ ਦੀ ਜਿਹੜੀ ਮੁੱਖ ਪਾਤਰ ਹੈਗੀ ਹੈ ਸੁੰਦਰੀ, ਇੱਕ
ਆਦਰਸ਼ਕ ਸਿੱਖ ਪਾਤਰ ਹੈ ਜਿਹੜੇ ਆਪਣੇ ਅਸੂਲਾਂ ਦੇ ਉੱਪਰ ਚੱਲਦੀ ਹੈ ਤੇ ਆਪਣਾ ਸਾਰਾ ਜਿਹੜਾ ਜੀਵਨ ਹੈਗਾ ਉਹ ਸਿੱਖ ਕੌਮ ਦੇ ਸੰਘਰਸ਼ ਨੂੰ ਕੀ ਕਰ ਦਿੰਦੀ ਹੈ, ਸਮਰਪਿਤ ਕਰ ਦਿੰਦੀ ਹੈ। ਠੀਕ ਹੈ ਜੀ, ਇਹ ਯਾਦ ਰੱਖਣਾ। ਠੀਕ ਹੈ, ਇਹ ਕਿਹੜੇ ਨਾਵਲ ਕਿਹਦੇ ਉੱਪਰ ਆਧਾਰਿਤ ਹੈ? ਮੌਲਿਕਤਾ ਦੇ ਉੱਪਰ ਆਧਾਰਿਤ ਹੈ, ਇਹ ਵੀ ਪੁੱਛਿਆ ਜਾ ਸਕਦਾ ਤੁਹਾਨੂੰ। ਅੱਗੇ ਗੱਲ ਕਰਦੇ ਹਾਂ ਜੀ ਆਪਾਂ, ਇਸ ਤੋਂ ਬਾਅਦ ਹੁਣ ਸਭ ਤੋਂ ਅਗਲਾ ਮਹੱਤਵਪੂਰਨ ਕੰਮ ਜਿਹੜਾ ਇਹਨਾਂ ਨੇ ਕੀਤਾ, ਵੈਸੇ ਤਾਂ ਇਹਨਾਂ ਦੀ ਜ਼ਿੰਦਗੀ ਦੇ ਵਿੱਚ ਸਾਰੇ ਕੰਮ ਹੀ ਮਹੱਤਵਪੂਰਨ ਹੈ, ਪਰ ਜਿਹੜੇ ਐਗਜ਼ਾਮ ਪੁਆਇੰਟ ਆਫ ਵਿਊ ਤੋਂ ਇੰਪੋਰਟੈਂਟ ਬਣਦੇ ਆ ਉਹ ਮੈਂ ਸਾਰੇ ਹਾਈਲਾਈਟ ਕਰਤੇ। 1899 ਦੇ ਵਿੱਚ ਇਹਨਾਂ ਨੇ ਖਾਲਸਾ ਸਮਾਚਾਰ ਸਪਤਾਹਿਕ ਆਰੰਭ ਕੀਤਾ, ਜਿਹੜਾ ਕਿ ਹਫ਼ਤੇਵਾਰ ਆਉਂਦਾ ਸੀਗਾ। ਸਪਤਾਹਿਕ ਦਾ ਮਤਲਬ ਹੁੰਦਾ ਹਫ਼ਤੇਵਾਰੀ, ਤਾਂ ਇਹਨਾਂ ਨੇ 1899 ਦੇ ਵਿੱਚ ਖਾਲਸਾ ਸਮਾਚਾਰ ਨੂੰ ਆਰੰਭ ਕੀਤਾ ਜਿਹੜਾ ਹੁਣ ਤੱਕ ਵੀ ਚੱਲ ਰਿਹਾ ਹੈ। ਇਹ ਗੱਲ ਨੋਟ ਕਰਨ ਵਾਲੀ ਹੈ, ਜਿਹੜਾ ਹੁਣ ਤੱਕ ਵੀ ਚੱਲ ਰਿਹਾ ਹੈ। ਇਸ ਤੋਂ ਅਗਲੀ ਗੱਲ ਜਿਹੜੀ ਨੋਟ ਕਰਨ ਵਾਲੀ ਇਹ ਹੈਗੀ ਹੈ, ਇਹ ਕਦੋਂ ਚਲਾਇਆ ਗਿਆ ਸੀਗਾ? ਗੁਰੂ ਨਾਨਕ ਦੇਵ ਜੀ ਦੇ ਜਨਮ ਦਿਹਾੜੇ ਨੂੰ ਸਮਰਪਿਤ। ਠੀਕ ਹੈ ਜੀ, 17 ਨਵੰਬਰ 1899 ਨੂੰ ਇਹ ਸ਼ੁਰੂ ਕੀਤਾ ਗਿਆ। ਕਿਹਨੂੰ ਸਮਰਪਿਤ ਸੀਗਾ? ਗੁਰੂ ਨਾਨਕ ਦੇਵ ਜੀ ਦੇ ਜਨਮ ਦਿਹਾੜੇ ਨੂੰ ਸਮਰਪਿਤ ਕੀਤਾ ਗਿਆ। ਕਿਹਨਾਂ ਵੱਲੋਂ? ਭਾਈ ਵੀਰ ਸਿੰਘ ਜੀ ਵੱਲੋਂ। ਕਹਿੰਦੇ ਜੀ ਸ਼ੁਰੂਆਤੀ ਦਿਨਾਂ ਦੇ ਵਿੱਚ ਕਿੱਥੋਂ ਛਪਦਾ ਸੀਗਾ ਰਾਜੇ? ਅੰਮ੍ਰਿਤਸਰ ਤੋਂ ਛਪਦਾ ਸੀਗਾ। ਠੀਕ ਹੈ ਜੀ, 1900 1899 ਤੋਂ ਲੈ ਕੇ, ਠੀਕ ਹੈ ਜੀ, 1990 ਤੱਕ ਇਹ ਅੰਮ੍ਰਿਤਸਰ ਹੀ ਛਪਦਾ ਰਿਹਾ। ਕਿੱਥੇ ਛਪਦਾ ਰਿਹਾ? ਅੰਮ੍ਰਿਤਸਰ ਸਾਹਿਬ। ਠੀਕ ਹੈ ਜੀ, ਜਦੋਂ ਭਾਈ ਵੀਰ ਸਿੰਘ ਜੀ ਦੀ ਡੈਥ ਹੋ ਜਾਂਦੀ ਹੈ ਉਸ ਤੋਂ ਬਾਅਦ, ਠੀਕ ਹੈ ਜੀ, ਦਸੰਬਰ 1990 ਤੱਕ ਇਹ ਕਿੱਥੇ ਛਪਦਾ ਰਿਹਾ? ਅੰਮ੍ਰਿਤਸਰ ਹੀ ਛਪਦਾ ਰਿਹਾ। ਉਸ ਤੋਂ ਬਾਅਦ ਇਹ ਦਿੱਲੀ ਤੋਂ ਛਪਣਾ ਸ਼ੁਰੂ ਹੋ ਗਿਆ, ਜਿਹੜਾ ਅੱਜ ਤੱਕ ਜਾਰੀ ਹੈ, ਅੱਜ ਵੀ ਛਪਦਾ ਹੈ। ਕਿਉਂ ਛਪਦਾ ਹੈ? ਜਿਹੜੀ ਦਿੱਲੀ ਦੇ ਵਿੱਚ ਇੱਕ ਸੰਸਥਾ ਹੈਗੀ ਹੈ, ਕਿਹੜੀ ਸੰਸਥਾ ਹੈ? ਭਾਈ ਵੀਰ ਸਿੰਘ ਜੀ ਸਾਹਿਤ ਸਦਨ। ਇਹ ਵੀ ਨੋਟ ਕਰ ਲਿਓ, ਦਿੱਲੀ ਦੇ ਵਿੱਚ ਇਹਨੂੰ ਅਖਬਾਰ ਨੂੰ ਕੌਣ ਛਾਪਦਾ ਹੈ? ਭਾਈ ਵੀਰ ਸਿੰਘ ਜੀ ਸਾਹਿਤ ਸਦਨ ਜਿਹੜਾ ਹੈਗਾ ਉਹਨਾਂ ਵੱਲੋਂ ਇਹ ਪ੍ਰਕਾਸ਼ਨ ਕੀਤਾ ਜਾਂਦਾ ਹੈ। ਸ਼ੁਰੂ ਕਦੋਂ ਕੀਤਾ ਸੀਗਾ? 1899 ਨੂੰ ਸ਼ੁਰੂ ਕੀਤਾ ਸੀਗਾ, 17 ਨਵੰਬਰ, ਕਿਉਂਕਿ ਗੁਰੂ ਨਾਨਕ ਦੇਵ ਜੀ ਦਾ ਜਨਮ ਦਿਹਾੜਾ ਹੁੰਦਾ, ਉਹਨੂੰ ਸਮਰਪਿਤ ਕੀਤਾ ਗਿਆ ਸੀਗਾ। ਸਟਾਰਟਿੰਗ ਤੋਂ ਲੈ ਕੇ ਹੁਣ ਤੱਕ 1990 ਤੱਕ ਅੰਮ੍ਰਿਤਸਰ ਦੇ ਵਿੱਚ ਛਪਦਾ ਸੀਗਾ, ਉਸ ਤੋਂ ਬਾਅਦ ਦਿੱਲੀ ਤੋਂ ਛਪਣਾ ਸ਼ੁਰੂ ਹੋ ਗਿਆ, ਜਿਹੜਾ ਕਿ ਅੱਜ ਤੱਕ ਛਪ ਰਿਹਾ ਹੈ। ਤੇ ਇਹਨੂੰ ਛਾਪ ਕੌਣ ਰਿਹਾ? ਭਾਈ ਵੀਰ ਸਿੰਘ ਜੀ ਸਾਹਿਤ ਸਦਨ ਨੂੰ ਇਹਨੂੰ ਪ੍ਰਕਾਸ਼ਿਤ ਕਰ ਰਿਹਾ ਹੈ। ਤੇ ਇਹ ਹਫ਼ਤਾਵਾਰੀ ਕੀ ਹੈ? ਇੱਕ ਅਖਬਾਰ ਹੈ। ਹੁਣ ਉਸ ਤੋਂ ਅਗਲੀਆਂ ਮਹਾਨ ਰਚਨਾਵਾਂ ਜਿਹੜੀਆਂ ਕੀਤੀਆਂ ਨੇ ਭਾਈ ਵੀਰ ਸਿੰਘ ਜੀ ਨੇ, ਉਹ ਕਿਹੜੀਆਂ ਕੀਤੀਆਂ ਨੇ? ਵਿਜੇ ਸਿੰਘ, ਠੀਕ ਹੈ ਜੀ, ਵਿਜੇ ਸਿੰਘ ਹੋ ਗਿਆ। ਵਿਜੇ ਸਿੰਘ ਦੇ ਦੋ ਭਾਗ ਨੇ ਰਾਜੇ, ਠੀਕ ਹੈ, ਇਹ ਨੋਟ ਕਰ ਲਿਓ। ਤੇ ਸਤਵੰਤ ਕੌਰ ਦੇ ਦੋ ਭਾਗ, ਠੀਕ ਹੈ ਜੀ, ਇਹ ਦੋਨੇ ਭਾਗ ਜਿਹੜੇ ਹੈਗੇ ਆ ਇਹ ਛਾਪੇ ਗਏ। ਸਤਵੰਤ ਕੌਰ ਦਾ ਜਿਹੜਾ ਦੂਜਾ ਭਾਗ ਛਪਿਆ ਰਾਜੇ 1927 ਚ ਛਪਿਆ ਸੀਗਾ। ਇਸ ਸਾਲ ਕਹਿੰਦਾ ਜੀ ਵਿਜੇ ਸਿੰਘ ਦੇ ਦੋਵੇਂ ਭਾਗ 1899 ਦੇ ਵਿੱਚ ਹੀ ਕੀ ਕੀਤਾ ਇਹਨਾਂ ਨੇ? ਵਿਜੇ ਸਿੰਘ ਦੇ ਦੋਵੇਂ ਭਾਗ ਛਾਪਤੇ। ਤੇ ਸਤਵੰਤ ਕੌਰ ਜਿਹੜਾ ਇਹਨਾਂ ਦਾ ਨਾਵਲ ਸੀਗਾ ਉਹਦਾ ਪਹਿਲਾ ਭਾਗ ਛਾਪਿਆ ਗਿਆ 1900 ਦੇ ਵਿੱਚ। ਠੀਕ ਹੈ ਜੀ, ਇਹ ਨੋਟ ਕਰ ਲਿਓ। ਅੱਗੇ ਗੱਲ ਕਰੀਏ ਜੀ ਆਪਾਂ, ਇਸ ਦੇ ਵਿੱਚ ਕਹਿੰਦੇ ਜੀ ਸਤਵੰਤ ਕੌਰ ਦਾ ਜਿਹੜਾ ਦੂਜਾ ਭਾਗ ਹੈਗਾ 1927 ਦੇ ਵਿੱਚ ਛਾਪਿਆ ਗਿਆ। ਇਹ ਮੈਂ ਹੁਣ ਕੁਸ਼ਚਨ ਤੁਹਾਨੂੰ ਕਿਉਂ ਕਰਵਾ ਰਿਹਾ? ਕਿਉਂਕਿ ਐਗਜ਼ਾਮ ਦੇ ਵਿੱਚ ਪੁੱਛ ਲੈਂਦੇ ਆ ਵੀ ਸਤਵੰਤ ਕੌਰ ਜਿਹੜਾ ਨਾਵਲ ਹੈਗਾ ਇਹਦਾ ਦੂਜਾ ਭਾਗ ਕਦੋਂ ਛਪਿਆ, ਇਹਦਾ ਪਹਿਲਾ ਭਾਗ ਕਦੋਂ ਛਾਪਿਆ ਗਿਆ, ਤਾਂ ਇਹ ਡੇਟ ਤੁਸੀਂ ਯਾਦ ਰੱਖਣੀਆਂ ਨੇ। ਇਸ ਤੋਂ ਬਾਅਦ ਅਗਰ ਆਪਾਂ ਗੱਲ ਕਰੀਏ ਸੁੰਦਰੀ ਨਾਵਲ ਜਿਹੜਾ ਆਪਾਂ ਲਿਖਿਆ ਪਿੱਛੇ 1898 ਦੇ ਵਿੱਚ, ਠੀਕ ਹੈ ਜੀ, ਆਹ ਦੇਖੋ ਸੁੰਦਰੀ ਨਾਵਲ ਦੀ ਆਪਾਂ ਗੱਲ ਕੀਤੀ ਹੈ ਨਾ ਪਿੱਛੇ, ਆ ਪਿੱਛੇ ਸੁੰਦਰੀ ਨਾਵਲ ਦੀ ਗੱਲ ਕੀਤੀ 1898। ਇਸ ਤੋਂ ਬਾਅਦ ਹੁਣ ਆਪਾਂ ਗੱਲ ਕੀਤੀ ਹੈ ਵਿਜੇ ਨਾਟਕ ਦੀ, ਵਿਜੇ ਨਾਵਲ ਦੀ ਗੱਲ ਕੀਤੀ ਹੈ। ਵਿਜੇ ਸਿੰਘ ਨਾਵਲ ਹੋ ਗਿਆ, ਸਤਵੰਤ ਕੌਰ ਹੋ ਗਿਆ, ਹੋਰ ਲਿਖਤਾਂ ਦੇ ਰਾਹੀਂ ਕਹਿੰਦੇ ਜੀ ਭਾਈ ਵੀਰ ਸਿੰਘ ਜੀ ਨੇ 18ਵੀਂ ਸਦੀ ਦੇ ਇਤਿਹਾਸ ਨੂੰ ਮੁੜ ਸੁਰਜੀਤ ਕੀਤਾ। ਤੇ ਮੈਂ ਤੁਹਾਨੂੰ ਸਟਾਰਟਿੰਗ ਤੋਂ ਕਹਿ ਰਿਹਾ ਇਹਨਾਂ ਦਾ ਜਿਹੜਾ ਪਿਛੋਕੜ ਹੈਗਾ, ਘਰਾਣਾ ਹੈਗਾ, ਉਹ ਵੀ 18ਵੀਂ ਸਦੀ ਦੇ ਸਿੱਖਾਂ ਦੇ ਨਾਲ ਸੰਬੰਧਿਤ ਹੈ। ਤੇ ਜਿਹੜਾ ਇਹਨਾਂ ਦਾ ਨਾਟਕ ਸੁੰਦਰੀ ਹੋ ਗਿਆ, ਵਿਜੇ ਸਿੰਘ ਹੋ ਗਿਆ, ਸਤਵੰਤ ਕੌਰ ਹੋ ਗਿਆ, ਇਹ ਸਾਰੀਆਂ ਲਿਖਤਾਂ ਸਿੱਖ ਇਤਿਹਾਸ ਦੀ ਇੱਕ ਝਲਕ ਦਿਖਾਉਂਦੀਆਂ ਨੇ। ਤਾਂ ਇਸੇ ਕਰਕੇ ਕਿਹਾ ਜਾਂਦਾ ਵੀ ਇਹਨਾਂ ਨਾਟਕਾਂ ਦੇ ਰਾਹੀਂ ਜਾਂ ਇਹਨਾਂ ਲਿਖਤਾਂ ਦੇ ਰਾਹੀਂ ਭਾਈ ਵੀਰ ਸਿੰਘ ਜੀ ਨੇ ਮੁੜ 18ਵੀਂ ਸਦੀ ਦੇ ਇਤਿਹਾਸ ਨੂੰ ਕੀ ਕੀਤਾ? ਸੁਰਜੀਤ ਕੀਤਾ, ਮੁੜ ਖੜਾ ਕੀਤਾ। ਠੀਕ ਹੈ ਜੀ, ਲੋਕਾਂ ਵਿੱਚ ਕੀ ਲੈ ਕੇ ਆਉਂਦੀ? ਜਾਗਰੂਕਤਾ ਲੈ ਕੇ ਆਉਂਦੀ। ਇਸ ਤੋਂ ਬਾਅਦ ਆਪਾਂ ਗੱਲ ਕਰਦੇ ਹਾਂ ਅਗਲਾ ਜਿਹੜਾ ਇਹਨਾਂ ਨੇ ਮਹਾਨ ਕੰਮ ਕੀਤਾ,
1905 ਦੇ ਵਿੱਚ ਕੀਤਾ। ਆਪ ਜੀ ਨੇ ਆਧੁਨਿਕ ਪੰਜਾਬੀ ਕਾਵਿ ਨੂੰ ਆਪਣਾ ਮਹਾਂਕਾਵਿ ਰਾਣਾ ਸੂਰਤ ਸਿੰਘ ਭੇਟ ਕੀਤਾ। ਬਹੁਤ ਜ਼ਿਆਦਾ ਮਸ਼ਹੂਰ ਹੋਇਆ ਰਾਜੇ ਇਹ ਮਹਾਂਕਾਵਿ ਰਾਣਾ ਸੂਰਤ ਸਿੰਘ, ਠੀਕ ਹੈ ਜੀ। ਇਹ ਇਹਨਾਂ ਨੇ ਦੇਖੋ ਰਾਣਾ ਸੂਰਤ ਸਿੰਘ ਜਿਹੜਾ ਛਪਿਆ ਰਾਜੇ 1905 ਦੇ ਵਿੱਚ ਛਪਿਆ, ਪਰ ਤੁਹਾਨੂੰ ਇਹ ਨਾਲ ਇਹ ਵੀ ਯਾਦ ਰੱਖਣਾ ਪੈਣਾ ਹੈ ਜਿਹੜਾ 1900 ਮਤਲਬ ਜਿਹੜਾ ਇਹ ਜਿਹੜਾ ਮਹਾਂਕਾਵਿ ਹੈਗਾ ਰਾਣਾ ਸੂਰਤ ਸਿੰਘ, ਇਹ ਪਹਿਲਾਂ ਇਹ ਕੀ ਕਰਦੇ ਸੀਗੇ ਛੋਟੇ ਛੋਟੇ ਟ੍ਰੈਕਟਾਂ ਦੇ ਰੂਪ ਦੇ ਵਿੱਚ ਛਾਪਦੇ ਸੀਗੇ, ਮਤਲਬ ਕਿ ਪਾਠ ਦੇ ਵਿੱਚ ਲੜੀਵਾਰ ਰਸਾਲਿਆਂ ਦੇ ਰੂਪ ਦੇ ਵਿੱਚ ਛਾਪਿਆ ਜਾਂਦਾ ਸੀਗਾ। ਕਦੋਂ? 1904 ਦੇ ਵਿੱਚ। 1904 ਦੇ ਵਿੱਚ ਰਾਣਾ ਸੂਰਤ ਸਿੰਘ ਲੜੀਵਾਰ ਟ੍ਰੈਕਟਾਂ ਦੇ ਰੂਪ ਦੇ ਵਿੱਚ ਪ੍ਰਕਾਸ਼ਿਤ ਕੀਤਾ ਜਾਂਦਾ ਸੀਗਾ, ਪਰ ਜਿਹੜਾ ਇਹ ਬੁੱਕ ਦੇ ਰੂਪ ਤੇ ਛਾਪਿਆ ਗਿਆ, ਪੁਸਤਕ ਦੇ ਰੂਪ ਤੇ ਛਾਪਿਆ ਗਿਆ, ਕਦੋਂ ਛਾਪਿਆ ਗਿਆ? 1905। ਤਾਂ ਹੋ ਸਕਦਾ ਵੈਸੇ ਇੰਨੀ ਡਿਟੇਲ 'ਚ ਨਹੀਂ ਆਉਂਦਾ ਵੀ ਤੁਹਾਨੂੰ ਡਾਇਰੈਕਟ ਪੁੱਛਣਗੇ ਵੀ ਰਾਣਾ ਸੂਰਤ ਸਿੰਘ ਜਿਹੜਾ ਮਹਾਂਕਾਵਿ ਹੈ ਕਦੋਂ ਛਾਪਿਆ ਗਿਆ, 1905 ਆਂਸਰ ਆ ਜਾਊਗਾ। ਪਰ ਜੇ ਤੁਹਾਨੂੰ ਐਂ ਪੁੱਛਿਆ ਗਿਆ ਵੀ ਇਹ ਲੜੀਵਾਰ ਟ੍ਰੈਕਟਾਂ ਦੇ ਰੂਪ 'ਚ ਕਦੋਂ ਛਾਪਿਆ ਗਿਆ, ਤਾਂ 1904, ਠੀਕ ਹੈ ਜੀ, ਯਾਦ ਰੱਖ ਲਈ ਦੋਨੇ ਡੇਟਸ। ਅੱਗੇ ਗੱਲ ਕਰਦਾ ਜੀ, ਕਹਿੰਦਾ ਇਹ ਮਹਾਂਕਾਵਿ ਦੇ ਵਿੱਚ ਰਾਣਾ ਸੂਰਤ ਸਿੰਘ ਦੀ ਕੌਮੀ ਯੁੱਧ ਵਿੱਚ ਸ਼ਹੀਦੀ, ਬੇਸਿਕਲੀ ਇਹਦੇ ਵਿੱਚ ਨਾ ਜਿਹੜੀਆਂ ਆਪਣੇ ਸਿੱਖ ਸੂਰਮੇ ਹੋ ਗਏ ਜਾਂ ਕੋਈ ਵੀ ਸੂਰਮੇ ਜਿਹੜੇ ਜੰਗ ਦੇ ਵਿੱਚ ਸ਼ਹੀਦ ਹੋ ਜਾਂਦੇ, ਉਹਦੇ ਪਿੱਛੋਂ ਉਹਨਾਂ ਦੀ ਵਿਧਵਾ ਦੇ ਜੀਵਨ ਦੇ ਬਾਰੇ ਜਿਹੜੀ ਪੀੜ ਹੈਗੀ ਆ ਉਹਨੂੰ ਕੀ ਕੀਤਾ ਗਿਆ, ਪ੍ਰਕਾਸ਼ਿਤ ਕੀਤਾ ਗਿਆ, ਉਹਨੂੰ ਉਜਾਗਰ ਕੀਤਾ ਗਿਆ ਕਹਿ ਸਕਦੇ ਹਾਂ ਆਪਾਂ। ਤਾਂ ਕਹਿੰਦੇ ਇਸ ਮਹਾਂਕਾਵਿ ਦੇ ਵਿੱਚ ਰਾਣਾ ਸੂਰਤ ਸਿੰਘ ਜੀ ਦੀ ਕੌਮੀ ਯੁੱਧ ਵਿੱਚ ਸ਼ਹੀਦੀ ਪਿੱਛੋਂ ਉਹਨਾਂ ਦੀ ਪਤਨੀ ਰਾਣੀ ਰਾਜ ਕੌਰ ਤੇ ਉਸਦੇ ਵਿਛੋੜੇ ਦੇ ਵਿੱਚ ਵਿਆਕੁਲ ਹੋਈ ਤੜਫਦੀ ਹੈ, ਪਰ ਬਾਅਦ ਦੇ ਵਿੱਚ ਜਿਹੜੀ ਉਹ ਤੜਫਦੀ ਹੋਈ ਰੂਹ ਨੂੰ ਸ਼ਾਂਤੀ ਕਦੋਂ ਮਿਲਦੀ ਹੈ? ਜਦੋਂ ਉਹ ਪ੍ਰਮਾਤਮਾ ਦੇ ਨਾਲ ਜੁੜ ਜਾਂਦੀ ਹੈ, ਪ੍ਰਮਾਤਮਾ ਦੀ ਯਾਦ ਦੇ ਵਿੱਚ ਪਾਠ ਕਰਦੀ ਹੈ, ਜੁੜਦੀ ਹੈ, ਤਾਂ ਜਾ ਕੇ ਉਹਨੂੰ ਸ਼ਾਂਤੀ ਮਿਲਦੀ ਹੈ, ਤਾਂ ਉਹਦੇ ਭਾਣੇ ਵਿੱਚ ਰਹਿੰਦੀ ਹੈ। ਤਾਂ ਇਹ ਪੂਰਾ ਮਹਾਂਕਾਵਿ ਹੈ। ਤਾਂ ਗੱਲ ਸਮਝ ਆ ਗਈ ਹੈ 1905 ਵਿੱਚ ਕੀ ਹੈ ਜੀ ਰਾਣਾ ਸੂਰਤ ਸਿੰਘ। ਅੱਗੇ ਗੱਲ ਕਰਦੇ ਹਾਂ ਜੀ, ਕਹਿੰਦੇ ਇਸ ਦਰਦ ਨੂੰ ਮਿਟਾਉਣ ਦੇ ਲਈ ਯਤਨ ਕੀਤੇ ਜਾਂਦੇ ਆ, ਪਰ ਅੰਤ ਵਿੱਚ ਗੁਰਮਤ ਦਾ ਸਹਾਰਾ ਹੀ ਉਸ ਨੂੰ ਕੀ ਕਰਦਾ, ਆਤਮਿਕ ਸੁੱਖ ਦਿੰਦਾ। ਇਹ ਮੈਂ ਤੁਹਾਨੂੰ ਪਹਿਲਾਂ ਦੱਸਤਾ, ਇਹ ਉਹਨਾਂ ਦੀ ਰਾਣੀ ਰਾਜ ਕੌਰ ਜੀ ਬਾਰੇ ਕਿਹਾ ਜਾਂਦਾ ਹੈ। ਤਾਂ ਅਗਲਾ ਜਿਹੜਾ ਮੇਨ ਪੁਆਇੰਟ ਨੋਟ ਕਰਨਾ ਰਾਜੇ, ਜਿਹੜਾ ਰਾਣਾ ਸੂਰਤ ਸਿੰਘ ਮਹਾਂਕਾਵਿ ਹੈ ਇਹਨੂੰ ਕਿਹੜੇ ਛੰਦ ਦੇ ਵਿੱਚ ਪਰੋਇਆ ਗਿਆ ਹੈ? ਸ੍ਰੀ ਖੰਡੀ ਛੰਦ ਦੇ ਵਿੱਚ। ਇਹ ਵੀ ਕੁਐਸਚਨ ਬਹੁਤ ਪੁੱਛਦੇ ਹੁੰਦੇ ਆ, ਕਿਹੜੇ ਛੰਦ ਦੇ ਤਹਿਤ ਬੰਦ ਕੀਤਾ ਗਿਆ? ਸ੍ਰੀ ਖੰਡੀ ਛੰਦ ਦੇ ਤਹਿਤ ਬੰਦ ਕੀਤਾ ਗਿਆ, ਠੀਕ ਹੈ ਜੀ। ਹੁਣ ਅਗਲੇ ਆਪਾਂ ਗੱਲ ਕਰਦੇ ਹਾਂ, ਇਸ ਤੋਂ ਬਾਅਦ 1909 ਤੋਂ ਲੈ ਕੇ 21 ਤੱਕ, ਠੀਕ ਹੈ, ਜਿਹੜਾ ਸਮਾਂ ਸੀਗਾ 1909 ਤੋਂ ਲੈ ਕੇ 21 ਤੱਕ, ਇਹਨਾਂ ਨੇ ਲਹਿਰਾਂ ਦੇ ਹਾਰ, ਸੁਭਾਗ ਜੀ, ਠੀਕ ਹੈ ਜੀ, ਰਾਜਾ ਲਖਦਾਤਾ ਸਿੰਘ, ਭਰਥਰੀ ਹਰੀ ਜੀਵਨ ਤੇ ਨੀਤੀ ਸ਼ਤਕ ਆਦਿ ਲਿਖੇ। ਇਹ ਸਾਰੇ ਆਪਾਂ ਨੂੰ ਯਾਦ ਕਰਨ ਦੀ ਜ਼ਰੂਰਤ ਨਹੀਂ ਹੈਗੀ, ਆਪਾਂ ਕਿਹੜੇ ਕਿਹੜੇ ਯਾਦ ਕਰਨੇ ਤੁਹਾਨੂੰ ਮੈਂ ਦੱਸ ਦਿੰਦਾ, ਠੀਕ ਹੈ ਜੀ, ਕਿਹੜੇ ਕਿਹੜੇ ਯਾਦ ਕਰਨੇ ਤੁਹਾਨੂੰ ਮੈਂ ਦੱਸ ਦਿੰਦਾ। ਹੁਣ ਜਿਹੜਾ ਲਹਿਰਾਂ ਦੇ ਹਾਰ ਹੈ, ਲਹਿਰਾਂ ਦੇ ਹਾਰ ਦੇ ਵਿੱਚ ਬੇਸਿਕਲੀ ਹੈ ਕੀ ਸੀਗਾ, ਇਹਦੇ ਵਿੱਚ ਛੋਟੀਆਂ ਛੋਟੀਆਂ ਕਵਿਤਾਵਾਂ ਸੀਗੀਆਂ। ਲਹਿਰਾਂ ਦੇ ਹਾਰ ਜਿਹੜਾ ਮੰਨਿਆ ਜਾਂਦਾ ਵੀ 1921 'ਚ ਮੰਨਿਆ ਜਾਂਦਾ ਹੈ, ਜਿਹੜਾ ਸੰਪੂਰਨ ਹੋਇਆ ਸੀਗਾ 1909 ਤੋਂ ਸ਼ੁਰੂ ਕੀਤਾ ਇਹਨਾਂ ਨੇ। 1909 ਤੋਂ ਲੈ ਕੇ 1921 ਤੱਕ ਜਿੰਨੀਆਂ ਵੀ ਇਹਨਾਂ ਨੇ ਕਵਿਤਾਵਾਂ ਲਿਖੀਆਂ ਨੇ ਉਹਨਾਂ ਨੂੰ ਇੱਕ ਲੜੀ ਦੇ ਵਿੱਚ ਪਰੋਤਾ, ਉਹਨੂੰ ਕਹਿ ਦਿੰਦੇ ਆ ਲਹਿਰਾਂ ਦੇ ਹਾਰ। ਤੇ ਸਭ ਤੋਂ ਮਹੱਤਵਪੂਰਨ ਗੱਲ ਜਿਹੜੀ ਹੈਗੀ ਹੈ ਉਹ ਗੱਲ ਕਰਦੇ ਆਪਾਂ ਰੁਬਾਈ ਦੀ, ਠੀਕ ਹੈ। ਜਸਟ ਇੱਕ ਸੈਕਿੰਡ ਰੁਕਿਓ, ਮੈਂ ਤੁਹਾਨੂੰ ਚੀਜ਼ ਦੱਸਦਾ, ਇੱਕ ਸੈਕਿੰਡ ਰੁਕਿਓ। ਮੈਂ ਪਤਾ ਨਹੀਂ ਨੋਟ ਕੀਤੀ ਕਿ ਨਹੀਂ ਕੀਤੀ, ਤੁਹਾਨੂੰ ਮੈਂ ਇੱਕ ਚੀਜ਼ ਦੱਸ ਕੇ ਜਾਊਂਗਾ, ਬਹੁਤ ਹੀ ਇੰਪੋਰਟੈਂਟ ਚੀਜ਼ ਹੈ, ਇੱਕ ਸੈਕਿੰਡ ਰੁਕ ਜਾਓ ਬਸ। ਹਾਂਜੀ, ਇਹਦੇ ਵਿੱਚ ਕੀ ਕਰ ਰਹੇ ਸੀ ਰਾਜੇ ਆਪਾਂ? ਆਪਾਂ ਗੱਲ ਕਰ ਰਹੇ ਸੀਗੇ ਵੀ 1909 ਤੋਂ ਲੈ ਕੇ 21 ਦੇ ਵਿਚਕਾਰ ਉਹਨਾਂ ਨੇ ਜਿਹੜੀਆਂ ਛੋਟੀਆਂ ਛੋਟੀਆਂ ਕਵਿਤਾਵਾਂ ਲਿਖੀਆਂ ਨੇ ਨਾ, ਉਹਨਾਂ ਨੂੰ ਨਾਮ ਦਿੱਤਾ ਗਿਆ ਲਹਿਰਾਂ ਦੇ ਹਾਰ, ਜਿਹੜਾ ਕਿ 1901 ਦੇ ਵਿੱਚ ਛਪ ਕੇ ਕੰਪਲੀਟ ਹੋਈਆਂ। ਤੇ ਜਿਹੜੀਆਂ ਇਹਨਾਂ ਦੀ ਕਵਿਤਾਵਾਂ ਲਿਖੀਆਂ ਸੀਗੀਆਂ ਇਹਦੇ ਵਿੱਚ ਇਹਨਾਂ ਨੇ ਜਿਹੜੀ ਸ਼ਬਦ ਵਰਤਿਆ ਰੁਬਾਈ, ਪੰਜਾਬ ਦੇ ਵਿੱਚ ਰੁਬਾਈ ਲਿਖਣ ਦੀ ਪਿਰਤ ਜਿਹੜੀ ਪਾਈ ਹੈ ਇਹ ਭਾਈ ਵੀਰ ਸਿੰਘ ਜੀ ਨੇ ਪਾਈ ਹੈ। ਰੁਬਾਈ ਬੇਸਿਕਲੀ ਇੱਕ ਨਾ ਅਰਬੀ ਭਾਸ਼ਾ ਦਾ ਸ਼ਬਦ ਹੈ, ਠੀਕ ਹੈ ਜੀ, ਅਰਬੀ ਭਾਸ਼ਾ ਦਾ ਸ਼ਬਦ ਹੈ ਰੁਬਾਈ, ਜਿਹਦਾ ਮਤਲਬ ਕੀ ਆਪਾਂ ਕਹਿ ਸਕਦੇ ਹਾਂ ਤੁਰਾਨਾ ਵੀ ਕਹਿ ਸਕਦੇ ਹਾਂ। ਰੁਬਾਈ ਜਿਹੜੀ ਹੁੰਦੀ ਨਾ ਰਾਜੇ, ਉਹਦੇ ਚਾਰ ਚਰਨ ਹੁੰਦੇ ਆ, ਚਾਰ ਚਰਨ ਦਾ ਮਤਲਬ ਚਾਰ ਹਿੱਸੇ ਹੁੰਦੇ ਆ। ਪੰਜਾਬ ਦੇ ਵਿੱਚ ਅੱਜ ਕੱਲ੍ਹ ਰੁਬਾਈ ਕੌਣ ਗਾਉਂਦਾ? ਜੇ ਤੁਸੀਂ ਸਤਿੰਦਰ ਸਰਤਾਜ ਜੀ ਨੂੰ ਸੁਣਦੇ ਆ ਤਾਂ ਤੁਹਾਨੂੰ ਯਾਦ ਹੋਊਗਾ ਵੀ ਉਹ ਰੁਬਾਈ ਗਾਉਂਦੇ ਆ।
ਰੁਬਾਈ ਦੇ ਜਿਹੜਾ ਪਹਿਲਾ ਚਰਨ ਹੈਗਾ ਉਹਦੇ ਵਿੱਚ ਕੀ ਹੁੰਦਾ ਹੈ? ਪਹਿਲੇ ਚਰਨ ਦੇ ਵਿੱਚ ਇਹ ਪਹਿਲੇ ਜਿਹੜੇ ਦੋ ਚਰਨ ਹੁੰਦੇ ਉਹਦੇ ਵਿੱਚ ਖਿਆਲ ਆਉਂਦਾ ਹੈ, ਖਿਆਲ ਗਾਇਆ ਜਾਂਦਾ ਹੈ। ਅਗਲਾ ਜਿਹੜਾ ਚਰਨ ਹੁੰਦਾ ਉਹਦੇ ਵਿੱਚ ਕੀ ਕੀਤਾ ਜਾਂਦਾ? ਵਿਅੰਗ ਕੱਸਿਆ ਜਾਂਦਾ ਉਹਦੇ ਉੱਪਰ, ਤੇ ਲਾਸਟ ਦੇ ਵਿੱਚ ਉਹਦਾ ਕੀ ਕੀਤਾ ਜਾਂਦਾ? ਨਿਚੋੜ ਕੱਢਿਆ ਜਾਂਦਾ, ਜਿਵੇਂ ਆਪਾਂ ਕਹਿੰਦੇ ਹਾਂ ਸਿੱਟਾ ਕੱਢ ਦਿੰਦੇ ਆ, ਇਹਨੂੰ ਕਹਿ ਦਿੰਦੇ ਆ ਰੁਬਾਈ। ਪਰ ਭਾਈ ਵੀਰ ਸਿੰਘ ਜੀ ਨੇ ਇਹਨੂੰ ਰੁਬਾਈ ਨਹੀਂ ਕਿਹਾ, ਇਹਨੂੰ ਰੁਬਾਈ ਨੂੰ ਕੀ ਨਾਮ ਦਿੱਤਾ? ਤੁਰਿਆਈ ਦਾ ਨਾਮ ਦਿੱਤਾ। ਠੀਕ ਹੈ ਜੀ, ਜਿਹੜੀ ਰੁਬਾਈ ਸੀਗੀ ਨਾ ਇਹ ਤਾਂ ਇੱਕ ਪੁਰਾਣਾ ਮਤਲਬ ਜਿਹੜਾ ਚੱਲ ਰਿਹਾ ਸੀਗਾ ਉਹਨੂੰ ਇੱਕ ਨਵਾਂ ਨਾਮ ਕੀ ਦਿੱਤਾ ਇਹਨਾਂ ਨੇ, ਤੁਰਿਆਈ ਨਾਮ ਦਿੱਤਾ। ਤਾਂ ਰੁਬਾਈ ਕੀ ਹੈ? ਬੇਸਿਕਲੀ ਅਰਬੀ ਭਾਸ਼ਾ ਦਾ ਸ਼ਬਦ ਹੈ ਜਿਹਨੂੰ ਤੁਰਾਨਾ ਵੀ ਕਹਿੰਦੇ। ਉਹਦੇ ਵਿੱਚ ਚਾਰ ਚਰਨ ਹੁੰਦੇ ਆ, ਪਹਿਲੇ ਦੋ ਚਰਨ ਖਿਆਲਾਂ ਦੇ ਹੁੰਦੇ ਆ, ਇੱਕ ਵਿਅੰਗ ਦਾ ਹੁੰਦਾ, ਇੱਕ ਸਿੱਟੇ ਦਾ ਹੁੰਦਾ। ਤਾਂ ਇਹ ਲਹਿਰਾਂ ਦੇ ਹਾਰ ਦੇ ਵਿੱਚ ਗੱਲ ਕੀਤੀ ਗਈ ਹੈ। ਅੱਗੇ ਆਪਾਂ ਗੱਲ ਕਰਦੇ ਹਾਂ ਲਹਿਰਾਂ ਦੇ ਹਾਰ ਦੇ ਵਿੱਚ ਕਿਹੜੀਆਂ ਕਿਹੜੀਆਂ ਇਹਨਾਂ ਨੇ ਕਵਿਤਾਵਾਂ ਗਾਈਆਂ ਨੇ ਜਾਂ ਲਿਖੀਆਂ ਨੇ, ਤਾਂ 8 ਭਾਗਾਂ ਦੇ ਵਿੱਚ ਇਹਨਾਂ ਨੇ ਵੰਡਿਆ ਗਿਆ। ਸਭ ਤੋਂ ਪਹਿਲਾਂ ਜਿਹੜੀ ਇਹਨਾਂ ਦੀ ਕਵਿਤਾ ਹੁੰਦੀ ਹੈ ਤ੍ਰੇਲ ਤੁਪਕੇ, ਠੀਕ ਹੈ, ਬਹੁਤ ਮਸ਼ਹੂਰ ਹੈ। 1901 ਦੇ ਵਿੱਚ ਇਹ ਲਿਖੀ ਗਈ ਤੇ 56 ਵਿੱਚ ਰਬਾਈਆਂ ਆਉਂਦੀਆਂ। ਕਈ ਜਗ੍ਹਾ ਤੇ 57 ਵੀ ਲਿਖਿਆ ਹੋਇਆ ਪਰ 56 ਅਥੈਂਟੀਕੇਟ ਹੈ, 56 ਰਬਾਈਆਂ ਦੇ ਵਿੱਚ ਇਹਨਾਂ ਨੇ ਇਹਨੂੰ ਕੰਪਲੀਟ ਕੀਤਾ। ਅਗਲੀ ਜਿਹੜੀ ਮੈਂ ਕਵਿਤਾ ਦੀ ਗੱਲ ਕਰੂੰਗਾ ਜੀਵਨ ਕੀ ਹੈ, ਇਹ ਇੱਕ ਲੰਬੀ ਕਵਿਤਾ ਹੈ, ਠੀਕ ਹੈ ਜੀ। ਇਸ ਤੋਂ ਬਾਅਦ ਅਗਰ ਆਪਾਂ ਗੱਲ ਕਰੀਏ ਦਿਲ ਤਰੰਗ, ਜਿਹੜੀਆਂ ਮੈਂ ਡੇਟਸ ਲਿਖੀਆਂ ਨੇ ਉਹੀ ਲਿਖੀਆਂ ਨੇ ਜਿਹੜੀਆਂ ਐਗਜ਼ਾਮ 'ਚ ਪੁੱਛੀਆਂ ਜਾ ਸਕਦੀਆਂ। ਹੁਣ ਦਿਲ ਤਰੰਗ ਦੇ ਵਿੱਚ ਕੀ ਹੈ? 15 ਨਿੱਕੀਆਂ ਕਵਿਤਾਵਾਂ ਨੇ, 1920 ਦੇ ਵਿੱਚ ਇਹ ਛਪੀ ਸੀਗੀ, ਠੀਕ ਹੈ ਜੀ। ਬੁਲਬੁਲ ਦੇ ਰਾਹੀ, ਇਹਦੇ ਵਿੱਚ ਕੀ ਹੈ? ਇੱਕ ਲੰਮੀ ਕਵਿਤਾ ਹੈ ਜੋ ਉਰਦੂ ਦੇ ਵਿੱਚ ਹੈ ਤੇ 1907 ਵਿੱਚ ਇਹ ਨੈਣੀਤਾਲ ਦੇ ਵਿੱਚ ਲਿਖੀ ਗਈ। ਕਿਹਨਾਂ ਵੱਲੋਂ? ਭਾਈ ਵੀਰ ਸਿੰਘ ਜੀ ਵੱਲੋਂ। ਅਗਰ ਆਪਾਂ ਨੈਕਸਟ ਦੀ ਗੱਲ ਕਰੀਏ 5 ਨੰਬਰ ਦੀ ਗੱਲ ਕਰੀਏ ਤਾਂ ਇਹਨਾਂ ਨੇ ਲਿਖਿਆ ਜੀ ਪੁਸ਼ਪਾਤ ਚੰਦਰਾਵਤੀ, ਠੀਕ ਹੈ ਜੀ। ਇੱਕ ਦੇਵਿਆ ਛੰਦ ਹੈ ਜਿਹੜਾ 1907 ਦੇ ਵਿੱਚ ਨੈਣੀਤਾਲ ਦੇ ਵਿੱਚ ਲਿਖਿਆ, ਠੀਕ ਹੈ। ਅੱਗੇ ਅਗਰ ਆਪਾਂ ਗੱਲ ਕਰੀਏ ਇਹਦੇ ਵਿੱਚ ਬਿਸਮਲ ਮੋਰ, ਠੀਕ ਹੈ ਜੀ, ਇਹ ਬੈਂਤਾ ਦੇ ਵਿੱਚ ਛਪੀ ਸੀਗੀ 1922 ਦੇ ਵਿੱਚ। ਤੇ ਅਗਲੀ ਸੈਕੰਡ ਲਾਸਟ ਹੈਗੀ ਹੈ ਫੁੰਡਿਆ ਤੋਤਾ, ਇੱਕ ਲੰਮੀ ਕਹਾਣੀ ਹੈ, ਗੱਲਬਾਤਾਂ ਦੇ ਰਾਹੀਂ ਲੰਮੀ ਕਹਾਣੀ ਨੂੰ ਪੇਸ਼ ਕੀਤਾ ਗਿਆ। ਤੇ ਲਾਸਟ ਹੈਗਾ ਜੀ ਗੋਦਾਵਰੀ ਦਾ ਗੀਤ, ਠੀਕ ਹੈ ਜੀ। ਇਹਦੇ ਵਿੱਚ ਇਹਨਾਂ ਨੇ ਬੇਸਿਕਲੀ ਇਹਨਾਂ ਨੇ ਨਾ ਅੱਗੇ ਜਾ ਕੇ ਤੁਸੀਂ ਦੇਖੋਗੇ ਤਾਂ ਗੁਰੂ ਨਾਨਕ ਸਾਹਿਬ ਜੀ ਦੇ ਜੀਵਨ ਤੇ ਕਲਗੀਧਰ ਪਿਤਾ 10ਵੇਂ ਪਾਤਸ਼ਾਹ ਦੇ ਜੀਵਨ ਦੇ ਉੱਪਰ ਬਹੁਤ ਚੀਜ਼ਾਂ ਲਿਖੀਆਂ ਨੇ। ਤਾਂ ਗੋਦਾਵਰੀ ਤੁਹਾਨੂੰ ਯਾਦ ਆ ਗਿਆ ਹੋਊਗਾ। ਨੰਦੇੜ ਸਾਹਿਬ, ਨੰਦੇੜ ਸਾਹਿਬ ਜਿਹੜਾ ਆਪਣਾ ਤਖਤ ਹੈਗਾ, 5ਵਾਂ ਤਖਤ ਹੈਗਾ, ਉਹ ਕਿੱਥੇ ਆ? ਗੋਦਾਵਰੀ ਨਦੀ ਦੇ, ਨਦੀ ਦੇ ਕੰਢੇ ਦੇ ਉੱਪਰ ਹੈ। ਤਾਂ ਕਹਿੰਦੇ ਗੋਦਾਵਰੀ ਦੇ ਗੀਤ ਵਿੱਚ ਇਹਨਾਂ ਨੇ ਕਿਹਦੀ ਗੱਲ ਕੀਤੀ ਹੈ? ਸ਼੍ਰੀ ਕਲਗੀਧਰ ਜੀ ਦੇ ਗੋਦਾਵਰੀ ਵਿੱਚ ਚਰਨ ਕਮਲ, ਠੀਕ ਹੈ ਜੀ, ਉਹਦੀ ਗੱਲ ਕੀਤੀ ਹੈ। ਇਹ ਬੇਸਿਕਲੀ 1922 ਦੇ ਵਿੱਚ ਇਹ ਵੱਖਰੀ ਛਪੀ ਸੀਗੀ, ਪ੍ਰੋਫੈਸਰ ਪੂਰਨ ਸਿੰਘ ਜੀ ਨੇ 1922 ਦੇ ਵਿੱਚ ਇਹਦਾ ਅੰਗਰੇਜ਼ੀ ਅਨੁਵਾਦ ਵੀ ਕੀਤਾ, ਠੀਕ ਹੈ ਜੀ। 1922 ਦੇ ਵਿੱਚ ਇਹ ਵੱਖਰੀ ਛਪੀ ਆ ਗੋਦਾਵਰੀ ਦਾ ਗੀਤ, ਇਹਦਾ ਇੰਗਲਿਸ਼ ਦੇ ਵਿੱਚ ਅਨੁਵਾਦ ਕਿਹਨੇ ਕੀਤਾ? ਪ੍ਰੋਫੈਸਰ ਪੂਰਨ ਸਿੰਘ ਜੀ ਨੇ। ਇਹਨਾਂ ਦੇ ਬਾਰੇ ਆਪਾਂ ਅਗਲੀ ਵੀਡੀਓ ਵਿੱਚ ਪੜਾਂਗੇ, ਪ੍ਰੋਫੈਸਰ ਪੂਰਨ ਸਿੰਘ ਜੀ ਬਾਰੇ, ਉਹ ਵੀ ਬਹੁਤ ਮਹੱਤਵਪੂਰਨ ਸਾਹਿਤਕਾਰ ਹੋਏ ਨੇ। ਤਾਂ ਇਹ ਜਿਹੜੀਆਂ ਮੈਂ ਤੁਹਾਨੂੰ ਲਹਿਰਾਂ ਦਾ ਹਾਰ ਕਰਾਇਆ, ਇਹਦੇ ਵਿੱਚ ਮੈਂ 8 ਕਵਿਤਾਵਾਂ ਦੀ ਗੱਲ ਕੀਤੀ ਹੈ, ਤੇ 8ੇ ਕਵਿਤਾਵਾਂ ਦੇ ਵਿੱਚ ਮੈਂ ਤੁਹਾਨੂੰ ਦੱਸਤਾ ਵੀ ਕਿਹੜੀ ਕਿਹੜੀ ਕਵਿਤਾ ਕਿਵੇਂ ਲਿਖੀ ਗਈ ਹੈ ਤੇ ਉਹਦੇ ਵਿੱਚ ਕਿਹਦੀ ਗੱਲ ਕੀਤੀ ਗਈ ਹੈ, ਠੀਕ ਹੈ। ਇੱਥੇ ਇੱਕ ਵਾਰੀ ਨਿਗਾਹ ਮਾਰ ਲਿਓ, ਤੁਹਾਨੂੰ ਪੁੱਛਿਆ ਜਾ ਸਕਦਾ ਹੈ। ਅੱਗੇ ਨੈਕਸਟ ਆਪਾਂ ਗੱਲ ਕਰਦੇ ਹਾਂ ਜੀ ਅਗਲੀ, ਅੱਗੇ ਜਿਹੜਾ ਇਹਨਾਂ ਦਾ ਜਿਹੜਾ ਸਭ ਤੋਂ ਅਗਲਾ ਮਹਾਨ ਕੰਮ ਕੀਤਾ ਇਹਨਾਂ ਨੇ, ਜਿਹੜਾ ਤੁਹਾਨੂੰ ਮੈਂ ਸੁਭਾਗ ਜੀ ਦੀ ਗੱਲ ਕੀਤੀ ਸੀ, ਸੁਭਾਗ ਜੀ ਜਿਹੜਾ ਹੈਗਾ ਉਹਦਾ ਪੂਰਾ ਨਾਮ ਕੀ ਹੈ? ਸੁਭਾਗ ਜੀ ਦਾ ਸੁਧਾਰ ਹੱਥੀ ਬਾਬਾ ਨੌਦ ਸਿੰਘ। ਬਾਬਾ ਨੌਦ ਸਿੰਘ ਜੀ ਕੌਣ ਨੇ? ਜਿਹੜੇ ਬਾਬਾ ਦੀਪ ਸਿੰਘ ਜੀ ਨਾਲ ਰਲ ਕੇ ਇਹਨਾਂ ਨੇ ਅੰਮ੍ਰਿਤਸਰ ਦੀ ਜੰਗ ਲੜੀ ਸੀਗੀ, ਠੀਕ ਹੈ ਜੀ। ਬਾਬਾ ਨੌਦ ਸਿੰਘ ਜੀ ਦੀ ਸਮਾਧ ਵੀ ਬਣੀ ਹੋਈ ਹੈ ਅੰਮ੍ਰਿਤਸਰ ਦੇ ਨੇੜੇ, ਤੁਸੀਂ ਜੇ ਗਏ ਹੋਗੇ ਜ਼ਰੂਰ ਦੇਖੀ ਹੋਊਗੀ। ਤਾਂ ਇਹਨਾਂ ਨੇ ਜਿਹੜਾ ਇਹ ਲਿਖਿਆ 1907 ਦੇ ਵਿੱਚ ਲਿਖਿਆ, ਕਹਿੰਦੇ ਜੀ ਇਸ ਨੂੰ ਲੜੀਵਾਰ ਟ੍ਰੈਕਟਾਂ ਦੇ ਰੂਪ ਦੇ ਵਿੱਚ ਪ੍ਰਕਾਸ਼ਿਤ ਕੀਤਾ ਗਿਆ, ਰਸਾਲਿਆਂ ਦੇ ਰੂਪ ਦੇ ਵਿੱਚ ਪ੍ਰਕਾਸ਼ਿਤ ਕੀਤਾ ਗਿਆ, ਪਰ 1901 ਦੇ ਵਿੱਚ, ਠੀਕ ਹੈ, ਯਾਦ ਰੱਖਿਓ 1901 ਦੇ ਵਿੱਚ ਇਹਨੂੰ ਇੱਕ ਬੁੱਕ ਦੇ ਰੂਪ ਦੇ ਵਿੱਚ, ਪੁਸਤਕ ਦੇ ਰੂਪ ਦੇ ਵਿੱਚ ਕੀ ਕੀਤਾ ਗਿਆ? ਮੁੜ ਪ੍ਰਕਾਸ਼ਿਤ ਕੀਤਾ ਗਿਆ। ਇਹਦੇ ਬਾਰੇ ਵੀ ਬਹੁਤ ਪੁੱਛਦੇ ਹੁੰਦੇ ਆ, ਇਹ ਮੈਂ ਕੁਐਸਚਨ ਤੁਹਾਨੂੰ ਰਾਤ ਵਾਲੀ ਕਲਾਸ 'ਚ ਜ਼ਰੂਰ ਪੁੱਛੂੰਗਾ, ਠੀਕ ਹੈ ਜੀ, ਨੋਟ ਕਰ ਲਿਓ। ਅੱਗੇ ਆਪਾਂ ਗੱਲ ਕਰੀਏ ਅਗਲਾ ਜਿਹੜਾ ਇਹਨਾਂ ਦਾ ਮੁੱਖ ਕੰਮ ਸੀਗਾ, ਰਾਜਾ ਲਖ ਦਾਤਾ ਸਿੰਘ ਨਾਟਕ। ਇਹ ਪੰਜਾਬੀ ਦਾ ਪਹਿਲਾ ਨਾਟਕ ਮੰਨਿਆ ਜਾਂਦਾ ਹੈ, ਹਾਲਾਂਕਿ ਇਸ ਤੋਂ ਪਹਿਲਾਂ ਵੀ ਨਾਟਕ ਆਏ ਆ ਪਰ ਉਹਦੇ ਵਿੱਚ ਕਿਤੇ ਨਾ ਕਿਤੇ ਮਿਕਸ ਸੀਗਾ, ਸੰਸਕ੍ਰਿਤ ਸੀਗੀ ਜਾਂ ਹਿੰਦੀ ਸੀ ਜਾਂ ਬ੍ਰਜ ਭਾਸ਼ਾ ਸੀਗੀ। ਪਿਓਰ ਪੰਜਾਬੀ ਦਾ ਜਿਹੜਾ ਪਹਿਲਾ ਨਾਟਕ ਇਹ ਹੈ ਰਾਜਾ ਲਖ ਦਾਤਾ ਸਿੰਘ, ਠੀਕ ਹੈ ਜੀ, ਇਹਨੂੰ ਮੰਨਿਆ ਜਾਂਦਾ ਹੈ।
ਤੇ ਕਹਿੰਦੇ ਜੀ ਸਿੱਖੀ ਸੁਧਾਰ ਦਾ ਪਹਿਲਾ ਪੰਜਾਬੀ ਨਾਟਕ ਜੋ 1910 ਦੇ ਵਿੱਚ ਭਾਈ ਵੀਰ ਸਿੰਘ ਜੀ ਵੱਲੋਂ ਰਚਿਆ ਗਿਆ। ਤਾਂ ਡੇਟ ਵੀ ਯਾਦ ਰੱਖ ਲੈਣੀ ਹੈ 1910 ਈਅਰ ਯਾਦ ਰੱਖ ਲਿਓ, ਤੇ ਕਿਹਨਾਂ ਨੇ ਰਚਿਆ ਇਹ? ਭਾਈ ਵੀਰ ਸਿੰਘ ਜੀ ਨੇ। ਓਬਵੀਅਸ ਆਪਾਂ ਉਹਨਾਂ ਦੀ ਜੀਵਨ ਬਾਰੇ ਪੜ੍ਹ ਰਹੇ ਹਾਂ ਤਾਂ ਉਹਨਾਂ ਨੇ ਹੀ ਇਹ ਰਚਨਾ ਕੀਤੀ ਹੈ। ਤਾਂ ਮੈਂ ਤੁਹਾਨੂੰ ਹੁਣ ਕੱਲੀ ਕੱਲੀ ਚੀਜ਼ ਪੜ੍ਹਾ ਰਿਹਾ ਜਿਹੜੀ ਤੁਹਾਨੂੰ ਐਗਜ਼ਾਮ ਦੇ ਵਿੱਚ ਪੁੱਛੀ ਜਾ ਸਕਦੀ ਹੈ। ਇਸ ਤੋਂ ਬਾਅਦ ਆਪਾਂ ਅੱਗੇ ਗੱਲ ਕਰਦੇ ਹਾਂ, ਭਰਥਰੀ ਹਰੀ ਦੀ ਗੱਲ ਕਰਦੇ ਹਾਂ। ਇਹ ਵੀ ਇੱਕ ਸਫਲ ਅਨੁਵਾਦ ਸੀਗਾ ਜੋ 1916 ਦੇ ਵਿੱਚ ਕਹਿੰਦੇ ਜੀ ਪ੍ਰਕਾਸ਼ਿਤ ਹੋਇਆ, ਤੇ ਇਹ ਕਿੱਸਾ ਚਾਤ੍ਰਿਕ ਦੇ ਵੱਲੋਂ ਵੀ ਲਿਖਿਆ ਗਿਆ, ਧਨੀ ਰਾਮ ਚਾਤ੍ਰਿਕ ਜੀ ਨਾ, ਉਹਨਾਂ ਨੇ ਵੀ ਇਹ ਕਿੱਸਾ ਲਿਖਿਆ ਹੋਇਆ ਭਰਥਰੀ ਹਰੀ। ਠੀਕ ਹੈ ਜੀ, ਇਹਦੇ ਬਾਰੇ ਕੋਈ ਜ਼ਿਆਦਾ ਡਿਟੇਲ 'ਚ ਜ਼ਿਆਦਾ ਗੱਲ ਕਰਨ ਦੀ ਜ਼ਰੂਰਤ ਨਹੀਂ ਹੈਗੀ ਜੀ। ਇਸ ਤੋਂ ਬਾਅਦ ਆਪਾਂ ਗੱਲ ਕਰਦੇ ਹਾਂ ਮਟਕ ਹੁਲਾਰੇ 1924 ਦੇ ਵਿੱਚ। ਬੇਸਿਕਲੀ ਜਿਹੜੇ ਮਟਕ ਹੁਲਾਰੇ ਹੈਗੇ ਆ ਨਾ, ਇਹ ਜਦੋਂ ਇਹਨਾਂ ਨੂੰ ਕੁਦਰਤ ਦਾ ਕਵੀ ਕਹਿੰਦੇ ਆ, ਆਪਾਂ ਸ਼ਾਇਦ ਤੁਸੀਂ ਸੁਣਿਆ ਹੋਊਗਾ ਵੀ ਕੁਦਰਤ ਦਾ ਕਵੀ ਕੌਣ ਆ? ਭਾਈ ਵੀਰ ਸਿੰਘ ਜੀ ਇਹ ਕੁਦਰਤ ਨੂੰ ਯਾਨੀ ਕਿ ਨੇਚਰ ਨੂੰ ਬਹੁਤ ਪਿਆਰ ਕਰਦੇ ਸੀਗੇ। ਜਦੋਂ ਇਹ ਕਸ਼ਮੀਰ ਘੁੰਮਣ ਗਏ ਸੀਗੇ ਉੱਥੇ ਜਿਹੜੇ ਵੀ ਇਹਨਾਂ ਨੇ ਸੁੰਦਰ ਦ੍ਰਿਸ਼ ਦੇਖੇ ਸੀਗੇ ਉਹਨਾਂ ਨੂੰ ਕਵਿਤਾਵਾਂ ਦੇ ਵਿੱਚ ਇਹਨਾਂ ਨੇ ਕੀਤਾ ਪਰੋਲਿਆ, ਤਾਂ ਉਹਦੇ ਉੱਪਰ ਹੀ ਲਿਖਿਆ ਗਿਆ ਮਟਕ ਹੁਲਾਰੇ। ਤਾਂ 1924 ਦੇ ਵਿੱਚ ਤਾਂ ਕਹਿੰਦੇ ਜੀ ਇਹ ਕਸ਼ਮੀਰ ਦੇ ਸੰਬੰਧੀ ਸੁੰਦਰ ਕਵਿਤਾਵਾਂ ਹਨ ਜੋ ਉੱਥੋਂ ਦੇ ਪ੍ਰਾਕਿਰਤਿਕ ਦ੍ਰਿਸ਼ਾਂ ਦੇ ਨਕਸ਼ ਹਨ, ਯਾਨੀ ਕਿ ਜੋ ਵੀ ਇਹਨਾਂ ਨੇ ਦ੍ਰਿਸ਼ ਦੇਖੇ ਨੈਚੁਰਲੀ ਉਹ ਸਾਰੇ ਕੀ ਕੀਤੇ ਇਹਨਾਂ ਨੇ ਆਪਣੀ ਕਵਿਤਾਵਾਂ ਦੇ ਵਿੱਚ ਬਿਆਨ ਕੀਤੇ। ਤੇ ਕਹਿੰਦੇ ਜੀ 1901 ਨੂੰ ਇਹ ਕਸ਼ਮੀਰ ਦੀ ਸੈਰ ਤੇ ਗਏ ਸੀਗੇ, ਤਾਂ ਉਸ ਟਾਈਮ ਇਹਨਾਂ ਨੇ ਕੀ ਕੀਤਾ ਸੀਗਾ? ਇਹ ਚੀਜ਼ਾਂ ਲਿਖੀਆਂ। ਠੀਕ ਹੈ ਜੀ, ਤੁਹਾਨੂੰ ਮੈਂ ਦੱਸ ਦਿੰਦਾ ਇਹ ਚੋਂ ਪੁੱਛਦੇ ਕੀ ਹੁੰਦੇ ਆ ਐਗਜ਼ਾਮ ਦੇ ਵਿੱਚ, ਇਹ ਪੁੱਛਦੇ ਹੁੰਦੇ ਆ ਵੀ ਇਹਦੇ ਵਿੱਚ ਇਹਨਾਂ ਨੇ ਕਿਹਦੀ ਕਿਹਦੀ ਗੱਲ ਕੀਤੀ, ਠੀਕ ਹੈ, ਕਿਹੜੇ ਕਿਹੜੇ ਪਾਰਟ ਦੀ ਗੱਲ ਕੀਤੀ, ਮੈਂ ਅੱਗੇ ਦੱਸਦਾ। ਕਹਿੰਦੇ ਜੀ ਇਸ ਸੰਗ੍ਰਹਿ ਦਾ ਜਿਹੜਾ ਮੁੱਖ ਬੰਦ ਹੈਗਾ ਪ੍ਰੋਫੈਸਰ ਪੂਰਨ ਸਿੰਘ ਜੀ ਨੇ ਲਿਖਿਆ, ਜੋ ਭਾਈ ਸਾਹਿਬ ਨੂੰ ਕੀ ਕਹਿੰਦੇ ਆ? ਕੁਦਰਤ ਦੇ ਕਵੀ ਕਹਿੰਦੇ ਆ। ਤਾਂ ਕੁਸ਼ਚਨ ਤੁਹਾਨੂੰ ਕੀ ਆ ਸਕਦਾ ਹੈ? ਕੁਸ਼ਚਨ ਇਹ ਆ ਸਕਦਾ ਵੀ ਕੁਦਰਤ ਦਾ ਕਵੀ ਭਾਈ ਵੀਰ ਸਿੰਘ ਜੀ ਨੂੰ ਕਿਹਨੇ ਕਿਹਾ? ਤਾਂ ਪ੍ਰੋਫੈਸਰ ਪੂਰਨ ਸਿੰਘ ਜੀ ਨੇ ਕਿਹਾ। ਕੁਸ਼ਚਨ ਆ ਸਕਦਾ ਕੁਦਰਤ ਦਾ ਕਵੀ ਕੌਣ ਹੈ? ਭਾਈ ਵੀਰ ਸਿੰਘ ਜੀ ਹੈ। ਤਾਂ ਕੁਸ਼ਚਨ ਪੁੱਛਣ ਦਾ ਢੰਗ ਚੇਂਜ ਹੋ ਸਕਦਾ, ਲੇਕਿਨ ਜੇ ਤੁਸੀਂ ਥਿਊਰੀ ਬਹੁਤ ਚੰਗੀ ਤਰ੍ਹਾਂ ਪੜ੍ਹੀ ਹੋਊਗੀ ਤਾਂ ਤੁਹਾਨੂੰ ਕਦੇ ਵੀ ਕਨਫਿਊਜ਼ਨ ਨਹੀਂ ਹੋਊਗੀ। ਹੁਣ ਪ੍ਰੋਫੈਸਰ ਪੂਰਨ ਸਿੰਘ ਜੀ ਇਹਨਾਂ ਨੂੰ ਕੁਦਰਤ ਦੇ ਕਵੀ ਵੀ ਕਹਿ ਦਿੰਦੇ ਆ, ਕੁਦਰਤ ਦੇ ਪਿਆਰੇ ਵੀ ਕਹਿ ਦਿੰਦੇ ਆ, ਤੇ ਕੁਦਰਤ ਦੇਵੀ ਦੇ ਮਹਿਮਾਨ ਵੀ ਕਹਿ ਦਿੰਦੇ ਆ। ਤਾਂ ਇਹਨਾਂ ਨਾਵਾਂ ਦੇ ਨਾਲ ਸੰਬੋਧਨ ਕਰਦੇ ਆ। ਮੜਕ ਹੁਲਾਰੇ ਦੇ 6 ਭਾਗ ਨੇ, ਜਿਵੇਂ ਆਪਾਂ ਪਿੱਛੇ, ਠੀਕ ਹੈ ਜੀ, ਲਹਿਰਾਂ ਦੇ ਹਾਰ ਦੇ 8 ਭਾਗ ਪੜ੍ਹ ਕੇ ਆਏ ਆ ਨਾ, ਉਵੇਂ ਆਪਾਂ ਮੜਕ ਹੁਲਾਰੇ ਦੇ ਕਿੰਨੇ ਭਾਗ ਨੇ? 6 ਭਾਗ ਨੇ, ਯਾਦ ਰੱਖਣੇ ਆ ਕਿਹੜੇ ਕਿਹੜੇ। ਪਹਿਲਾ ਹੈਗਾ ਜੀ ਰਸ ਰੰਗ, ਰਸ ਰੰਗ ਸ਼ੋ, ਠੀਕ ਹੈ ਜੀ, ਪੱਥਰ ਕੰਬਣੀਆਂ, ਕਸ਼ਮੀਰ ਦੇ ਨਜ਼ਾਰੇ, ਠੀਕ ਹੈ, ਕਸ਼ਮੀਰ ਨਜ਼ਾਰੇ, ਲੱਲੀ ਇੱਕ ਲੰਮੀ ਕਵਿਤਾ, ਨਿਸ਼ਾਦ ਤੇ ਨੂਰਜਾਂ, ਠੀਕ ਹੈ, ਫਰਾ ਮੁਰਜ ਦੀ ਵਿਲਕਣੀ, ਇਹ ਸਾਰੀਆਂ ਜਿਹੜੇ ਹੈਗੇ ਨੇ ਇਹਦੇ 6 ਭਾਗ ਨੇ ਮਟਕ ਹੁਲਾਰੇ ਦੇ। ਇਹ ਨਾਮ ਤੁਹਾਨੂੰ ਯਾਦ ਰੱਖਣੇ ਔਖੇ ਆ, ਬਟ 6 ਪਾਠ ਯਾਦ ਰੱਖ ਲਿਓ, ਇੱਕ ਵਾਰੀ ਨਿਗਾਹ ਮਾਰ ਲਿਓ, ਕਿਉਂਕਿ ਕੁਸ਼ਚਨ ਆਏ ਪੁੱਛ ਲੈਂਦੇ ਹੁੰਦੇ ਵੀ ਇਹ ਲਿਖਿਆ ਵਿੱਚੋਂ ਕਿਹੜਾ ਮਟਕ ਹੁਲਾਰੇ ਦਾ ਭਾਗ ਹੈਗਾ ਜਾਂ ਕਿਹੜਾ ਨਹੀਂ ਹੈਗਾ। ਠੀਕ ਹੈ ਜੀ, ਐਗਜ਼ਾਮ ਨੂੰ ਔਖਾ ਹੀ ਕਰਨਾ ਤਾਂ ਐਗਜ਼ਾਮੀਨਰ ਕਿਸੇ ਤਰ੍ਹਾਂ ਵੀ ਔਖਾ ਕਰ ਸਕਦਾ ਹੈ। ਤਾਂ ਅੱਗੇ ਆਪਾਂ ਗੱਲ ਕਰਦੇ ਹਾਂ ਜੀ, ਹੁਣ ਮਟਕ ਹੁਲਾਰੇ ਦੇ ਵਿੱਚ ਆਪਾਂ ਪੜ੍ਹ ਲਿਆ ਉਹਦੇ 6 ਭਾਗ ਸੀਗੇ, ਤੇ ਕਹਿੰਦੇ ਜੀ ਆਖਰੀ ਤੇ ਕਸ਼ਮੀਰ ਤੋਂ ਵਿਦਾਇਗੀ ਤੇ ਵਿਛੜੀ ਰੂਹ ਸੀਗੀ, ਜਿਹੜੀ ਆਖਰੀ ਚੀਜ਼ ਲਿਖੀ ਇਹਨਾਂ ਨੇ। ਓਬਵੀਅਸ ਹੈ ਕਸ਼ਮੀਰ ਤੋਂ ਜਦੋਂ ਵਾਪਸ ਆਏ ਤਾਂ ਇਹਨਾਂ ਨੇ ਕਸ਼ਮੀਰ ਤੋਂ ਵਿਦਾਇਗੀ ਦੇ ਬਾਰੇ ਲਿਖਿਆ ਤੇ ਵਿਛੜੀ ਰੂਹ ਦੇ ਬਾਰੇ ਲਿਖਿਆ। ਠੀਕ ਹੈ ਜੀ, ਤਾਂ ਇਸ ਤੋਂ ਬਾਅਦ ਕਹਿੰਦੇ ਜੀ ਜਿਹੜੇ ਮਟਕ ਹੁਲਾਰੇ ਹੈਗਾ ਇਹਦੀ ਜਿਹੜੀ ਸ਼ੈਲੀ ਹੈਗੀ ਹੈ ਜਾਂ ਜਿਹੜੀ ਇਹਦੀ ਸ਼ਬਦਾਵਲੀ ਹੈਗੀ ਹੈ ਬਿਲਕੁਲ ਮਹਾਂਕਾਵਿ ਵਰਗੀ ਹੈ। ਕਿਹੜੇ ਮਹਾਂਕਾਵਿ ਵਰਗੀ? ਰਾਣਾ ਸੂਰਤ ਸਿੰਘ ਮਹਾਂਕਾਵਿ ਵਰਗੀ ਹੈ। ਠੀਕ ਹੈ ਜੀ, ਇਹ ਯਾਦ ਰੱਖ ਲਿਓ। ਇਸ ਤੋਂ ਬਾਅਦ ਆਪਾਂ ਗੱਲ ਕਰਦੇ ਹਾਂ ਹੁਣ ਮਟਕ ਹੁਲਾਰੇ ਦੇ ਵਿੱਚ ਕਿਹੜੇ ਕਿਹੜੇ ਛੰਦ ਵਰਤੇ ਗਏ ਆ। ਸ੍ਰੀਖੰਡੀ ਛੰਦ ਵਰਤੇ ਗਏ ਹੈ, ਦੋਹਰਾ ਵਰਤਿਆ ਗਿਆ ਹੈ, ਲੋਕ ਗੀਤ ਵਾਲਾ, ਤੁਕਾਂਤ ਵਰਤੇ ਗਏ ਆ, ਇਹ ਸਾਰਾ ਕੁਝ ਵਰਤਿਆ ਗਿਆ ਮਟਕ ਹੁਲਾਰੇ ਦੇ ਵਿੱਚ, ਇਹ ਵੀ ਯਾਦ ਰੱਖ ਸਕਦੇ ਹੋ ਤੁਸੀਂ। ਇਸ ਤੋਂ ਬਾਅਦ ਆਪਾਂ ਅੱਗੇ ਗੱਲ ਕਰਦੇ ਹਾਂ, ਅੱਗੇ 1927 ਦੇ ਵਿੱਚ ਇਹਨਾਂ ਨੇ ਇੱਕ ਹੋਰ ਸੰਗ੍ਰਹਿ ਲੈ ਕੇ ਆਏ ਆ, ਕਾਵਿ ਸੰਗ੍ਰਹਿ, ਉਹਦਾ ਨਾਮ ਹੈਗਾ ਜੀ ਬਿਜਲੀਆਂ ਦੇ ਹਾਰ। ਇਹ ਕਦੋਂ ਆਇਆ ਰਾਜੇ? ਇਹ 1927 ਦੇ ਵਿੱਚ ਆਇਆ। ਠੀਕ ਹੈ ਜੀ, ਕਹਿੰਦੇ ਜੀ ਇਹਦੇ ਬਾਰੇ ਕਵੀ ਆਪ ਲਿਖਦੇ ਨੇ ਕਿ ਇਹ ਚਿਰਾਂ ਤੋਂ ਹੁਣ ਤਾਂ ਹੀ ਕਦੇ ਕਦੇ ਲਿਖੇ ਗਏ ਖਿਆਲ ਨੇ, ਯਾਨੀ ਕਿ ਅਲੱਗ ਅਲੱਗ ਥਾਵਾਂ ਦੇ ਉੱਪਰ ਜਦੋਂ ਇਹਨਾਂ ਦੇ ਮਨ ਦੇ ਵਿੱਚ ਕੋਈ ਗੱਲ ਆਉਂਦੀ ਸੀ ਇਹ ਕਵਿਤਾ ਦੇ ਰੂਪ ਦੇ ਵਿੱਚ ਪਰੋ ਲੈਂਦੇ ਸੀਗੇ, ਤਾਂ ਉਹ ਅਲੱਗ ਅਲੱਗ ਥਾਵਾਂ ਤੇ ਲਿਖੇ ਗਏ ਖਿਆਲ ਨੇ ਉਹਨਾਂ ਨੂੰ ਇੱਕ ਸੰਗ੍ਰਹਿ ਦੇ ਵਿੱਚ ਪਰੋਤਾ, ਉਹਨੂੰ ਕਹਿ ਦਿੰਦੇ ਬਿਜਲੀਆਂ ਦੇ ਹਾਰ, ਤੇ 1927 ਦੇ ਵਿੱਚ ਇਹ ਛਾਪਿਆ ਗਿਆ। ਠੀਕ ਹੈ ਜੀ,
ਕਹਿੰਦਾ ਇਸ ਸੰਗ੍ਰਹਿ ਦੇ ਵਿੱਚ 1922 ਤੋਂ ਲੈ ਕੇ 1927 ਤੱਕ ਦੀਆਂ ਸਾਰੀਆਂ ਕੀ ਨੇ ਕਵਿਤਾਵਾਂ ਨੇ, ਠੀਕ ਹੈ। ਇਸ ਤੋਂ ਬਾਅਦ ਆਪਾਂ ਗੱਲ ਕਰ ਲੈਂਦੇ ਹਾਂ, ਵੈਸੇ ਸਾਰੀਆਂ ਯਾਦ ਰੱਖਣ ਦੀ ਜ਼ਰੂਰਤ ਨਹੀਂ ਹੈਗੀਆਂ, ਠੀਕ ਹੈ, ਬਸ ਨਾਮ ਯਾਦ ਰੱਖ ਲਿਓ। ਉਸ ਤੋਂ ਬਾਅਦ ਜਿਹੜਾ ਅਗਲਾ ਮਹਾਨ ਕੰਮ ਕੀਤਾ ਇਹਨਾਂ ਨੇ 1925 ਦੇ ਵਿੱਚ, ਕਹਿੰਦੇ ਕਲਗੀਧਰ ਚਮਤਕਾਰ ਤੇ 1928 ਦੇ ਵਿੱਚ ਗੁਰੂ ਨਾਨਕ ਚਮਤਕਾਰ, ਮੋਸਟ ਮੋਸਟ ਇੰਪੋਰਟੈਂਟ ਚੀਜ਼ ਹੈ। ਤੁਹਾਨੂੰ ਪੁੱਛਦੇ ਹੁੰਦੇ ਆ ਵੀ ਇਹ ਲਿਖਿਆ ਦੇ ਵਿੱਚੋਂ ਕਿਹੜੇ ਗੁਰੂ ਸਾਹਿਬਾਨ ਜੀ ਦੇ ਉੱਪਰ ਇਹਨਾਂ ਨੇ ਕੋਈ ਨਾ ਕੋਈ ਕੀ ਕੀਤੀ, ਕਵਿਤਾ ਲਿਖੀ ਜਾਂ ਕੋਈ ਸਾਹਿਤ ਦਾ ਕੰਮ ਕੀਤਾ, ਤਾਂ ਗੁਰੂ ਨਾਨਕ ਸਾਹਿਬ ਜੀ ਵੀ ਆ ਜਾਊਗਾ ਤੇ ਦਸਵੇਂ ਪਾਤਸ਼ਾਹ ਕਲਗੀਧਰ ਪਿਤਾ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਵੀ ਆ ਜਾਣਗੇ। ਤਾਂ 1925 ਦੇ ਵਿੱਚ ਇਹਨਾਂ ਨੇ ਕਲਗੀਧਰ ਚਮਤਕਾਰ ਲਿਖਿਆ ਤੇ 1928 ਦੇ ਵਿੱਚ ਕੀ ਲਿਖਿਆ, ਗੁਰੂ ਨਾਨਕ ਚਮਤਕਾਰ, ਠੀਕ ਹੈ, ਇਹ ਯਾਦ ਰੱਖਣਾ। ਤੇ 1929 ਦੇ ਵਿੱਚ ਇਹਨਾਂ ਨੇ ਪ੍ਰੀਤ ਵੀਨਾ, 1933 ਦੇ ਵਿੱਚ ਕੰਬ ਦੀ ਕਲਾਈ, 1951 ਦੇ ਵਿੱਚ ਅਸ਼ਟ ਗੁਰੂ ਚਮਤਕਾਰ ਦਾ ਭਾਗ ਪਹਿਲਾ, ਤੇ 53 ਦੇ ਵਿੱਚ ਇਹਨਾਂ ਨੇ ਆਪਣੀ ਆਖਰੀ ਰਚਨਾ ਮੇਰੇ ਸਾਈਆਂ ਜੀਓ, ਮੋਸਟ ਮੋਸਟ ਇੰਪੋਰਟੈਂਟ, ਕਿਉਂ, ਕਿਉਂਕਿ ਇਸੇ ਰਚਨਾ ਕਰਕੇ ਇਹਨਾਂ ਨੂੰ ਕੀ ਮਿਲਿਆ ਸੀਗਾ, ਸਾਹਿਤ ਅਕਾਡਮੀ ਦਾ ਪੁਰਸਕਾਰ ਮਿਲਿਆ ਸੀਗਾ। ਠੀਕ ਹੈ, ਇਹ ਕੁਸ਼ਚਨ ਤਾਂ 101% ਆਊਗਾ ਤੁਹਾਨੂੰ, ਠੀਕ ਹੈ ਜੀ। ਕਿਹੜੀ ਕਵਿਤਾ ਜਾਂ ਕਿਹੜੀ ਰਚਨਾ ਕਰਕੇ ਇਹਨਾਂ ਨੂੰ ਸਾਹਿਤ ਅਕਾਡਮੀ ਦਾ ਪੁਰਸਕਾਰ ਮਿਲਿਆ, ਤਾਂ ਮੇਰੇ ਸਾਈਆਂ ਜੀਓ, ਠੀਕ ਹੈ, ਨੋਟ ਕਰ ਲਿਓ। ਤੇ ਕਦੋਂ ਲਿਖੀ ਗਈ ਹੈ, 1953 ਦੇ ਵਿੱਚ ਲਿਖੀ ਗਈ ਹੈ, ਠੀਕ ਹੈ ਜੀ। ਅੱਗੇ ਚੱਲਦੇ ਹਾਂ ਆਪਾਂ। ਇਸ ਤੋਂ ਬਾਅਦ ਕਹਿੰਦਾ ਜੀ ਆਪ ਜੀ ਨੇ ਆਪਣੇ, ਕਹਿਣ ਦਾ ਭਾਵ ਕੀ ਹੈਗਾ, ਸਾਹਿਤ ਦੇ ਹਰ ਇੱਕ ਰੂਪ ਦੇ ਉੱਪਰ ਇਹਨਾਂ ਨੇ ਆਪਣੀ ਸਫਲਤਾ ਹਾਸਲ ਕੀਤੀ ਹੈ, ਭਾਈ ਵੀਰ ਸਿੰਘ ਜੀ ਨੇ। ਆਪਾਂ ਅੱਗੇ ਗੱਲ ਕਰਦੇ ਹਾਂ। ਇਸ ਤੋਂ ਇਲਾਵਾ ਕਹਿੰਦੇ ਜੀ ਭਾਈ ਸਾਹਿਬ ਜੀ ਨੇ ਗਿਆਨੀ ਹਜ਼ਾਰਾ ਸਿੰਘ, ਹੁਣ ਗਿਆਨੀ ਹਜ਼ਾਰਾ ਸਿੰਘ ਜੀ ਕੌਣ ਨੇ, ਥੋੜਾ ਜਿਹਾ ਦਿਮਾਗ ਨੂੰ ਰਿਵਾਇੰਡ ਕਰੋ, ਇਹਨਾਂ ਦੇ ਨਾਨਾ ਜੀ, ਠੀਕ ਹੈ ਜੀ। ਇਹਨਾਂ ਨੇ ਇਸ ਤੋਂ ਇਲਾਵਾ ਆਪਣੇ ਨਾਨਾ ਜੀ ਦਾ ਇੱਕ ਲਿਖਿਆ ਹੋਇਆ ਸ਼ਬਦ ਕੋਸ਼, ਜਿਹਨੂੰ ਕੀ ਕਹਿ ਦਿੰਦੇ ਆ, ਗੁਰੂ ਗ੍ਰੰਥ ਕੋਸ਼ ਵੀ ਕਹਿ ਦਿੰਦੇ ਆ, ਜਿਹੜਾ ਕਿ 1898 ਦੇ ਵਿੱਚ ਪ੍ਰਕਾਸ਼ਿਤ ਹੋਇਆ ਸੀ, ਉਹਦੀ ਸੁਧਾਈ ਕੀਤੀ ਸੀਗੀ, ਯਾਨੀ ਕਿ ਉਹਦਾ ਨਵਾਂ ਐਡੀਸ਼ਨ, ਸੋਧਿਆ ਹੋਇਆ ਐਡੀਸ਼ਨ ਇਹਨਾਂ ਨੇ 1927 ਦੇ ਵਿੱਚ ਕੀ ਕਰਵਾਇਆ ਸੀਗਾ, ਪ੍ਰਕਾਸ਼ਿਤ ਕਰਵਾਇਆ ਸੀ। ਪੁੱਛਿਆ ਜਾ ਸਕਦਾ ਹੈ ਵੀ ਇਹਨਾਂ ਨੇ ਕਿਹਦਾ ਸੋਧਿਆ ਹੋਇਆ, ਠੀਕ ਹੈ ਜੀ, ਸ਼ਬਦ ਕੋਸ਼ ਨੂੰ ਪ੍ਰਕਾਸ਼ਿਤ ਕਰਵਾਇਆ 1927 ਦੇ ਵਿੱਚ, ਤਾਂ ਗਿਆਨੀ ਹਜ਼ਾਰਾ ਸਿੰਘ, ਠੀਕ ਹੈ, ਇਹ ਨੋਟ ਕਰ ਲਿਓ। ਅੱਗੇ ਗੱਲ ਕਰਦੇ ਹਾਂ ਜੀ ਆਪਾਂ। ਇਸ ਤੋਂ ਇਲਾਵਾ ਇਹਨਾਂ ਨੇ ਏਡ ਲਿਖੇ ਪ੍ਰਾਚੀਨ ਗ੍ਰੰਥਾਂ ਦਾ ਟੀਕਾ ਵੀ ਕੀਤਾ, ਟੀਕੇ ਦਾ ਮਤਲਬ ਹੁੰਦਾ ਹੈ ਉਹਦੀ ਵਿਆਖਿਆ, ਠੀਕ ਹੈ ਜੀ, ਕਿਹੜੇ ਕਿਹੜੇ ਗ੍ਰੰਥਾਂ ਦੀ ਵਿਆਖਿਆ ਕੀਤੀ ਹੈ, ਨੋਟ ਕਰ ਲਿਓ, ਸਿੱਖਾਂ ਦੀ ਭਗਤ ਮਾਲਾ 1912, ਠੀਕ ਹੈ ਜੀ, ਇਹਦਾ ਇੱਕ ਟੀਕਾ ਕੀਤਾ ਇਹਨਾਂ ਨੇ। ਇਸ ਤੋਂ ਇਲਾਵਾ ਪ੍ਰਾਚੀਨ ਪੰਥ ਪ੍ਰਕਾਸ਼ 1914, ਠੀਕ ਹੈ ਜੀ, ਇਸ ਤੋਂ ਇਲਾਵਾ ਹੋਰ ਗੰਜ ਨਾਮਕ ਸਟੀਕ 1914, ਇਹ ਸਾਰੇ ਇੰਪੋਰਟੈਂਟ ਨੇ ਤੁਹਾਡੇ ਵਾਸਤੇ। ਸ਼੍ਰੀ ਗੁਰੂ ਗ੍ਰੰਥ ਕੋਸ਼ 1927, ਜਿਹੜਾ ਗਿਆਨੀ ਹਜ਼ਾਰਾ ਸਿੰਘ ਜੀ ਨੇ ਲਿਖਿਆ ਸੀਗਾ। ਸ਼੍ਰੀ ਗੁਰੂ ਗੁਰਪ੍ਰਤਾਪ ਸੂਰਜ ਗ੍ਰੰਥ, ਜਿਹਦੇ ਜਿਹੜੇ ਕਵੀ ਹੈਗੇ ਨੇ ਮਹਾਨ ਕਵੀ ਭਾਈ ਸੰਤੋਖ ਸਿੰਘ ਜੀ, ਠੀਕ ਹੈ ਜੀ, ਉਹਨਾਂ ਦਾ ਇਹ ਲਿਖਿਆ ਹੋਇਆ ਗ੍ਰੰਥ ਹੈ, ਜਿਹਦੀ ਵਿਆਖਿਆ ਅੱਜ ਕੱਲ੍ਹ ਹਰੇਕ ਗੁਰਦੁਆਰਾ ਸਾਹਿਬ ਦੇ ਵਿੱਚ ਚੱਲਦੀ ਹੈ, ਸ਼੍ਰੀ ਗੁਰੂ ਪ੍ਰਤਾਪ ਸੂਰਜ ਗ੍ਰੰਥ, ਠੀਕ ਹੈ ਜੀ। ਇਹਦੇ ਇਹਨਾਂ ਨੇ 14 ਜਿਲਦਾਂ ਦੇ ਵਿੱਚ ਇਸ ਗ੍ਰੰਥ ਨੂੰ ਕੀ ਕੀਤਾ, ਪ੍ਰਕਾਸ਼ਿਤ ਕੀਤਾ। ਇਹ ਬਹੁਤ ਇੰਪੋਰਟੈਂਟ ਕੁਐਸਚਨ ਹੈ ਵੀ ਇਹਨਾਂ ਨੇ ਗੁਰਪ੍ਰਤਾਪ ਸੂਰਜ ਗ੍ਰੰਥ ਨੂੰ ਕਿੰਨੇ ਭਾਗਾਂ ਦੇ ਵਿੱਚ ਪ੍ਰਕਾਸ਼ਿਤ ਕੀਤਾ, 14 ਭਾਗਾਂ ਦੇ ਵਿੱਚ। ਕਦੋਂ ਤੋਂ ਲੈ ਕੇ, 1927 ਤੋਂ ਲੈ ਕੇ 1935 ਦੇ ਵਿੱਚ ਇਹਨਾਂ ਨੇ ਟਿੱਪਣੀਆਂ ਸਹਿਤ 14 ਜਿਲਦਾਂ ਦੇ ਵਿੱਚ ਇਹਨੂੰ ਕੀ ਕੀਤਾ, ਪ੍ਰਕਾਸ਼ਿਤ ਕੀਤਾ। ਇਸ ਤੋਂ ਬਾਅਦ ਆਪਾਂ ਗੱਲ ਕਰਦੇ ਹਾਂ ਦੇਵੀ ਪੂਜਨ ਪੜਤਾਲ 1932, ਠੀਕ ਹੈ ਜੀ। ਇਸ ਤੋਂ ਇਲਾਵਾ ਪੰਜ ਗ੍ਰੰਥੀ ਸਟੀਕ 1940, ਠੀਕ ਹੈ ਜੀ। ਇਸ ਤੋਂ ਇਲਾਵਾ ਕਵਿਤ ਭਾਈ ਗੁਰਦਾਸ, ਤਾਂ ਭਾਈ ਗੁਰਦਾਸ ਜੀ ਦੇ ਲਿਖੇ ਕਵਿਤ ਸਵਈਏ, ਠੀਕ ਹੈ, ਜਿਹੜੇ ਮੈਂ ਪਿਛਲੇ ਵੀਡੀਓ 'ਚ ਪੜ੍ਹਾਏ ਆ ਤੁਹਾਨੂੰ, ਉਹਦੇ ਉੱਪਰ ਵੀ ਇਹਨਾਂ ਨੇ ਸਟੀਕ ਲਿਖੀ ਹੈ, ਭਾਈ ਗੁਰਦਾਸ ਜੀ ਦੇ ਵਾਰਾਂ ਦੀ ਵੀ ਸਟੀਕ ਲਿਖੀ ਹੈ, ਤਾਂ ਇਹ ਸਾਰੀਆਂ ਚੀਜ਼ਾਂ ਤੁਸੀਂ ਨੋਟ ਕਰ ਲੈਣੀਆਂ। ਇਸ ਤੋਂ ਇਲਾਵਾ ਸਾਖੀ ਪੋਥੀ 1950, ਇਹ ਸਾਰੇ ਜਿਹੜੇ ਮਹਾਨ ਜਿਹੜੇ ਆਪਣੇ ਗ੍ਰੰਥ ਹੈਗੇ ਆ, ਇਹਨਾਂ ਸਾਰਿਆਂ ਦਾ ਟੀਕਾ ਕਿਹਨਾਂ ਨੇ ਕੀਤਾ ਨੇ, ਭਾਈ ਗੁਰਦਾਸ ਜੀ ਨੇ ਕੀਤਾ, ਤਾਂ ਇਹਨਾਂ ਵਿੱਚੋਂ ਸਾਰੇ ਯਾਦ ਰੱਖ ਲੈਣੇ, ਮੈਂ ਮੇਨ ਮੇਨ ਲਿਖੇ ਆ ਸਾਰੇ ਇੱਥੇ। ਚਲੋ ਜੀ, ਅੱਗੇ ਆਪਾਂ ਗੱਲ ਕਰਦੇ ਹਾਂ। ਇਸ ਤੋਂ ਇਲਾਵਾ ਹੁਣ ਇਸ ਤੋਂ ਇਲਾਵਾ ਆਪਾਂ ਗੱਲ ਕਰਦੇ ਹਾਂ ਜੀਵਨੀਆਂ ਦੀ, ਗੱਲ ਕਰਦੇ ਹਾਂ ਵੀ ਇਹਨਾਂ ਨੇ ਕਿਹੜੀਆਂ ਕਿਹੜੀਆਂ ਜੀਵਨੀਆਂ ਲਿਖੀਆਂ। ਤਾਂ ਜਿਵੇਂ ਤੁਹਾਨੂੰ ਮੈਂ ਦੱਸਿਆ ਵੀ ਇਹਨਾਂ ਨੇ ਦਸਵੇਂ ਪਾਤਸ਼ਾਹ ਹੋ ਗਏ, ਗੁਰੂ ਨਾਨਕ ਸਾਹਿਬ ਜੀ ਹੋ ਗਏ, ਇਹਨਾਂ ਦੇ ਜੀਵਨ ਦੇ ਉੱਪਰ ਵੀ ਚਮਤਕਾਰ ਲਿਖੇ ਹੋਏ ਆ, ਤਾਂ ਸ਼੍ਰੀ ਕਲਗੀਧਰ ਚਮਤਕਾਰ 1925, ਠੀਕ ਹੈ ਜੀ। ਇਸ ਤੋਂ ਇਲਾਵਾ
ਪ੍ਰਾਂਤਨ ਜਨਮ ਸਾਖੀ 1956, ਭਾਈ ਬਾਲੇ ਵਾਲੀ ਜਨਮ ਸਾਖੀ, ਠੀਕ ਹੈ ਜੀ, ਸ਼੍ਰੀ ਗੁਰੂ ਨਾਨਕ ਚਮਤਕਾਰ 1928, ਠੀਕ ਹੈ ਜੀ, ਇਸ ਤੋਂ ਇਲਾਵਾ ਭਾਈ ਝੰਡਾ ਜੀ 1933, ਠੀਕ ਹੈ ਜੀ, ਇਸ ਤੋਂ ਇਲਾਵਾ ਭਾਈ ਭੂਮੀਆ ਅਤੇ ਕਲਯੁਗ ਦੀ ਸਾਖੀ 1936, ਇਹ ਸਾਰੇ ਜਿਹੜੇ ਹੈਗੇ ਇਹਨਾਂ ਨੇ ਜੀਵਨੀਆਂ ਦੇ ਉੱਪਰ ਕੰਮ ਕੀਤਾ ਹੈ, ਠੀਕ ਹੈ ਜੀ, ਇਸ ਤੋਂ ਇਲਾਵਾ ਸੰਤ ਗਾਥਾ 1938 ਦੇ ਵਿੱਚ, ਇਸ ਤੋਂ ਇਲਾਵਾ ਠੀਕ ਹੈ ਜੀ ਇਹ ਸਾਰੀ ਚੀਜ਼ਾਂ, ਸ਼੍ਰੀ ਅਸ਼ਟਗੁਰੂ ਚਮਤਕਾਰ ਭਾਗ ਪਹਿਲਾ ਦੂਜਾ 1952 ਦੇ ਵਿੱਚ, ਗੁਰਸਿੱਖ ਵਾੜੀ 1951 ਦੇ ਵਿੱਚ, ਠੀਕ ਹੈ ਜੀ, ਸ਼੍ਰੀ ਗੁਰੂ ਨਾਨਕ ਦੇਵ ਜੀ ਦੀਆਂ ਗੁਰਬਾਲਮ ਸਾਖੀਆਂ 1955 ਦੇ ਵਿੱਚ, ਠੀਕ ਹੈ ਜੀ, ਇਹ ਸਾਰੇ ਕੰਮ ਇਹਨਾਂ ਨੇ ਕੀਤੇ ਆ, ਤੇ ਗੁਰੂ ਗੋਬਿੰਦ ਸਿੰਘ ਜੀ ਦੀਆਂ ਗੁਰਬਾਲਮ ਜਨਮ ਸਾਖੀਆਂ, ਜਿਹੜੀ ਬਚਪਨ ਦੇ ਟਾਈਮ ਦੀ ਜਨਮ ਸਾਖੀਆਂ ਹੈਗੀਆਂ ਨੇ, ਇਹਨਾਂ ਨੇ ਸਾਰੀਆਂ ਲਿਖੀਆਂ ਨੇ, ਇਹ ਸਾਰੀਆਂ ਜੀਵਨੀਆਂ ਨੇ ਜਿਨ੍ਹਾਂ ਦੇ ਉੱਪਰ ਭਾਈ ਵੀਰ ਸਿੰਘ ਜੀ ਨੇ ਕੰਮ ਕੀਤਾ। ਤਾਂ ਇਹ ਦੇਖੋ ਕਿੱਡਾ ਵੱਡਾ ਵਡਮੁੱਲਾ ਸਾਹਿਤ ਸੀਗਾ, ਤਾਂ ਹੀ ਤਾਂ ਇਹਨਾਂ ਨੂੰ ਕੀ ਕਿਹਾ ਜਾਂਦਾ ਹੈ, ਮਾਡਰਨ ਲਿਟਰੇਚਰ ਦੇ, ਆਧੁਨਿਕ ਸਾਹਿਤ ਦੇ ਪਿਤਾਮਾ ਕਿਹਾ ਜਾਂਦਾ ਹੈ, ਐਵੇਂ ਨਹੀਂ ਕਿਹਾ ਜਾਂਦਾ, ਇਹਨਾਂ ਨੇ ਵਰਕ ਬਹੁਤ ਕੀਤਾ ਸਿੱਖ ਇਤਿਹਾਸ ਦੇ ਉੱਪਰ। ਤੇ ਜਿਹੜਾ ਮੈਂ ਅੱਜ ਕਰਵਾਇਆ ਤੁਹਾਨੂੰ, ਇਹ ਸਾਰਾ ਨਹੀਂ ਕਰਵਾਇਆ, ਜੋ ਐਗਜ਼ਾਮ ਪੁਆਇੰਟ ਆਫ ਵਿਊ ਤੋਂ ਪੜਨ ਸੀਗਾ ਉਹੀ ਕਰਵਾਇਆ, ਪੂਰਾ ਨਿਚੋੜ ਕੱਢ ਕੇ ਕਰਵਾਇਆ, ਅਦਰਵਾਈਜ਼ ਤਾਂ ਪੂਰੀ ਕਿਤਾਬਾਂ ਐਡੀਆਂ ਮੋਟੀਆਂ ਪਈਆਂ ਨੇ ਇਹਨਾਂ ਦੇ ਜੀਵਨ ਦੇ ਉੱਪਰ, ਤਾਂ ਆਪਾਂ ਸਾਰੀ ਜ਼ਿੰਦਗੀ ਵੀ ਪੜ੍ਹਦੇ ਰਹੀਏ ਤਾਂ ਇਹਨਾਂ ਦਾ ਲਿਟਰੇਚਰ ਖਤਮ ਨਹੀਂ ਹੋਊਗਾ। ਇਸ ਤੋਂ ਇਲਾਵਾ ਹੁਣ ਇਹਨਾਂ ਨੂੰ ਕਿਹੜੇ ਕਿਹੜੀ ਚੀਜ਼ਾਂ ਨਾਲ ਸਨਮਾਨਿਤ ਕੀਤਾ ਗਿਆ, ਇਹ ਤੁਹਾਡੇ ਐਗਜ਼ਾਮ ਦੇ ਵਾਸਤੇ ਮਹੱਤਵਪੂਰਨ ਬਣ ਜਾਂਦਾ ਹੈ। 1972 ਦੇ ਵਿੱਚ, ਬਹੁਤ ਇੰਪੋਰਟੈਂਟ ਹੈ, 1972 ਦੇ ਵਿੱਚ ਇਹਨਾਂ ਦੇ ਨਾਮ ਤੇ ਇੱਕ ਟਿਕਟ ਜਾਰੀ ਕੀਤੀ ਗਈ, ਡਾਕ ਟਿਕਟ। ਹੁਣ ਤੁਹਾਨੂੰ ਯਾਦ ਕਿਵੇਂ ਰੱਖਣਾ ਹੈ, ਤੁਹਾਨੂੰ ਮੈਂ ਦੱਸਿਆ ਵੀ 1872 ਦੇ ਵਿੱਚ ਇਹਨਾਂ ਦਾ ਜਨਮ ਹੋਇਆ, ਤਾਂ 16ਵੀਂ ਸ਼ਤਾਬਦੀ ਨੂੰ ਸਮਰਪਿਤ, ਇਹਨਾਂ ਦੇ 100ਵੇਂ ਜਨਮ ਦਿਹਾੜੇ ਨੂੰ ਸਮਰਪਿਤ ਸੀਗਾ 1972। 1872 ਜਨਮ ਹੋਇਆ, 1972 ਦੇ ਵਿੱਚ ਇੱਕ ਡਾਕ ਟਿਕਟ ਜਾਰੀ ਕੀਤੀ ਗਈ ਭਾਰਤ ਸਰਕਾਰ ਵੱਲੋਂ, ਕਿਹਨਾਂ ਵਾਸਤੇ, ਇਹਨਾਂ ਨੂੰ ਸਨਮਾਨ ਕਰਨ ਵਾਸਤੇ, ਯਾਨੀ ਕਿ ਇਹਨਾਂ ਦੇ ਸਨਮਾਨ ਦੇ ਵਿੱਚ। ਤਾਂ 1972 ਯਾਦ ਰੱਖ ਲਓ, ਤੁਹਾਨੂੰ ਪੁੱਛਦੇ ਹੁੰਦੇ ਆ ਵੀ ਡਾਕ ਟਿਕਟ ਕਦੋਂ ਜਾਰੀ ਕੀਤੀ ਗਈ ਹੈ, 1972 16ਵੇਂ ਜਨਮ ਦਿਹਾੜੇ ਨੂੰ ਸਮਰਪਿਤ। ਚਲੋ ਜੀ, ਅੱਗੇ ਆਪਾਂ ਗੱਲ ਕਰਦੇ ਹਾਂ, ਇਸ ਤੋਂ ਇਲਾਵਾ ਹੋਰ ਕਿਹੜੀਆਂ ਕਿਹੜੀਆਂ ਇਹਨਾਂ ਨੇ ਗਤੀਵਿਧੀਆਂ ਕੀਤੀਆਂ। ਹੁਣ ਇਸ ਤੋਂ ਇਲਾਵਾ ਜਿਹੜੇ, ਦੇਖੋ ਤੁਹਾਨੂੰ ਮੈਂ ਦੱਸਿਆ ਵੀ ਇਹ ਤਾਂ ਸਾਹਿਤਕਾਰੀ ਦਾ ਕੰਮ ਕੀਤਾ ਇਹਨਾਂ ਨੇ, ਇਸ ਤੋਂ ਇਲਾਵਾ ਜਿਹੜੀਆਂ ਉਸ ਟਾਈਮ ਤੇ ਮੁੱਖ ਸੰਸਥਾਵਾਂ ਸੀਗੀਆਂ ਉਹਨਾਂ ਨੂੰ ਸਥਾਪਿਤ ਕਰਨ ਵਾਸਤੇ ਇਹਨਾਂ ਨੇ ਬਹੁਤ ਵੱਡਾ ਰੋਲ ਅਦਾ ਕੀਤਾ ਹੈ, ਜਿਵੇਂ ਪੰਜਾਬ ਐਂਡ ਸਿੰਧ ਬੈਂਕ ਹੋ ਗਿਆ, ਠੀਕ ਹੈ ਜੀ, ਇੱਕ ਖਾਲਸਾ ਯਤੀਮਖਾਨਾ ਵੀ ਇਹਨਾਂ ਨੇ ਖੋਲਿਆ, ਕਿਉਂਕਿ ਇਹ ਖੁਦ ਜਿਹੜੇ ਹੈਗੇ ਨੇ ਇੱਕ ਮਿਸ਼ਨਰੀ, ਯਾਨੀ ਕਿ ਆਪਾਂ ਜਿਵੇਂ ਕਹਿ ਦਿੰਦੇ ਨਾ, ਜਿਵੇਂ ਆਪਾਂ ਕਹਿ ਦਿੰਦੇ ਹੁੰਦੇ ਹਾਂ ਵੀ ਜਿਹੜੀਆਂ ਸੰਸਥਾਵਾਂ ਹੁੰਦੀਆਂ ਨੇ ਜਿਹੜੀਆਂ ਗਰੀਬ ਬੱਚਿਆਂ ਨੂੰ ਪੜ੍ਹਾਉਂਦੀਆਂ ਨੇ, ਖੁਦ ਉੱਥੇ ਇਹਨਾਂ ਨੇ ਕੀ ਕੀਤਾ, 10ਵੀਂ ਪਾਸ ਕੀਤੀ ਆ, ਇਸ ਕਰਕੇ ਇਹਨਾਂ ਨੇ ਅੱਗੇ ਜਾ ਕੇ ਯਤੀਮਖਾਨੇ ਵੀ ਖੋਲ੍ਹੇ ਆ। ਤਾਂ ਆਪਾਂ ਗੱਲ ਕਰਦੇ ਹਾਂ ਜੀ, ਕਹਿੰਦੇ ਭਾਈ ਸਾਹਿਬ ਜੀ ਜਿੱਥੇ ਉੱਗੇ ਸਾਹਿਤਕਾਰ ਸੀਗੇ ਉੱਥੇ ਇਹ ਉਹਨਾਂ ਦੇ ਮੋਢੀ ਬਣ ਕੇ ਉਸਾਰੀਆਂ ਗਈਆਂ ਸੰਸਥਾਵਾਂ ਦੇ ਜ਼ਿਕਰ ਬਗੈਰ ਆਪਾਂ ਨਹੀਂ ਰਹਿ ਸਕਦੇਗੇ। ਤਾਂ ਉਹ ਕਿਹੜੀਆਂ ਕਿਹੜੀਆਂ ਸੰਸਥਾਵਾਂ ਨੇ ਤੁਹਾਨੂੰ ਮੈਂ ਦੱਸ ਦਿੰਦਾ, ਜਿਹੜੀ ਸਿੰਘ ਸਭਾ ਲਹਿਰ ਹੈਗੀ ਹੈ ਉਹਦੇ ਵਿੱਚ ਵੀ ਇਹਨਾਂ ਨੇ ਯੋਗਦਾਨ ਪਾਇਆ ਸੀਗਾ, ਤੇ ਉਹਦੇ ਵਿੱਚੋਂ ਹੀ ਚੀਫ ਖਾਲਸਾ ਦੀਵਾਨ 1901 ਨਿਕਲਿਆ ਸੀਗਾ, ਤੁਹਾਨੂੰ ਪਤਾ ਹੀ ਹੈ। ਇਸ ਤੋਂ ਇਲਾਵਾ ਖਾਲਸਾ ਕਾਲਜ ਅੰਮ੍ਰਿਤਸਰ 1902, ਠੀਕ ਹੈ ਜੀ, ਇਹ ਇਹਦੇ ਕੀ ਨੇ, ਇਹਦੇ ਮਤਲਬ ਸਥਾਪਨਾ ਕਰਨ ਵਿੱਚ ਇਹਨਾਂ ਨੇ ਇੱਕ ਅਹਿਮ ਰੋਲ ਅਦਾ ਕੀਤਾ ਹੈ। ਚੀਫ ਖਾਲਸਾ ਦੀਵਾਨ 1901, ਖਾਲਸਾ ਕਾਲਜ ਅੰਮ੍ਰਿਤਸਰ 1902, ਸੈਂਟਰਲ ਖਾਲਸਾ ਯਤੀਮਖਾਨਾ, ਇਹ ਵੀ ਬਹੁਤ ਇੰਪੋਰਟੈਂਟ ਬਣ ਜਾਂਦਾ 1908। ਇਸ ਤੋਂ ਇਲਾਵਾ ਅਗਰ ਆਪਾਂ ਗੱਲ ਕਰੀਏ ਅਗਲੀਆਂ ਜਿਹੜੀਆਂ ਸੰਸਥਾਵਾਂ ਹੈਗੀਆਂ ਨੇ, ਭਾਈ ਵੀਰ ਸਿੰਘ ਜੀ ਗੁਰਮਤਿ ਵਿਦਿਆਲਾ, ਇਹ ਵੀ ਅੰਮ੍ਰਿਤਸਰ ਵਿਖੇ ਹੈਗਾ। ਇਸ ਤੋਂ ਇਲਾਵਾ ਆਪਾਂ ਗੱਲ ਕਰੀਏ ਪੰਜਾਬ ਐਂਡ ਸਿੰਧ ਬੈਂਕ, ਠੀਕ ਹੈ ਜੀ, ਇਸ ਤੋਂ ਬਾਅਦ ਆਪਾਂ ਗੱਲ ਕਰੀਏ ਵਜ਼ੀਰ ਹਿੰਦ ਪ੍ਰੈਸ, ਕਹਿੰਦਾ ਜੀ ਪਹਿਲਾ ਪੰਜਾਬੀ ਟਾਈਪ ਵਾਲਾ ਗੁਰਮੁਖੀ ਛਾਪਾਖਾਨਾ, ਠੀਕ ਹੈ ਜੀ, ਜਿਹੜਾ ਪਹਿਲੇ 1892 ਵਿੱਚ ਲਿਥੋਗ੍ਰਾਫ ਪ੍ਰੈਸ ਵਜੋਂ ਬਣਾਇਆ ਗਿਆ, ਠੀਕ ਹੈ ਜੀ। ਇਸ ਤੋਂ ਬਾਅਦ ਆਪਾਂ ਗੱਲ ਕਰੀਏ ਖਾਲਸਾ ਸਮਾਚਾਰ, ਆਪਾਂ ਪੜ੍ਹ ਕੇ ਗਏ ਹਾਂ ਜਿਹੜਾ ਸਪਤਾਹਿਕ ਛਪਦਾ ਸੀਗਾ, ਖਾਲਸਾ ਟ੍ਰੈਕਟ ਸੁਸਾਇਟੀ ਵੀ ਇਹਨਾਂ ਨੇ ਸਥਾਪਨਾ ਕੀਤੀ ਹੈ, ਠੀਕ ਹੈ ਜੀ, ਇਹ ਸਾਰੀਆਂ ਜਿਹੜੀਆਂ ਹੈਗੀਆਂ ਨੇ ਇਹਨਾਂ ਦੇ ਅੰਡਰ ਹੀ ਹੈ। ਤਾਂ ਹੁਣ ਆਪਾਂ ਅੱਗੇ ਪੜ੍ਹਦੇ ਹਾਂ ਵੀ ਇਹਨਾਂ ਨੂੰ ਕਿਹੜੇ ਕਿਹੜੇ ਨਾਮ ਦੇ ਨਾਲ ਬੁਲਾਇਆ ਜਾਂਦਾ, ਜਾਂ ਕਿਹੜੇ ਕਿਹੜੇ ਕਵੀਆਂ ਨੇ ਇਹਨਾਂ ਨੂੰ ਕਿਹੜੇ ਕਿਹੜਾ ਨਾਮ ਦਿੱਤਾ ਹੈ। ਤਾਂ ਸਭ ਤੋਂ ਪਹਿਲਾਂ ਇਹ ਹੋ ਜਾਂਦਾ ਵੀ ਇਹਨਾਂ ਨੂੰ ਮਾਡਰਨ ਲਿਟਰੇਚਰ, ਯਾਨੀ ਕਿ ਆਧੁਨਿਕ ਪੰਜਾਬੀ ਸਾਹਿਤ ਦਾ ਕੀ ਕਿਹਾ ਜਾਂਦਾ, ਪਿਤਾਮਾ ਕਿਹਾ ਜਾਂਦਾ, ਪਿਤਾ ਕਿਹਾ ਜਾਂਦਾ, ਠੀਕ ਹੈ ਜੀ। ਅੱਗੇ ਆਪਾਂ ਗੱਲ ਕਰਦੇ ਹਾਂ, ਅੱਗੇ ਕਹਿੰਦੇ ਜੀ ਇੱਕ ਸੰਸਕ੍ਰਿਤ ਦਾ ਇੱਕ ਨਾਟਕ ਹੈ ਕੁਸ਼ਤਾ, ਠੀਕ ਹੈ ਜੀ, ਉਹਦੇ ਅਨੁਸਾਰ
ਕਹਿੰਦੇ ਜੀ ਆਪ ਜੀ ਨੂੰ ਕੀ ਕਿਹਾ ਜਾਂਦਾ ਹੈ, ਪੰਜਾਬੀ ਦਾ ਟੈਗੋਰ ਵੀ ਕਿਹਾ ਜਾਂਦਾ ਹੈ ਤੇ ਇਕਬਾਲ ਵੀ ਕਿਹਾ ਜਾਂਦਾ ਹੈ। ਠੀਕ ਹੈ ਜੀ, ਟੈਗੋਰ ਵੀ ਕਿਹਾ ਜਾਂਦਾ ਹੈ ਤੇ ਇਕਬਾਲ ਵੀ ਕਿਹਾ ਜਾਂਦਾ ਹੈ। ਠੀਕ ਹੈ ਜੀ, ਇਸ ਤੋਂ ਬਾਅਦ ਅਗਰ ਆਪਾਂ ਗੱਲ ਕਰੀਏ ਭਾਈ ਵੀਰ ਸਿੰਘ ਜੀ ਨੂੰ ਕੁਦਰਤ ਦਾ ਕਵੀ ਵੀ ਕਿਹਾ ਜਾਂਦਾ ਹੈ, ਅਰਸ਼ਾਂ ਦਾ ਕਵੀ ਵੀ ਕਿਹਾ ਜਾਂਦਾ ਹੈ, ਪ੍ਰੋਫੈਸਰ ਪੂਰਨ ਸਿੰਘ ਜੀ ਕਹਿੰਦੇ ਇਹਨਾਂ ਨੂੰ। ਠੀਕ ਹੈ ਜੀ, ਇਸ ਤੋਂ ਇਲਾਵਾ ਕਹਿੰਦੇ ਜੀ ਭਾਈ ਵੀਰ ਸਿੰਘ ਜੀ ਦੀ ਤੁਲਨਾ ਇੱਕ ਪੱਛਮੀ ਕਵੀ ਨਾਲ ਕੀਤੀ ਜਾਂਦੀ ਹੈ। ਕੁਸ਼ਚਨ ਆ ਜਾਂਦਾ ਹੁੰਦਾ ਵੀ ਭਾਈ ਵੀਰ ਸਿੰਘ ਜੀ ਦੀ ਤੁਲਨਾ ਕਿਹੜੇ ਪੱਛਮੀ ਕਵੀ ਨਾਲ ਕੀਤੀ ਜਾਂਦੀ ਹੈ, ਵਿਲੀਅਮ ਵੁੱਡਵਰਥ ਨਾਲ ਕੀਤੀ ਜਾਂਦੀ ਹੈ। ਠੀਕ ਹੈ ਜੀ, ਅੱਗੇ ਗੱਲ ਕਰਦੇ ਹਾਂ ਜੀ ਆਪਾਂ। ਇਸ ਤੋਂ ਇਲਾਵਾ ਕਹਿੰਦੇ ਜੀ ਡਾਕਟਰ ਸੁਰਿੰਦਰ ਸਿੰਘ ਕੋਹਲੀ ਜਿਹੜੇ ਹੈਗੇ ਆ ਉਹ ਇਹਨਾਂ ਨੂੰ ਕੀ ਕਹਿ ਦਿੰਦੇ ਆ, ਇਹਨਾਂ ਨੂੰ ਨਵੀਨ ਕਵਿਤਾ ਦਾ ਮੋਢੀ ਵੀ ਕਹਿੰਦੇ ਆ। ਕੌਣ ਕਹਿੰਦੇ ਆ? ਡਾਕਟਰ ਸੁਰਿੰਦਰ ਸਿੰਘ ਕੋਹਲੀ। ਠੀਕ ਹੈ ਜੀ, ਇਹ ਪੁੱਛਿਆ ਜਾ ਸਕਦਾ ਵੀ ਕੌਣ ਕਹਿੰਦਾ। ਇਸ ਤੋਂ ਇਲਾਵਾ ਲਾਲਾ ਧਨੀ ਰਾਮ ਚਾਤ੍ਰਿਕ ਜੀ ਨੇ ਆਪ ਜੀ ਨੂੰ ਕੀ ਕਿਹਾ, ਪੰਜਾਬੀ ਸਾਹਿਤ ਮੰਡਲ ਦੇ ਮੁਕਤ ਮਣੀ ਕਿਹਾ। ਇਹ ਬਹੁਤ ਇੰਪੋਰਟੈਂਟ ਹੈ, ਮੁਕਤ ਮਣੀ ਵੀ ਕਿਹਾ, ਕਵੀ ਚੂੜਾ ਮਣੀ ਵੀ ਕਿਹਾ ਤੇ ਟਕਸਾਲੀ ਲਿਖਾਰੀ ਵੀ ਕਿਹਾ। ਕਿਹਨਾਂ ਨੇ ਕਿਹਾ? ਇਹ ਲਾਲਾ ਧਨੀ ਰਾਮ ਚਾਤ੍ਰਿਕ ਜੀ ਨੇ ਕਿਹਾ। ਠੀਕ ਹੈ ਜੀ, ਇਸ ਤੋਂ ਬਾਅਦ ਆਪਾਂ ਗੱਲ ਕਰੀਏ ਪਿਆਰਾ ਸਿੰਘ ਪਦਮ ਜਿਹੜੇ ਹੋਏ ਨੇ ਇਹਨਾਂ ਨੇ ਆਪ ਜੀ ਨੂੰ ਕੀ ਕਿਹਾ, ਆਧੁਨਿਕ ਸਾਹਿਤ ਦਾ ਪਿਤਾ ਵੀ ਕਿਹਾ। ਠੀਕ ਹੈ ਜੀ, ਪਿਆਰਾ ਸਿੰਘ ਪਦਮ ਜੀ ਨੇ ਵੀ ਕਿਹਾ। ਤਾਂ ਇਹ ਸਾਰੀਆਂ ਚੀਜ਼ਾਂ ਨੋਟ ਕਰਨੀਆਂ ਨੇ, ਕਿਹੜੇ ਕਵੀ ਨੇ ਆਪ ਜੀ ਨੂੰ ਕਿਹੜੇ ਨਾਮ ਨਾਲ ਸਨਮਾਨਿਤ ਕੀਤਾ ਜਾਂ ਆਪ ਜੀ ਨੂੰ ਕਿਹੜੇ ਨਾਮ ਨਾਲ ਬੁਲਾਇਆ ਜਾਂਦਾ, ਇਹ ਵੀ ਤੁਹਾਡੇ ਐਗਜ਼ਾਮ ਪੁਆਇੰਟ ਆਫ ਵਿਊ ਤੋਂ ਕਾਫੀ ਮਹੱਤਵਪੂਰਨ ਬਣ ਜਾਂਦਾ ਹੈ। ਇਸ ਤੋਂ ਇਲਾਵਾ ਕਹਿੰਦੇ ਜੀ ਭਾਈ ਵੀਰ ਸਿੰਘ ਜੀ ਨੂੰ 20ਵੀਂ ਸਦੀ ਦੇ ਭਾਈ ਗੁਰਦਾਸ ਜੀ ਵੀ ਆਕੇ ਬੁਲਾਇਆ ਜਾਂਦਾ ਹੈ। ਠੀਕ ਹੈ, ਭਾਈ ਗੁਰਦਾਸ ਜੀ ਦੇ ਨਾਲ ਵੀ ਇਹਨਾਂ ਦੀ ਤੁਲਨਾ ਕੀਤੀ ਜਾਂਦੀ ਹੈ। ਠੀਕ ਹੈ ਜੀ, ਅੱਗੇ ਗੱਲ ਕਰੀਏ ਆਪਾਂ। ਇਸ ਤੋਂ ਇਲਾਵਾ ਜਿਹੜੇ ਹਰਿੰਦਰ ਨਾਥ ਚਟੋਪਾਧਿਆ ਸੀਗੇ ਉਹਨਾਂ ਨੇ ਭਾਈ ਵੀਰ ਸਿੰਘ ਜੀ ਨੂੰ ਕੀ ਕਿਹਾ, ਪੰਜਾਬ ਦਾ ਛੇਵਾਂ ਦਰਿਆ। ਸਭ ਤੋਂ ਮਹੱਤਵਪੂਰਨ ਕੁਐਸਚਨ ਹੈ ਜਿਹਦੇ ਵਿੱਚ ਬੱਚਿਆਂ ਨੂੰ ਬਹੁਤ ਕਨਫਿਊਜ਼ਨ ਹੁੰਦੀ ਹੈ, ਸਰ ਜੀ ਛੇਵਾਂ ਦਰਿਆ ਕਿਹਨੂੰ ਕਿਹਾ ਜਾਂਦਾ? ਤਾਂ ਭਾਈ ਵੀਰ ਸਿੰਘ ਜੀ ਨੂੰ ਕਿਹਾ ਜਾਂਦਾ, ਪਰ ਕਿਹਾ ਕਿਹਨੇ ਹੈ ਨਾਲ ਯਾਦ ਰੱਖ ਲਿਓ, ਹਰਿੰਦਰ ਨਾਥ ਚਟੋਪਾਧਿਆਏ। ਠੀਕ ਹੈ ਜੀ, ਇਹਨਾਂ ਨੇ ਕਿਹਾ। ਠੀਕ ਹੈ ਜੀ, ਇਹ ਨੋਟ ਕਰ ਲਿਓ। ਇਸ ਤੋਂ ਬਾਅਦ ਆਪਾਂ ਗੱਲ ਕਰਦੇ ਹਾਂ, ਇਸ ਤੋਂ ਇਲਾਵਾ ਭਾਈ ਵੀਰ ਸਿੰਘ ਜੀ ਨੂੰ ਪੰਜਾਬੀ ਭਾਸ਼ਾ ਦਾ ਸ਼ੇਕਸਪੀਅਰ ਵੀ ਕਿਹਾ ਜਾਂਦਾ ਹੈ ਭਾਈ। ਠੀਕ ਹੈ, ਸ਼ੇਕਸਪੀਅਰ ਵੀ ਕਿਹਾ ਜਾਂਦਾ ਹੈ। ਇਸ ਤੋਂ ਬਾਅਦ ਆਪਾਂ ਗੱਲ ਕਰਦੇ ਹਾਂ, ਚਲੋ ਆਹ ਤਾਂ ਤੁਹਾਨੂੰ ਮੈਂ ਦੱਸ ਹੀ ਦਿੱਤਾ, ਭਾਈ ਵੀਰ ਸਿੰਘ ਜੀ ਨੂੰ 20ਵੀਂ ਸਦੀ ਦੇ ਭਾਈ ਗੁਰਦਾਸ ਜੀ ਆ ਕੇ ਸੰਬੋਧਨ ਕੀਤਾ ਜਾਂਦਾ ਹੈ। ਠੀਕ ਹੈ ਜੀ, ਆਹ ਆਪਾਂ ਕਰਵਾਤਾ ਤੁਹਾਨੂੰ ਸਾਰਾ। ਠੀਕ ਹੈ, ਦੁਬਾਰਾ ਰਿਪੀਟ ਹੋ ਗਈ ਸਲਾਈਡ। ਇਸ ਤੋਂ ਬਾਅਦ ਹੁਣ ਆਪਾਂ ਦੇਖਦੇ ਹਾਂ ਵੀ ਇਹਨਾਂ ਨੂੰ ਕਿਹੜੇ ਕਿਹੜੇ ਸਨਮਾਨ ਮਿਲੇ ਹੈ, ਕਿਹੜੇ ਕਿਹੜੇ ਸਨਮਾਨ ਦੇ ਨਾਲ ਇਹਨਾਂ ਨੂੰ ਸਨਮਾਨਿਤ ਕੀਤਾ ਗਿਆ, ਇਹ ਵੀ ਤੁਹਾਡੇ ਐਗਜ਼ਾਮ ਦੇ ਵਿੱਚ ਕਾਫੀ ਮਹੱਤਵਪੂਰਨ ਬਣ ਜਾਊਗਾ। ਸਭ ਤੋਂ ਪਹਿਲਾਂ, ਸਭ ਤੋਂ ਇੰਪੋਰਟੈਂਟ, ਇਹਨਾਂ ਨੂੰ ਡਾਕਟਰ ਆਫ ਓਰੀਐਂਟਲ ਲਰਨਿੰਗ ਦੀ ਡਿਗਰੀ ਭੇਟ ਕੀਤੀ ਹੈ। ਡਾਕਟਰ ਆਫ ਓਰੀਐਂਟਲ ਲਰਨਿੰਗ ਦੀ ਡਿਗਰੀ ਭੇਟ ਹੋਈ ਹੈ ਇਹਨਾਂ ਨੂੰ 1949 ਦੇ ਵਿੱਚ। ਕਿਹਨੇ ਭੇਟ ਕੀਤੀ ਹੈ? ਆਪਸ਼ਨ ਆ ਜਾਣਗੀਆਂ, ਪੰਜਾਬੀ ਯੂਨੀਵਰਸਿਟੀ, ਪੰਜਾਬ ਯੂਨੀਵਰਸਿਟੀ, ਗੁਰੂ ਨਾਨਕ ਦੇਵ ਯੂਨੀਵਰਸਿਟੀ। ਤਾਂ ਬੱਚੇ ਉੱਥੇ ਪੰਜਾਬੀ ਯੂਨੀਵਰਸਿਟੀ ਵੀ ਲਾ ਦਿੰਦੇ ਕਈ ਵਾਰੀ ਗਲਤੀ ਨਾਲ, ਇਹ ਰਾਜੇ ਪੰਜਾਬ ਯੂਨੀਵਰਸਿਟੀ। ਠੀਕ ਹੈ ਜੀ, ਯਾਦ ਰੱਖ ਲਿਓ। ਇਹਨੂੰ ਯਾਦ ਰੱਖਣ ਦਾ ਤਰੀਕਾ ਪਤਾ ਕੀ ਹੈ? ਭਾਈ ਵੀਰ ਸਿੰਘ ਜੀ ਜਦੋਂ ਹੋਏ ਨੇ ਉਦੋਂ ਆਪਣਾ ਸਾਂਝਾ ਪੰਜਾਬ ਸੀਗਾ, ਤੇ ਸਾਂਝੇ ਪੰਜਾਬ ਤੇ ਉਹ ਯੂਨੀਵਰਸਿਟੀ ਕਿਹੜੀ ਸੀਗੀ? ਪੰਜਾਬ ਯੂਨੀਵਰਸਿਟੀ। ਤਾਂ ਪੰਜਾਬ ਯੂਨੀਵਰਸਿਟੀ ਨੇ ਇਹਨਾਂ ਨੂੰ ਡਾਕਟਰ ਆਫ ਲਰਨਿੰਗ ਦੀ ਡਿਗਰੀ ਭੇਟ ਕੀਤੀ ਸੀ 1949 ਦੇ ਵਿੱਚ। ਇਸ ਤੋਂ ਇਲਾਵਾ 1952 ਦੇ ਵਿੱਚ ਇਹ ਪੰਜਾਬ ਵਿਧਾਨ ਸਭਾ ਦੇ ਕੀ ਬਣੇ ਸੀਗੇ? ਮੈਂਬਰ ਬਣੇ ਸੀਗੇ। ਠੀਕ ਹੈ ਜੀ, ਇਸ ਤੋਂ ਇਲਾਵਾ 1950 ਦੇ ਵਿੱਚ ਭਾਈ ਵੀਰ ਸਿੰਘ ਜੀ ਨੂੰ ਵਿਦਿਅਕ ਕਾਨਫਰੰਸ ਦੇ ਵਿੱਚ ਇੱਕ ਗ੍ਰੰਥ ਭੇਟ ਕੀਤਾ ਗਿਆ ਸੀ। ਉਹ ਗ੍ਰੰਥ ਕਿਹੜਾ ਸੀਗਾ? ਅਭਿਨੰਦਨ ਗ੍ਰੰਥ ਭੇਟ ਕੀਤਾ ਗਿਆ ਸੀ, ਇਹ ਵੀ ਬਹੁਤ ਮਹੱਤਵਪੂਰਨ ਹੈ। ਇਸ ਤੋਂ ਇਲਾਵਾ ਕਹਿੰਦੇ ਜੀ 1955 ਦੇ ਵਿੱਚ ਇਹਨਾਂ ਦੀ ਪੁਸਤਕ ਆਈ ਸੀਗੀ ਮੇਰੇ ਸਾਈਆਂ ਜੀਓ। ਠੀਕ ਹੈ ਜੀ, ਇਹਨੂੰ ਕੀ ਮਿਲਿਆ ਸੀਗਾ? ਸਾਹਿਤ ਅਕਾਦਮੀ ਪੁਰਸਕਾਰ ਮਿਲਿਆ ਸੀ ਤੇ 5000 ਰੁਪਇਆ ਮਿਲਿਆ ਸੀ ਉਸ ਟਾਈਮ ਤੇ। ਠੀਕ ਹੈ ਜੀ, ਇਹ ਨੋਟ ਕਰ ਲਿਓ। ਇਸ ਤੋਂ ਇਲਾਵਾ ਕਹਿੰਦੇ ਜੀ 1956 ਦੇ ਵਿੱਚ ਇਹਨਾਂ ਨੂੰ ਪਦਮ ਭੂਸ਼ਣ ਅਵਾਰਡ ਦੇ ਨਾਲ ਕੀ ਕੀਤਾ ਗਿਆ? ਸਨਮਾਨਿਤ ਕੀਤਾ ਗਿਆ। ਠੀਕ ਹੈ ਜੀ, ਇਹ ਯਾਰਾ ਕੁਝ ਯਾਦ ਰੱਖਣਾ ਵੀ ਕਿਹੜੇ ਕਿਹੜੇ ਸਨਮਾਨ ਇਹਨਾਂ ਨੂੰ ਮਿਲੇ ਆ। ਇਸ ਤੋਂ ਬਾਅਦ ਅਗਰ ਇੱਕ ਦੋ ਚੀਜ਼ਾਂ ਹੋਰ ਆਪਾਂ ਨੋਟ ਕਰ ਲੈਂਦੇ ਹਾਂ, 17 ਸਾਲ ਦੀ ਉਮਰ ਦੇ ਵਿੱਚ ਇਹਨਾਂ ਦਾ ਵਿਆਹ ਹੋਇਆ ਸੀ। ਕਿਹਦੇ ਨਾਲ? ਬੀਬੀ ਛਤਰ ਕੌਰ ਜੀ ਨਾਲ ਵਿਆਹ ਹੋਇਆ ਸੀਗਾ। ਠੀਕ ਹੈ ਜੀ, ਇਹਨਾਂ ਦੇ ਅੱਗੇ ਦੋ ਧੀਆਂ ਹੋਈਆਂ ਨੇ, ਧੀਆਂ ਦੇ ਨਾਮ ਯਾਦ ਰੱਖ ਲਿਓ, ਕਰਤਾਰ ਕੌਰ ਤੇ ਸੁਸ਼ੀਲ ਕੌਰ। ਠੀਕ ਹੈ, ਇਹ ਵੀ ਚਲੋ ਵੈਸੇ ਕਦੇ ਪੁੱਛਿਆ ਨਹੀਂ ਗਿਆ ਪਰ ਹੋ ਸਕਦਾ ਕਦੇ ਪੁੱਛਿਆ ਜਾ ਸਕੇ। ਤਾਂ ਇਹਨਾਂ ਦੀ ਡੈਥ ਕਿੱਥੇ ਹੁੰਦੀ ਹੈ? ਅੰਮ੍ਰਿਤਸਰ ਦੇ ਵਿੱਚ ਹੀ ਹੁੰਦੀ ਹੈ, 10 ਜੂਨ 1957 ਨੂੰ। ਠੀਕ ਹੈ ਜੀ, 10 ਜੂਨ 1957 ਨੂੰ ਇਹ ਕੀ ਕਰਦੇ ਨੇ? ਜੋਤੀ ਜੋਤ ਸਮਾਉਂਦੇ ਨੇ। ਠੀਕ ਹੈ ਜੀ, ਤਾਂ ਯਾਦ ਰੱਖ ਲਿਓ। ਤਾਂ ਹੁਣ ਆਪਾਂ ਸਾਰਾ ਕੁਝ ਪੜ੍ਹ ਲਿਆ, ਲਾਸਟ ਆਪਾਂ ਪੜ੍ਹਦੇ ਇਹਨਾਂ ਦਾ ਯਾਦਗਾਰੀ ਘਰ। ਆਪਾਂ ਪੜ੍ਹਿਆ ਵੀ ਇਹਨਾਂ ਜਿਹੜਾ ਪਿਸ਼ਤਾਨੀ ਘਰ ਸੀਗਾ ਉਹ ਕਿੱਥੇ ਸੀਗਾ? ਅੰਮ੍ਰਿਤਸਰ ਦੇ ਵਿੱਚ ਕਟੜਾ ਗਰਬਾ ਸਿੰਘ ਜਿਹੜਾ ਪਿੰਡ ਸੀਗਾ। ਕਹਿੰਦੇ ਜੀ ਇਹਨਾਂ ਨੇ ਉੱਥੇ ਆਪਣੇ
ਜੀਵਨ ਦੇ ਮੁੱਢਲੇ ਵਰ੍ਹੇ ਗੁਜ਼ਾਰੇ, ਪਰ 1925 ਦੇ ਵਿੱਚ ਇਹ ਕਿੱਥੇ ਸ਼ਿਫਟ ਹੋ ਗਏ ਸੀਗੇ, ਇਹ ਅੰਮ੍ਰਿਤਸਰ ਆ ਗਏ ਸੀਗੇ। ਅੰਮ੍ਰਿਤਸਰ ਦੇ ਵਿੱਚ ਕਿੱਥੇ? ਲਾਰੈਂਸ ਰੋਡ ਦੇ ਵਿੱਚ ਇਹਨਾਂ ਨੇ 5 ਏਕੜ ਦੇ ਵਿੱਚ ਇੱਕ ਘਰ ਲੈ ਲਿਆ ਸੀਗਾ, ਤੇ 1930 ਤੱਕ, 1930 ਤੋਂ ਲੈ ਕੇ ਆਪਣੀ ਡੈਥ ਤੱਕ ਇੱਥੇ ਰਹਿਣਾ ਸ਼ੁਰੂ ਕਰਤਾ ਸੀਗਾ। ਤੇ ਜਿਹੜਾ ਇਹ ਯਾਦਗਾਰੀ ਘਰ ਹੈਗਾ ਇਹਨਾਂ ਨੂੰ, ਜਿਹੜਾ ਜਿਹੜਾ ਭਾਈ ਵੀਰ ਸਿੰਘ ਜੀ ਦਾ ਅੰਮ੍ਰਿਤਸਰ ਵਿਖੇ ਯਾਦਗਾਰੀ ਘਰ ਹੈ ਨਾ, ਤਾਂ ਉਹਨੂੰ ਅੱਜ ਕੱਲ ਇਸ ਘਰ ਨੂੰ ਕੀ ਬਣਾਇਆ ਗਿਆ? ਭਾਈ ਵੀਰ ਸਿੰਘ ਜੀ ਮੈਮੋਰੀਅਲ ਘਰ ਬਣਾਇਆ ਗਿਆ। ਠੀਕ ਹੈ ਜੀ, ਭਾਈ ਵੀਰ ਸਿੰਘ ਜੀ ਮੈਮੋਰੀਅਲ ਵੱਲੋਂ ਜਾਣਿਆ ਜਾਂਦਾ ਇਹ ਘਰ। ਕਿਹੜਾ ਘਰ ਹੈ? ਜਿਹੜਾ ਅੰਮ੍ਰਿਤਸਰ ਲਾਰੈਂਸ ਰੋਡ ਦੇ ਵਿੱਚ ਹੈ। ਠੀਕ ਹੈ ਜੀ, ਚਲੋ ਜੀ, ਇਹ ਸੀਗੀ ਭਾਈ ਵੀਰ ਸਿੰਘ ਜੀ ਦੇ ਜੀਵਨ ਦੇ ਆਧਾਰਿਤ ਸਾਰੀਆਂ ਗੱਲਾਂ। ਆਪਾਂ ਬਹੁਤ ਡਿਟੇਲ 'ਚ ਪੜਿਆ ਭਾਈ ਵੀਰ ਸਿੰਘ ਜੀ ਨੂੰ, ਆਪਾਂ ਪੜਿਆ ਵੀ ਉਹਨਾਂ ਦੇ ਜੀਵਨ ਦੇ ਉੱਪਰ ਕਿਹਦਾ ਕਿਹਦਾ ਪ੍ਰਭਾਵ ਸੀਗਾ। ਠੀਕ ਹੈ ਜੀ, ਆਪਾਂ ਪੜਿਆ ਵੀ ਉਹਨਾਂ ਨੇ ਕਿਹੜੇ ਕਿਹੜੇ ਮਹੱਤਵਪੂਰਨ ਕੰਮ ਕੀਤੇ, ਕਿਹੜੇ ਕਿਹੜੇ ਸੰਸਥਾਵਾਂ ਚਲਾਈਆਂ, ਕਿਹੜੇ ਕਿਹੜੇ ਸਾਹਿਤਕਾਰ ਦੇ ਕੰਮ ਕੀਤੇ, ਤੇ ਕਿਹੜੇ ਕਿਹੜੇ ਜਿਹੜੇ ਕਵੀ ਹੈਗੇ ਉਹਨਾਂ ਨੂੰ ਕਿਹੜੇ ਕਿਹੜੇ ਨਾਮ ਦੇ ਨਾਲ ਸੰਬੋਧਨ ਕਰਦੇ ਆ। ਤੇ ਮੈਂ ਉਮੀਦ ਕਰਦਾ ਵੀ ਤੁਹਾਨੂੰ ਇਹ ਵੀਡੀਓ ਪਸੰਦ ਆਊਗੀ। ਮੈਨੂੰ ਲੱਗਦਾ ਨਹੀਂ ਕੋਈ ਡਿਟੇਲ ਜਿਹੜੀ ਹੈਗੀ ਆਪਣੀ ਰਹਿ ਗਈ ਹੋਵੇ, ਕਿਉਂਕਿ ਐਗਜ਼ਾਮ ਪੁਆਇੰਟ ਆਫ ਵਿਊ ਤੋਂ ਜਿੰਨੇ ਵੀ ਪੁਆਇੰਟ ਬਣਦੇ ਸੀ ਆਪਾਂ ਸਾਰੇ ਕਵਰ ਕਰ ਲਏ ਆ। ਇਸ ਤੋਂ ਇਲਾਵਾ ਜੇ ਤੁਸੀਂ ਆਪਣੀ ਪੋਜ਼ਿਟਿਵ ਵਾਈ ਪੰਜਾਬ ਨਾਂ ਦੀ ਐਪ ਡਾਊਨਲੋਡ ਨਹੀਂ ਕੀਤੀ, ਰਾਜੇ ਪਲੇ ਸਟੋਰ ਤੇ ਜਾ ਕੇ ਡਾਊਨਲੋਡ ਕਰ ਸਕਦੇ ਆ। ਜਿਹੜੇ ਐਪਲ ਯੂਜ਼ਰ ਨੇ ਉਹ ਐਪ ਸਟੋਰ ਤੇ ਜਾ ਕੇ ਕਲਾਸ ਪਲੱਸ ਨਾਂ ਦੀ ਐਪਲੀਕੇਸ਼ਨ ਡਾਊਨਲੋਡ ਕਰਨਗੇ, ਆ ਕੋਡ ਭਰੋਂਗੇ ਤੁਹਾਡੀ ਐਪ ਚੱਲ ਜੂਗੀ। ਇਸ ਤੋਂ ਇਲਾਵਾ ਵੈਬ ਦੇ ਉੱਪਰ ਵੀ ਐਪ ਚੱਲਦੀ ਹੈ, ਤੁਸੀਂ ਕ੍ਰੋਮ ਤੇ ਵੀ ਚਲਾ ਸਕਦੇ ਹੋ। ਤਾਂ ਜਿਹੜਾ ਚੀਜ਼ ਮੈਂ ਤੁਹਾਨੂੰ ਕਰਵਾ ਰਿਹਾ ਇਹ ਕੰਪਲੀਟ, ਅਗਰ ਤੁਸੀਂ ਲੜੀਵਾਰ ਦੇਖਣਾ ਚਾਹੁੰਦੇ ਆ ਤਾਂ ਆਪਣਾ ਪੰਜਾਬੀ ਪੇਪਰ ਦਾ ਕੋਰਸ ਉਹਦੇ ਵਿੱਚ ਮਿਲ ਜੂਗਾ, ਕਿਉਂਕਿ YouTube ਤੇ ਆਪਾਂ ਯਾਨੀ ਕਿ ਕੋਸ਼ਿਸ਼ ਕਰੀ ਦੀ ਜਿੰਨਾ ਵੀ ਟਾਈਮ ਮਿਲਦਾ ਵੱਧ ਤੋਂ ਵੱਧ ਵੀਡੀਓ ਪਾਈਆਂ ਜਾਣ। ਪਰ ਜੇ ਤੁਸੀਂ ਸਾਰੀ ਚੀਜ਼ਾਂ ਜਲਦੀ ਕੰਪਲੀਟ ਕਰਕੇ ਰਿਵੀਜ਼ਨ ਕਰਨਾ ਚਾਹੁੰਦੇ ਆ ਵਿਦ MCQ, ਠੀਕ ਹੈ ਜੀ, ਥਿਊਰੀ ਵੀਡੀਓ, ਥਿਊਰੀ PDF, ਗਿਣਤੀ, ਖਾਣ, ਮੁਹਾਵਰੇ, ਜੋ ਵੀ ਤੁਹਾਡਾ ਪੇਪਰ ਆਉਂਦਾ ਹੈ, ਤਾਂ ਤੁਸੀਂ ਪੰਜਾਬੀ ਪੇਪਰ ਦਾ ਕੋਰਸ ਲੈ ਸਕਦੇ ਆ ਰਾਜੇ। 500 ਰੁਪਏ ਦਾ ਕੋਰਸ ਹੈ, 1 ਸਾਲ ਦੀ ਇਹਦੀ ਵੈਲਿਡਿਟੀ ਹੈ। ਤਾਂ ਇਸ ਵਾਸਤੇ ਤੁਸੀਂ ਕਰਨਾ ਕੀ ਹੈ, ਜਾਂ ਤਾਂ ਫੋਨ ਕਰ ਲਿਓ ਇਸ ਨੰਬਰ ਦੇ ਉੱਪਰ 84 277 5353, ਠੀਕ ਹੈ, ਜਾਂ ਫਿਰ ਜਦੋਂ ਮੈਸੇਜ ਕਰ ਲਿਓ WhatsApp ਦੇ ਉੱਪਰ, ਤਾਂ ਤੁਹਾਨੂੰ ਸਾਰੀ ਡਿਟੇਲ ਸਾਂਝੀ ਕਰ ਦਿੱਤੀ ਜਾਊਗੀ। ਠੀਕ ਹੈ ਜੀ, ਤਾਂ ਜਲਦੀ ਮਿਲਦੇ ਇੱਕ ਵੀਡੀਓ ਦੇ ਨਾਲ। ਆਪਣੀ ਅੱਜ ਜਿਹੜੀ ਕਲਾਸ ਹੈਗੀ ਆ ਸ਼ਾਮ ਨੂੰ 6 ਵਜੇ ਹੈ, ਤਾਂ ਉਹ ਜਿਹੜੀ ਕਲਾਸ ਹੈਗੀ ਉਹ ਭਾਈ ਵੀਰ ਸਿੰਘ ਜੀ ਦੇ ਜੀਵਨ ਦੇ ਉੱਪਰ ਆਧਾਰਿਤ ਜਿੰਨੇ ਵੀ MCQ ਬਣਦੇ ਆ ਉਹਦਾ ਪਾਰਟ 1 ਆਪਾਂ ਅੱਜ ਕਰਾਂਗੇ। ਠੀਕ ਹੈ, ਜਲਦੀ ਮਿਲਦੇ ਹਾਂ ਕਲਾਸ ਦੇ ਵਿੱਚ। ਸਰਬੱਤ ਦਾ ਭਲਾ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।